ਅਸੀਂ ਮੰਨਦੇ ਹਾਂ ਵੀ ਕੁੜੀ ਨੇ ਬੱਚੇ ਬਾਰੇ ਕੋਈ ਗੱਲ ਕਹੀ ਹੈ, ਕੋਈ ਇਹਦੀ ਜਗ੍ਹਾ 'ਤੇ ਆ ਕੇ ਵੀ ਤਾਂ ਸੋਚੋ, ਇਹ ਤਾਂ ਆਪਣਾ ਪੱਖ ਰੱਖਦੇ ਆ। ਲੈ ਦੱਸ, ਇਹਦੀ ਜਗ੍ਹਾ 'ਤੇ ਆ ਕੇ ਕੀ ਸੋਚਣਾ? ਇਹ ਤਾਂ ਕੁੜੀ ਨੂੰ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਲੈ ਹੋਰ, ਉਹ ਵੀਰੇ ਉਹ ਇੱਦਾਂ ਤਾਂ ਇਹਦੇ ਵੱਲ ਵੇਖ ਕੇ ਪਿੰਡ ਦੀਆਂ ਬਾਕੀ ਜਨਾਨੀਆਂ ਦਾ ਹੌਸਲਾ ਵੀ ਵਧੂਗਾ, ਕੱਲ ਨੂੰ ਉਹ ਵੀ ਸਾਡੇ 'ਤੇ ਹੁਕਮ ਚਲਾਉਣਗੀਆਂ। ਉਹੀ ਤਾਂ ਗੱਲ ਹੈ ਯਾਰ, ਨਾਲੇ ਗੱਲ ਕਰਨ ਦਾ ਇਹਨੂੰ ਪਤਾ ਨੀਗਾ ਵੀ ਕਿੱਥੇ ਕੀ ਗੱਲ ਕਰਨੀ ਆ ਕੀ ਨਹੀਂ। ਤਾਂ ਹੀ ਬੇਬੇ ਮੈਂ ਸੋਚ ਲਿਆ ਆਪਾਂ ਨਹੀਂ ਰੱਖਣੀ, ਲੈ ਜਾਓ ਭਾਈ ਆਪਣੇ ਨਾਲ ਹੀ। ਕੁੜੀਏ ਤੂੰ ਦੱਸ ਤੂੰ ਕੀ ਚਾਹੁੰਦੀ ਹੈ? ਤੈਨੂੰ ਨਹੀਂ ਪਤਾ ਬੇਬੇ, ਦਿਮਾਗ ਖਰਾਬ ਹੋਇਆ ਇਹਦਾ। ਕੁੜੀਏ ਤੂੰ ਦੱਸ ਤੂੰ ਕੀ ਚਾਹੁੰਦੀ ਹੈ? ਬੇਬੇ ਜੀ ਮੈਂ ਤਾਂ ਤੰਗ ਆ ਗਈ ਹਾਂ, ਆ ਮੁੰਡਾ ਜੰਮਣ ਦੇ ਚੱਕਰ 'ਚ ਪਹਿਲਾਂ ਹੀ ਦੋ ਕੁੜੀਆਂ ਜੰਮੀਆਂ, ਹੁਣ ਇੱਕ ਹੋਰ ਨਿਆਣਾ, ਮੈਂ ਨਹੀਂ ਜੰਮ ਸਕਦੀ। ਲੈ ਦੱਸ, ਹੁਣ ਤਾਂ ਬਸ ਇਹ ਦੋ ਨਿਆਣੇ ਪਲ ਜਾਣ ਇਹੀ ਬਹੁਤ ਨੇ, ਕਮਾਈ ਚੱਜ ਨਾਲ ਕੋਈ ਕਰਦੇ ਨਹੀਂ, ਉਪਰੋਂ ਸ਼ਰਾਬ ਪੀ ਕੇ ਕੁੱਟਮਾਰ ਕਰਦੇ ਨੇ, ਉਹ ਅਲੱਗ ਹੈ। ਇਹਨੂੰ ਚਾਹੀਦਾ ਗੱਲ ਕਰਕੇ ਕਿਦਾਂ ਦੀ ਗੱਲ ਕਰੀ ਜਾਂਦੀ ਹੈ? ਦੇਖੋ ਇਹਦੇ 'ਚ ਬੱਚੇ ਦਾ ਕੀ ਕਸੂਰ ਆ? ਮੇਰੀ ਗੱਲ ਸੁਣੋ, ਨੁਕਸ ਇੱਕੋ ਹੀ ਪਾਸੇ ਨਹੀਂ ਹੁੰਦਾ, ਗਲਤੀ ਦੋਨਾਂ ਧਿਰਾਂ ਤੋਂ ਵੀ ਹੋ ਸਕਦੀ ਹੈ। ਜੋ ਕੁਛ ਇਸ ਕੁੜੀ ਨੇ ਕਿਹਾ ਹੈ ਉਹਦੇ ਪਿੱਛੇ ਕਾਰਨ ਹੈ, ਕਿਸ਼ਾਨਾ ਵਿਹਲਾ, ਜੇ ਚੱਜ ਨਾਲ ਕਮਾਈ ਕਰਦਾ ਤਾਂ ਕਿਹੜੀ ਕੁੜੀ ਦਾ ਜੀ ਕਰਦਾ ਹੈ ਕਿ ਆਪਦੀ ਕੁੱਖ 'ਚ ਵੜ ਰਹੇ ਬੱਚੇ ਨੂੰ ਖਰਾਬ ਕਰੇ। ਤੇ ਤੂੰ ਕੁੜੀਏ ਰੱਬ ਦੀਆਂ ਦਾਤਾਂ ਨੇ, ਨਿਸ਼ਕਾਰ ਕੇ ਲੈ, ਦਿਮਾਗ 'ਚ ਕੋਈ ਮਾੜਾ ਚੰਗਾ ਨਾ ਸੋਚ। ਲੋਕ ਤਾਂ ਮੱਥੇ ਟੇਕਦੇ ਨੇ ਪੀਰਾਂ ਫਕੀਰਾਂ ਦੇ ਅੱਗੇ ਆਪਣੀ ਕੁੱਖਰੀ ਕਰਨ ਨੂੰ, ਅੱਜ ਤੋਂ ਸ਼ਾਨਾ ਦੱਬ ਕੇ ਕਮਾਈ ਕਰੂਗਾ ਤੇ ਤੂੰ ਟੱਬਰ ਪਾ ਲੈਣੀ। ਠੀਕ ਹੈ ਬੇਬੇ ਜੀ, ਜਿਵੇਂ ਤੁਸੀਂ ਕਹੋ। ਪਰ ਬੇਬੇ, ਧੰਨ ਕੌਰ ਨੇ ਇੱਕ ਵਾਰ ਜੋ ਕਹਿਤਾ ਕਹਿਤਾ। ਠੰਡੀ ਹੋ, ਤੁਸੀਂ ਚਾਹੁੰਦੇ ਹੋ ਮੈਂ ਜਮਾ ਹੀ ਠੰਡੀ ਹੋ ਜਾ? ਮਨ ਮਰਜ਼ੀ ਕਰੋ, ਰੱਬ ਹੀ ਬਚਾਵੇ ਇਹੋ ਜਿਹੇ ਟੱਬਰ ਤੋਂ। ਬੇਬੇ ਇਹ ਚ ਕੀ ਮਾੜਾ ਬੇਬੇ? ਪਹਿਲਾਂ ਤਾਂ ਇਹ ਕੰਜਰ ਖਾਨਾ ਟੀਵੀ ਤੇ ਦੇਖਦੇ ਹੋ, ਫਿਰ ਉਹੀ ਕੁਛ ਕਰਦੇ ਹੋ। ਮੈਂ ਪਹਿਲਾਂ ਇਸੇ ਨੂੰ ਯਾਦ ਬੇਬੇ ਵੇਖ ਲੈ, ਖਬਰਦਾਰ ਜੀ ਮੈਨੂੰ ਕੋਈ ਇੱਥੇ ਦਿਖਿਆ ਬਗ ਜੇ ਤੋਂ। ਹੈ ਸਾਰੇ ਸੌਂਗੇ ਆਤੇ ਚੱਕਵੇਂ ਗਾਣਿਆਂ ਦਾ ਟਾਈਮ ਹੈ।
ਓਹੋ, ਕਿਵੇਂ ਖਲਾਰਾ ਪਾ ਛੱਡਿਆ ਬੈੱਡ 'ਤੇ। ਆਏ ਨਹੀਂ ਵੀ ਜਿੱਥੋਂ ਚੀਜ਼ ਚੱਕੀ ਆ ਉੱਥੇ ਰੱਖ ਦਈਏ। ਹੱਦ ਹੋ ਗਈ ਤੁਹਾਡੇ ਵਾਲੀ, ਆ ਕਦੋਂ ਦਾ ਦੁੱਧ ਫੜਾ ਕੇ ਗਈ ਆ ਤੁਹਾਨੂੰ, ਇਹਨੂੰ ਪੀ ਲਓ ਹੁਣ। ਗਲਾਸ ਵਿਹਲਾ ਕਰੋ, ਮੈਂ ਰੱਖ ਕੇ ਆਵਾਂ। ਪਵਾਂ ਕੇ ਮੈਂ ਬੋਲਣ ਲੱਗੀ ਕਿਤੇ ਬ੍ਰੇਕ ਵੀ ਲਾ ਲਿਆ ਕਰ, ਇੱਕ ਟੱਕ ਸ਼ੁਰੂ ਹੋ ਜਾਂਦੀ ਹੈ। ਮੈਂ ਆਪਣੇ ਵਾਲਾ ਦੁੱਧ ਪੀ ਲਿਆ, ਇਹ ਤੇਰੇ ਲਈ ਲੈ ਕੇ ਆਇਆ ਹਲਦੀ ਪਾ ਕੇ। ਕਿਉਂ, ਮੇਰੇ ਕੋਈ ਸੱਟ ਲੱਗੀ ਹੈ? ਇੱਧਰ ਆ, ਸੱਟ ਪੇਟ ਲੱਗੇ ਤੇਰੇ ਦੁਸ਼ਮਣਾਂ ਨੂੰ। ਕੰਬਲੀਏ, ਸਾਰਾ ਦਿਨ ਟੱਬਰ ਦਾ ਖਿਆਲ ਰੱਖਦੀ ਹੈ, ਆਪਣਾ ਤੈਨੂੰ ਪਤਾ, ਇਸੇ ਉਮਰ 'ਚ ਗੋਡੇ ਫੜ ਕੇ ਉੱਠਣ ਲੱਗ ਪਈ। ਓਹੋ, ਉਹ ਤਾਂ ਨਾ ਮੈਂ ਬੈਠੀ ਰਹੀ ਕਿੰਨਾ ਚਿਰ, ਤਾਂ ਕਰਕੇ ਨਾ ਮੇਰੀ ਆਹ ਵਾਲੀ ਲੱਤ ਸੌਂਗੀ, ਤਾਂ ਹੀ ਉੱਠਣ ਲੱਗੀ ਨੂੰ ਗੋਡੇ ਫੜਨੇ ਪਏ ਮੈਨੂੰ। ਚੱਲ ਜੇ ਮੈਂ ਹੁਣ ਲੈ ਆ ਇੰਨੇ ਪਿਆਰ ਦੇ ਨਾਲ, ਇਹਨੂੰ ਫੜ ਪੀ ਲਾ, ਇਹ ਨੁਕਸਾਨ ਨਹੀਂ ਕਰਦਾ, ਫਾਇਦਾ ਹੀ ਕਰੂ। ਲਿਓ ਫੜਾਓ ਬਾਬਾ, ਪੀ ਲੈਨੀ ਹੈ ਜੇ ਹੁਣ ਲੈ ਕੇ ਆਏ ਹੋ ਤਾਂ। ਵੈਸੇ ਤੁਸੀਂ ਨਾ ਬਹੁਤ ਚੰਗਾ ਕੀਤਾ ਮੇਰੀ ਗੱਲ ਮੰਨ ਕੇ। ਗੱਲ ਤਾਂ ਮੇਰੀ ਤੂੰ ਮੰਨੀ, ਜਿਹੜਾ ਮੇਰੇ ਆਖੇ ਦੁੱਧ ਪੀ ਲਿਆ, ਹੁਣ ਤੈਨੂੰ ਰੋਜ਼ ਪਿਆਇਆ ਕਰਨਾ। ਮੈਂ ਇਹਦੀ ਗੱਲ ਨਹੀਂ ਕਰਦੀ। ਹੋਰ ਕਿਹੜੀ ਗੱਲ ਕਰਦੀ? ਅੱਛਾ, ਹਾਂ ਬਈ, ਪਹਿਲਾਂ ਮੈਂ ਸੋਚਿਆ ਸੀ ਮੈਂ ਸਹੀ ਹਾਂ, ਪਰ ਸੱਚ ਆਖਾਂ ਤੂੰ ਬਹੁਤ ਵੱਡੀ ਗੱਲ ਕੀਤੀ ਹੈ ਜਿੰਦਰੇ, ਮਾਣ ਹੈ ਤੇਰੇ 'ਤੇ ਮੈਨੂੰ। ਹਾਂ ਚੱਲ ਚੰਗਾ, ਮੈਂ ਗਲਾਸ ਰੱਖਿਆ ਵਾ ਧੋ ਕੇ, ਨਾਲੇ ਬੇਬੇ ਨੂੰ ਪਾਣੀ ਤਾਂ ਨਹੀਂ ਪੁੱਛਿਆ ਵਾ। ਧਿਆਨ ਨਾਲ। ਮੇਰੀ ਗੱਲ ਸੁਣ, ਉਹ ਮੈਂ ਤਾਂ ਆਪਣੇ ਬਾਹਰੋਂ ਚਾਚੇ ਦੇ ਕੋਲੋਂ ਕਾਰ ਮੰਗਾਈ ਹੈ ਰਿਮੋਟ ਵਾਲੀ, ਐਵੇਂ ਦੱਬੋ ਤਾਂ ਪੂਰੀ ਸਪੀਡ ਦੱਬਦੀ ਹੈ। ਅੱਛਾ, ਤੇਰੀ ਸਾਈਕਲ ਸੁਈਕਲ ਤਾਂ ਲੱਭਣੀ ਨਹੀਂ ਇੱਥੇ। ਅੱਛਾ, ਦੇਖ ਲਾਂਗੇ ਕਾਕਾ, ਉਹਦੇ ਸੈੱਲ ਗਏ ਤਾਂ ਕਾਰ ਦੇ, ਪਰ ਆਪਣਾ ਸਾਈਕਲ ਮਰ ਜਾਣਾ ਨਾ ਹੁਣ, ਤਾਂ ਘਰ ਬਿਨਾ ਮਾਵਾ ਵੀ ਨਾ ਚੱਪ ਕੇ ਸੜ ਦਿੰਦੀਆਂ, ਫਿਰ ਉਹ ਗਲੀਆਂ 'ਚ ਕਰੋ ਲੋਕਾਂ ਨੂੰ ਤੰਗ। ਚੰਗੇ ਭਲੇ ਮਰਦੇ ਸੀ ਸਕੂਲਾਂ 'ਚ, ਆ ਨਵੇਂ ਸਿਆਪਾ ਮੋਬਾਈਲਾਂ 'ਤੇ ਕਲਾਸਾਂ। ਉਹ ਜੀ ਤੋ ਕਮੇਟੀ ਜੇ ਤੂੰ ਉੱਥੇ ਨਾ ਆਵਾਜ਼ ਦੇਵੇਂ ਮੈਂ ਚੁੱਕ ਲਵਾਂ, ਹੱਥ ਬੜਾ ਤੰਗ ਹੈ। ਤੇਰਾ ਤਾਂ ਸਦਾ ਹੀ ਹੱਥ ਤੰਗ ਰਹਿਣਾ ਭਰਾਵਾ, ਹੈਂ, ਜਦੋਂ ਮੈਨੂੰ ਵਿਆਹਣਾ ਸੀ ਉਦੋਂ ਵੀ ਤੰਗ, ਸਹੁਰਿਆਂ ਤੋਂ ਇੱਥੇ ਆਈ ਉਦੋਂ ਵੀ ਤੰਗ, ਫਿਰ ਨਹੀਂ ਆਈ ਜ਼ਮੀਨ ਮੈਨੂੰ ਦੇਣੀ ਸੀ ਤਾਂ ਵੀ ਤੰਗੀ, ਤੂੰ ਨਹੀਂ ਕਦੇ ਸਿਖਾਲਾ ਹੁੰਦਾ, ਤੂੰ ਤਾਂ ਤੰਗ ਹੀ ਰਹਿਣਾ। ਉਹ ਭੈਣ, ਤੇਰੀ ਆਦਤ ਹੈ ਵੀ ਸਾਰੀਆਂ ਇੱਧਰ ਉੱਧਰ ਦੀਆਂ ਸੁਣਾ ਕੇ ਮੁੜ ਕੇ ਮੰਨਣਾ ਹੁੰਦਾ ਤੂੰ। ਨਾ ਮੈਨੂੰ ਐਂ ਦੱਸ, ਤੂੰ ਇਕੱਲੇ ਹੀ ਤੰਗ ਹੈ? ਮੈਂ ਤੇ ਮੇਰੇ ਘਰ ਵਾਲੇ ਨੂੰ ਨਹੀਂ ਤੰਗੀ, ਅਸੀਂ ਵੀ ਤਾਂ 100 ਜਣਿਆਂ ਦਾ ਦੇਣਾ ਲੈਣਾ ਹੁੰਦਾ, ਇਹ ਤਾਂ ਹੈ ਨਹੀਂ ਵੀ ਭੈਣ ਨੂੰ ਜੇਬ 'ਚੋਂ ਕਦੇ ਕੁਛ ਦੇ ਦਿਆਂ, ਉਲਟਾ ਜੀ ਤੋਂ ਲੈਣੇ ਆ ਉਹ ਤੋਂ ਵੀ ਰੋਕੀ ਜਾਂਦਾ। ਨਹੀਂ ਭੈਣ, ਆ ਵੇਖ ਮਿੰਨਤ ਵਾਲੀ ਗੱਲ ਹੀ, ਕਮੇਟੀ ਮੈਨੂੰ ਚੁੱਕ ਲੈਣ ਦੇ, ਐਤਕੀ ਰੱਖੜੀ ਤੇ ਤੇਰਾ ਸੂਟ ਪੱਕਾ। ਵਾਹਿਗੁਰੂ ਵਾਹਿਗੁਰੂ, ਐਤਕੀ ਫਿਰ ਜਾਂ ਤਾਂ ਰੱਖੜੀ ਨਹੀਂ ਆਉਣੀ ਜਾਂ ਫਿਰ ਭੈਣ ਨੇ ਨਹੀਂ ਹੋਣਾ। ਉਹ ਆਊਗੀ, ਚੱਲ ਆ ਜਾ, ਯਾਦ ਹੀ ਤੇਰੇ ਗੁੱਡੀਆਂ ਪਟੋਲ ਨਹੀਂ, ਮੈਂ ਕੱਪੜਾ ਲੈ ਕੇ ਦਿੰਦਾ ਹੁੰਦਾ ਸੀ। ਉਹ ਛੇਤੀ ਕਰ ਲਓ ਯਾਰ, ਮੈਂ ਆਪਣੀ ਘਰ ਵਾਲੀ ਨੂੰ ਦਿਖਾਉਣ ਜਾਣਾ। ਹੈ, ਹੋਰ ਕੋਈ ਮੁੰਡਾ ਲੱਭ ਲਿਆ? ਉਹ ਡਾਕਟਰ ਨੂੰ
ਕੀ ਹੋ ਗਿਆ ਉਹਨੂੰ? ਢਿੱਡ ਜਿਹਾ ਦੁਖਦਾ ਯਾਰ। ਦੁੱਧ 'ਚ ਪਾਣੀ ਵੱਧ ਪਾ ਲਿਆਣਾ, ਉਹੀ ਉਹਨੇ ਪੀ ਲਿਆਣਾ। ਬੇਬੇ ਇੱਕ ਗੱਲ ਦੱਸ। ਨਾ ਗੱਲਾਂ ਤਾਂ ਚਾਹੇ ਮੇਰੇ ਤੇ 50 ਸੁਣ ਲੈ, ਪਰ ਆ ਸਿਆਪੇ ਜੇ ਨੂੰ ਪਰੇ ਕਰ ਪਹਿਲਾਂ। ਉਹ ਇਹਨੇ ਤੇ ਤੈਨੂੰ ਮਸ਼ਹੂਰ ਕਰਨਾ ਹੈ। ਮਸ਼ਹੂਰ? ਹੋਰ ਹੁਣ ਕੀ ਮਸ਼ਹੂਰ ਹੋਣਾ। ਮਸ਼ਹੂਰ ਤਾਂ ਮੈਂ ਜਵਾਨੀ ਵੇਲੇ ਸੀ, ਸਾਰਾ ਪਿੰਡ ਪਿੱਛੇ ਲਾਈ ਫਿਰਦੀ ਸੀ। ਵੱਡੀ ਤੂੰ ਪ੍ਰੀਤੀ ਸਪਰੂ, ਜਾਣਦਾ ਮੈਂ ਤੈਨੂੰ। ਰਾਵਣ ਤੇ ਸਰੂਪ ਨੇ ਕਾ ਇਕੱਠੇ। ਤੂੰ ਇੱਥੇ ਕਿਵੇਂ ਵੇ? ਚੱਲ ਉੱਧਰ ਤੁਹਾਡੀ ਹੋ ਗਈ ਕਮੇਟੀ। ਚਲੋ ਉਹ ਚਲੋ ਭਰਾਵਾ, ਪਹਿਲੀ ਚੁੱਕ ਲਈ ਤੁਹਾਡੇ ਪਿਓ ਨੇ। ਉੱਠ ਵੀ ਬੋਲਿਆ, ਸਮਝ ਚੁੱਕੀ ਗਈ ਕਮੇਟੀ। ਕੀ ਹਾਲ ਭੂਆ? ਠੀਕ ਆ। ਕਿਉਂ ਮੇਰੇ ਚ ਗੱਡਾ ਵੱਜਿਆ? ਤੂੰ? ਮੈਂ ਤਾਂ ਇੱਥੇ ਉੱਦਾਂ ਆ, ਤੂੰ ਅੱਜ ਤਾਂ ਇਹਨਾਂ ਬੜੀ ਜੋੜੀ ਬਣਾਈ ਫਿਰਦੀ ਆ। ਕਿਉਂ? ਦੋਨੇ ਭੈਣ ਭਰਾਵਾਂ ਦੀ ਸੌ ਗੱਲ ਹੋ ਸਕਦੀ ਹੈ, ਤੂੰ ਪੜੇਵੇ ਲੈਣੇ ਵਿੱਚੋਂ। ਕੰਤੋ ਹੁਣ ਕਿਹਨੂੰ ਉਡੀਕਦੀ ਆ? ਸ਼ੁਰੂ ਕਰੋ। ਲੱਗੀ ਆ, ਚਲੋ ਕਰਦੇ ਆ ਸ਼ੁਰੂ 500 ਤੋਂ। ਕੰਤੋ 1000, 1200, 1300, 1500। ਲਵਾਂ ਫਿਰ ਮੈਂ ਵੀ। 1501, 1502। ਚਾਚੀ 1800। ਵੇ ਤੇਰੇ ਤਾਏ ਨੂੰ ਲੋੜ ਸੀ, ਉਹਨੇ ਮਨਾ ਕੀਤਾ ਮੈਨੂੰ, ਤੇ ਤੂੰ? ਡੈਡੀ ਨੂੰ ਵੀ ਲੋੜ ਹੈ, ਤੁਹਾਡੇ ਟੱਬਰ ਨੂੰ ਵੀ ਲੋੜ ਰਹਿੰਦੀ ਹੈ, ਸਾਡੇ ਟੱਬਰ ਦੀ ਕੋਈ ਲੋੜ ਨਹੀਂ। ਤੂੰ ਹੀ ਦੱਸ ਦੇ। ਨਿਕੰਤ 2000। ਚਾਚੀ 2200। ਕਿਆ ਸੀ ਲੋੜ ਹੈ? ਆਪਣੇ ਵਸੋਂ ਗੇਮ ਮਾਰਿਆ ਜਾਵੇ ਹੱਥ ਹੋਈ ਹੈ ਨਾ, ਜਮੇ ਸ਼ਰਮ ਲਾਹੀ ਹੈ, ਭਰਾ ਹੀ ਨਹੀਂ ਸੀ ਮਾਰ, ਅੱਗੋਂ ਭਤੀਜਾ ਜਮੇ ਮਾਰਨ ਜੰਮਿਆ। ਨਿਕੰਤ 3000। ਆਪਣੀ ਕੰਜਰ ਕੜੀ ਪਾ ਕੇ ਬੈਠੇ ਆ, ਕੰਤੋਂ ਸਾਨੂੰ ਕਾਹਦੇ ਵਾਸਤੇ ਬੁਲਾਇਆ? ਜਸੇ ਲਓ ਬਈ 3800। ਹਾਂ ਪਿਆਜ ਮੂਹ ਦੇ ਮੂੰਹ। ਹਾਂ ਚਾਚੀ 4000। ਹੁਣ ਤਾਂ ਕੋਈ ਉਹਦਾ ਹੀ ਹੱਥ ਪਾਊ। ਕੰਤੋ 5000। ਪੰਜ ਹਜ਼ਾਰ 1, 5002, 5003। ਲਓ ਜੀ ਇਸ ਵਾਰ ਕਮੇਟੀ ਹੋਈ ਸੁਖਦੇਵ ਸਿੰਘ ਹੋਰਾਂ ਦੀ, ਉਹ ਵੀ 5000 ਘਾਟੇ ਤੇ। ਬਹੁਤ ਬਹੁਤ ਵਧਾਈਆਂ ਜੀ, ਕਮੇਟੀ ਹੋ ਗਈ ਤੁਹਾਡੀ। ਲਓ ਜੀ ਹੁਣ ਸਾਰੇ ਆਪਣੀ ਆਪਣੀ ਕਮੇਟੀ ਟਾਈਮ ਨਾਲ ਭੇਜ ਦਿਓ, 5 ਦਿਨਾਂ ਦੇ ਅੰਦਰ ਅੰਦਰ ਕਮੇਟੀ ਦੇਣੀ ਹੈ ਸੁਖਦੇਵ ਸਿੰਘ ਹੋਰਾਂ ਦੀ। ਫਸ ਗਿਆ ਸਰ। ਚਲੀਏ ਆਪਾਂ ਵੀ ਹੋਰ। ਚੇਅਰ ਮੈਂ ਸੀਤੋ ਭੈਣ ਦੀਆਂ ਮਿੰਨਤਾਂ ਕਰ ਕਰ ਉਹਨੂੰ ਮਸਾਂ ਬਣਾ ਵੀ ਕਮੇਟੀ ਮੈਚ ਪੁਣੀ ਆ।
ਇਹਨੇ ਕੰਜਰ ਦੇ ਨੇ ਹੋਰ ਹੀ ਵਾਂਝਾ ਵਾ ਦਿੱਤਾ, 5000 ਦਾ ਨੁਕਸਾਨ ਕਰਾ ਕੇ ਰੱਖ ਦਿੱਤਾ। ਕੰਜਰ ਚੱਲ ਘਾਟਾ ਨੂੰ ਪਿਆ ਹੋਣਾ ਜਿੰਨੇ ਚੁੱਕੀ ਹੋਣੀ ਤੈਨੂੰ ਕੀ ਵੀਰ, ਕੀ ਗੱਲਾਂ ਕਰਦਾ, 5000 ਦੇ ਘਾਟੇ ਵਾਲੀ ਕਮੇਟੀ ਮੇਰੇ ਪੇਟੇ ਪਈ ਆ। ਹੈਂ 5000 ਦੀ ਕਮੇਟੀ ਸੀ ਤੇਰੇ ਹੱਥ ਕੀ ਆਇਆ ਹੋਣਾ, ਇਹਨੂੰ ਤਾਂ ਕੰਜਰ ਨੂੰ ਮੈਂ ਸੂਤ ਕਰਦਾ। ਇੱਧਰ ਫੜਾ ਜੁੱਤੀ, ਚਾਪਾ ਪਾ ਕੇ ਬਹਿ ਗਏ, ਸਾਹ ਨਹੀਂ ਲੈਣ ਦਿੰਦੇ। ਇੱਧਰ ਆ ਕੰਜਰ, ਬਸ ਡੈਡੀ ਇੱਕ ਆ ਤੇਰੇ ਕਰਕੇ ਜਾ ਕੇ ਮੈਂ ਬੋਲੀ ਚ ਬੋਲੀ ਵਧਾਈ, ਹੋਰ ਤੂੰ ਕਹਿੰਦਾ ਛਿਲ ਲਾਉਣਾ, ਆਪੇ ਤਾਂ ਤੇਰਾ ਦੀ ਮੰਮੀ ਸਲਾਹ ਕਰਦਾ ਸੀਗਾ ਵੀ ਤੈਨੂੰ ਪੈਸੇ ਆਉਣਗੇ ਤੇ ਝੰਜਾ ਬਣਾ ਕੇ ਦੇਣੀਆਂ। ਜੇ ਇਹ ਜਿਹੀਆਂ ਗੱਲਾਂ ਜਵਾਕਾਂ ਸਾਹਮਣੇ ਕਰੇਗਾ ਤਾਂ ਆਹੀ ਕੁਛ ਹੋਣਾ। ਮੈਂ ਕੀ ਕੀਤਾ, ਮੈਂ ਤੇ ਉਹ ਮਾੜੀ ਜੀ ਸਲਾਹ ਕਰ ਰਿਹਾ ਕਿ ਗਹਿਣਾ ਬਣ ਜੂ ਇਸੇ ਬਹਾਨੇ ਘਰ ਨਾ, ਸਲਾਹ ਕਰਨ ਨੂੰ ਝੰਜ ਰਹੇ ਗਈ ਅਸੀਂ। ਮੁੰਡਾ ਤੇਰਾ ਵਿਆਹਣ ਵਾਲਾ, ਤੇਰੀਆਂ ਮਸ਼ਕਰੀਆਂ ਨਹੀਂ ਮੁੱਕਦੀਆਂ ਤੀਵੀ ਨਾਲ। ਚਲੋ ਬੀਬੀ ਤੇਰੇ ਨਾਲ ਬਾਅਦ ਚ ਨਜਿੱਠ ਲੂ, ਪਹਿਲਾਂ ਇਹਦੇ ਹੱਡ ਤੱਕ ਚੱਲ। ਵੱਡਾ ਆਇਆ ਹੱਡ ਤੱਕ ਕਰਨ ਵਾਲਾ, ਇਹ ਤਾਂ ਹੈ ਹੀ ਛਿੱਤਰਾਂ ਦੇ ਕਾਬਲ, ਪਰ ਕੋਈ ਨੀ ਜੇ ਘਰੇ ਨੀ ਤਾਂ ਬਾਹਰੋਂ ਖਾ ਕੇ ਹੀ ਆਊਗਾ ਨਾ। ਤੂੰ ਇਹਦੇ ਮਗਰ ਪਿਆ, ਆਪਦਾ ਮੁੰਡਾ ਕਿੱਥੇ ਹੈ ਪਤਾ ਕੀਤਾ ਉਹਦਾ? ਬੀਬੀ ਬੀਬੀ ਰਾਤ ਗੱਲ ਹੋਈ ਸੀ ਮੇਰੀ ਉਹਦੇ ਨਾਲ, ਕਹਿੰਦਾ ਸੀ ਪਰਸੋਂ ਸਵੇਰੇ ਹੀ ਆਜੂ। ਆਹੋ ਜਦੋਂ ਵਹੁਟੀ ਆਊਗੀ ਉਦੋਂ ਹੀ ਆਊਗਾ। ਹੇ ਸੱਚੇ ਪਾਤਸ਼ਾਹ, ਮੈਂ ਤਾਂ ਉਸ ਵੇਲੇ ਨੂੰ ਪਛਤਾਉਣੀ ਆ ਜਦੋਂ ਮੈਂ ਉਹਦੇ ਮਨ ਮਰਜ਼ੀ ਦੇ ਵਿਆਹ ਕਰਾਉਣ ਨੂੰ ਰਾਜ਼ੀ ਹੋ ਗਈ ਸੀ। ਮੁੰਡਾ ਪੂਰਾ ਰਣਮਰੀਦ ਹੈ। ਨਾ ਨਾ ਬੀਬੀ ਚੁੱਪ ਕਰਨੀ, ਵਹੁਟੀ ਜਦੋਂ ਪੇਕੇ ਜਾਂਦੀ ਉਹਦੇ ਮਗਰ ਮਗਰ ਜਾਂਦਾ, ਉਦੋਂ ਆਊਗਾ ਜਦੋਂ ਉਹ ਆਊਗੀ। ਬਿਲਕੁਲ ਸਹੀ ਹੈ ਬੀਬੀ, ਆਪਣੀ ਗੁਆਂਢਣ ਕਹਿੰਦੀ ਸੀ ਉਦਾਂ ਤਾਂ ਚੌਲ ਥੱਲੇ ਨਹੀਂ ਲੱਗਦੇ ਜਿੱਦਾਂ ਇਹਨਾਂ ਦਾ ਮੁੰਡਾ ਪੁੱਲੀ ਥੱਲੇ ਲੱਗਾ। ਪਕਾਈ ਨਾ ਮਾਰ, ਐਵੇਂ ਛਿੱਤਰ ਨਾ ਖਾਣੀ ਮੈਥੋਂ। ਉਹ ਬੇਬੇ ਜੇ ਉਹ ਸਹੁਰੇ ਦੇ ਜਾਂਦਾ ਉਹ ਕਿਹੜਾ ਸਹੁਰੇ ਦੇ ਘਰ ਜਾਂਦਾ, ਦੋਸਤਾਂ ਮਿੱਤਰਾਂ ਨਾਲ ਰਹਿ ਕੇ ਵਾਪਸ ਆ ਜਾਂਦਾ, ਕਹਿੰਦਾ ਸੀ ਨਾ ਸਹੁਰੇ ਦੇ ਘਰ ਪੈਰ ਨਹੀਂ ਪਾਉਣਾ, ਅਤੇ ਵੇਖ ਲਾ ਉਹਨੇ ਨਹੀਂ ਪਾਇਆ ਫਿਰ। ਉਂਝ ਜਿਵੇਂ ਵੀ ਆ ਪੋਤਾ ਤੇਰਾ ਹੈ ਅਣਖੀ। ਮੱਚ ਮੇਰਾ ਤਾਂ ਬਹੁਤ ਬੁਰਾ ਹਾਲ ਹੋ ਚੱਲਿਆ ਸੀ। ਬੁਰਾ ਹਾਲ ਤਾਂ ਇੱਥੇ ਮੇਰਾ ਹੋ ਗਿਆ, ਇੰਨਾ ਟਾਈਮ ਕੌਣ ਲਾਉਂਦਾ ਯਾਰ। ਇੰਨਾ ਗੁੱਸਾ ਹੋਣ ਵਾਲੀ ਕੀ ਗੱਲ ਹੈ, ਤੁਹਾਨੂੰ ਪਤਾ ਨਹੀਂ ਇੰਨਾ ਟਾਈਮ ਤਾਂ ਲੱਗ ਜਾਂਦਾ ਹੁੰਦਾ। ਤੁਸੀਂ ਤਾਂ ਰਹਿਣੀ ਦਿਓ। ਕੇ ਦਸਤਾ ਕੇ ਤੂੰ ਹੀ ਮੰਜ਼ਿਲ ਤੂੰ ਹੀ ਰਸਤਾ, ਦਿਲ ਦਾ ਹਾਲ ਬੋਲ ਕੇ ਦਸਤਾ ਕੇ ਤੂੰ ਹੀ ਮੰਜ਼ਿਲ ਤੂੰ ਹੀ ਰਸਤਾ, ਅੱਖਾਂ ਨੂੰ ਸੁਪਨੇ ਤੇਰੇ ਨੀ ਦਿਨ ਰਾਤ ਸਤਾਉਂਦੇ ਆ, ਇਹ ਦਿਲ ਮੇਰਾ ਤੇ ਮੈਂ ਤੈਨੂੰ ਹੱਦ ਤੋਂ ਵੱਧ ਚਾਹੁੰਦੇ ਆ, ਇਹ ਦਿਲ ਮੇਰਾ ਚਾਹੁੰਦੇ ਆ।
ਹੁਸਨ ਦੀਆਂ ਹੱਦਾਂ ਤੇਰੇ ਤੇ ਆ ਕੇ ਮੁੱਕਦੀਆਂ ਨੇ ਰੂਪ ਤੇਰੇ ਦੇ ਅੱਗੇ ਅੜੀਏ ਪਰੀਆਂ ਚੁੱਕਦੀਆਂ ਨੇ ਹਾਂ ਪਰੀਆਂ ਚੁੱਕਦੀਆਂ ਨੇ ਤੋਰਾਂ ਤੇਰੀਆਂ ਮੋਰ ਮੈਂ ਸੁਣਿਆ ਵੇਖਣ ਆਉਂਦੇ ਆ ਇਹ ਦਿਲ ਮੇਰਾ ਤੇ ਮੈਂ ਤੈਨੂੰ ਹੱਥੋਂ ਵੱਧ ਚਾਹੁੰਦੇ ਆ ਇਹ ਦਿਲ ਮੇਰਾ ਤੇ ਮੈਂ ਤੈਨੂੰ ਹੱਥੋਂ ਵੱਧ ਚਾਹੁੰਦੇ ਆ ਸ਼ੁਰੂ ਤੇਰੇ ਤੋਂ ਖਤਮ ਤੇਰੇ ਤੇ ਜ਼ਿੰਦਗੀ ਤੇਰੇ ਨਾਲ ਤੇਰੇ ਨਾਲ ਹੀ ਰਹਿ ਕੇ ਮਿਲਦਾ ਦਿਲ ਨੂੰ ਚੈਨ ਹਾਂ ਦਿਲ ਨੂੰ ਚੈਨ ਨਾਮ ਤੇਰੇ ਦੇ ਅੱਖਰ ਰੱਬ ਦਾ ਨਾਮ ਭੁਲਾਉਂਦੇ ਆ ਇਹ ਦਿਲ ਮੇਰਾ ਤੇ ਮੈਂ ਤੈਨੂੰ ਹੱਥੋਂ ਵੱਧ ਚਾਹੁੰਦੇ ਆ ਇਹ ਦਿਲ ਮੇਰਾ ਤੇ ਮੈਂ ਮੋਮ ਆਹ ਨਾ ਤੁਸੀਂ ਬਹੁਤ ਵਧੀਆ ਕੀਤਾ ਹੁਣ ਮੈਂ ਸੋਚ ਰਿਹਾ ਕੱਲ ਮੈਂ ਵੀ ਇਹਨੂੰ ਬੁਲਾ ਲਾਂ ਤੇ ਫੇਸ ਕਲੀਨ ਕਰਾ ਲਾਂ ਅੱਧੀ ਰਾਤ ਨੂੰ ਵੀ ਨੌਕ ਕਟਵਾਉਂਦਾ ਪਹਿਲਾਂ ਕੋਈ ਮਿਡਲ ਕਲਾਸ ਮੈਂਟੈਲਿਟੀ ਹੈ ਤੁਹਾਡੀ ਤੂੰ ਕੀ ਕਰ ਰਹੀ ਹੈ ਨਾ ਕੁਛ ਨਹੀਂ ਹੁਣ ਤੂੰ ਕਿੱਧਰ ਨੂੰ ਤੁਰ ਪਈ ਹੈ ਪਾਪਾ ਓਬਵੀਅਸਲੀ ਰੂਮ 'ਚ ਜਾਊਂਗੀ ਹੋਰ ਕਿੱਥੇ ਜਾਣਾ ਮੈਂ Are you comfortable, ma'am? ਹਾਂ ਠੀਕ ਹੈ ਬਟ ਥੋੜਾ ਜਿਹਾ ਨਾ ਮੇਰੇ ਨੇਲ ਕਟਸ ਦਾ ਧਿਆਨ ਰੱਖਣਾ ਬੇਟਾ ਠੀਕ ਕਿਸੇ ਨਾਲ ਮੈਚ ਨਹੀਂ ਕਰਨੇ ਚਾਹੀਦੇ ਹਾਂ ਠੀਕ ਹੈ ਮੈਮ ਨੌ ਕੱਟਣ ਦੇ ਵੀ ਵੱਖਰੇ ਢੰਗ ਹੁੰਦੇ ਪਹਿਲਾਂ ਇਹ ਤਾਂ ਸਭ ਦੇ ਇੱਕੋ ਜਿਹੇ ਹੁੰਦੇ ਨੇ ਤੁਹਾਨੂੰ ਕੁਝ ਪਤਾ ਹੈ ਚੁੱਪ ਕਰੋ ਓਕੇ ਬਾਏ ਉਹ ਜਾਣਾ ਜ਼ਰੂਰੀ ਹੈ ਪੱਕਾ ਕਿਉਂ ਜੀ ਨਹੀਂ ਭਰਿਆ ਉਹ ਵੀਰੇ ਉਹ ਮੈਨੂੰ ਨਹੀਂ ਲੱਗਦਾ ਤੁਹਾਡਾ ਹਿਸਾਬ ਕਿਤਾਬ ਜਾਂ ਮੁੱਕਣਾ ਮੈਨੂੰ ਮੇਰੇ ਪੈਸੇ ਦਿਓ ਮੈਂ ਤਾਂ ਜਾਵਾਂ ਕਰ ਲਓ ਕਰ ਲਓ ਭੇ ਇੰਨਾ ਚਿਰ ਹੋ ਗਿਆ ਆਪਣੇ ਵਿਆਹ ਨੂੰ ਤੁਸੀਂ ਅੰਦਰ ਕਿਉਂ ਨਹੀਂ ਆਉਂਦੇ ਯਾ ਅਜੇ ਵੀ ਉਹੀ ਜੇਤ ਹੈ ਆਊਂਗਾ ਜੋ ਆਈਆਂ ਘਰ ਦਾ ਨਾਲੇ ਟੌਰ ਨਾਲ ਆਊਂਗਾ ਪਰ ਟਾਈਮ ਆਉਣ ਤੇ ਤੁਹਾਡਾ ਸਹੀ ਟਾਈਮ ਪਤਾ ਨਹੀਂ ਕਦੋਂ ਆਉਣਾ ਮੈਂ ਚੱਲੀ ਸੋਚ ਲਾ ਸੋਚ ਲੈ ਇਹ ਦਿਲ ਮੇਰਾ ਤੇ ਮੈਂ ਤੈਨੂੰ ਨਾ ਤੂੰ ਜਾ ਕੇ ਧਾਰਾਂ ਚੋਣੀ ਹੈ ਸੜਾ ਹੋਇਆ
ਤੂੰ ਦੱਸ ਕਾਕਾ, ਮੇਰੇ ਨੇਲ ਕਟਸ ਮੈਚ ਹੁੰਦੇ ਨੇ ਕਿਸੇ ਨਾਲ? ਨੋ ਮੈਮ। ਚੜੇਲਿਆਂ ਦਾ ਵੀ ਨੋ ਮੈਚ ਹੋਏ ਨੇ ਕਦੇ ਕਿਸੇ ਨਾਲ? ਹੂੰ, ਕੀ ਕਿਹਾ? ਕਿਰਤ, ਕਿਰਤ ਆ ਗਈ। ਹੈਲੋ ਬੇਟਾ। ਹਾਂਜੀ ਪਾਪਾ। ਕੱਲੀ ਆਈ ਹੈ ਜਾਂ? ਹਰਮੀਤ ਡ੍ਰੌਪ ਕਰਕੇ ਗਏ। ਤੁਸੀਂ ਵੀ ਨਾ ਮੋਮ? ਅੱਛਾ, ਜੇ ਉਹ ਦਰਵਾਜ਼ੇ ਤੱਕ ਆ ਗਿਆ ਸੀ ਤਾਂ ਅੰਦਰ ਨਹੀਂ ਸੀ ਆ ਸਕਦਾ? ਕਿ ਉਹਦੇ ਲਈ ਬੈਂਡ ਵਾਜੇ ਭਿਜਵਾਵਾਂ ਮੈਂ ਅੰਦਰ ਆਉਣ ਲਈ? ਡੈਡ, ਤੁਸੀਂ ਸਮਝਾਓ ਨਾ ਮੋਮ ਨੂੰ, ਪਤਾ ਤਾਂ ਹੈ ਤੁਹਾਨੂੰ ਮੋਮ ਅਤੇ ਉਹਨਾਂ ਦਾ ਨੇਚਰ ਕਿੰਨਾ ਮੈਚ ਕਰਦਾ। ਐਵੇਂ ਕੋਈ ਅਬੀਨਬੀ ਹੋਊਗੀ ਕੋਈ ਫਾਇਦਾ? ਨਾਲੇ ਉਹ ਖੁਸ਼ ਅਤੇ ਮੈਂ ਖੁਸ਼। ਉਹਦੀ ਖੁਸ਼ੀ ਦਾ ਹਮੇਸ਼ਾ ਖਿਆਲ ਰਹਿੰਦਾ ਤੈਨੂੰ, ਪਰ ਮਾਂ ਦੀ ਖੁਸ਼ੀ ਨੂੰ ਕਦੇ ਇੰਪੋਰਟੈਂਸ ਨਹੀਂ ਦਿੱਤੀ ਤੂੰ। ਉਸ ਪਿੰਡੂ ਸਟੱਫ ਨਾਲ ਵਿਆਹ ਕਰਵਾ ਲਿਆ। ਇਟਸ ਓਕੇ, ਬਸ ਲੀਵ ਇਟ, ਪੇਮੈਂਟ ਕਰ ਦਿਓ ਇਹਦੀ। ਮੋਮ, ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਇੱਕ ਮਿੰਟ ਗੱਲ ਸੁਣਿਓ ਮੇਰੀ। ਦੇਖ ਮਾਂ ਦੀ ਪੂੰਛ ਕਿਵੇਂ ਮਗਰ ਮਗਰ ਜਾਂਦਾ ਹੈ। ਹਾਂ ਵੀ ਕਾਕਾ, ਕਿੰਨੇ ਪੈਸੇ ਨੇ? 1500। ਹੈਂ, ਕਿੰਨੇ? 1500। ਉਰੇ ਆ, ਇੱਧਰ। ਹਾਂਜੀ, ਕੀਤਾ ਕੀ ਹੋ ਤੂੰ 1500 ਰੁਪਏ ਦਾ? ਹੈਂ, ਨੌ ਕੱਟਣ ਤੇ 1500 ਮੰਗ ਰਿਹਾ? ਹਾਂਜੀ। ਮਾਮਾ, ਮੈਂ ਬਲੇਡ ਲੈ ਕੇ ਨਾ ਇੱਕ ਪਾਸੇ ਤੋਂ ਸਾਰੇ ਕੱਟ ਕੇ ਪਰੇ ਮਾਰਦਾ ਤੇ ਨੇਲ ਕਟਰ ਦੀ ਵੀ ਲੋੜ ਨਹੀਂ ਪੈਂਦੀ। ਰੁਪਈਆ ਮਿਲੂ 1000, ਉਹ ਵੀ ਦਿਲ ਤੇ ਪੱਥਰ ਰੱਖ ਕੇ ਦਊਂਗਾ ਮੈਂ। ਸਮਝ ਗਿਆ? ਠੀਕ ਹੈ ਜੀ। ਹੈਂ, ਠੀਕ ਹੈ। ਬਹਿਸ ਨਹੀਂ ਕਰ ਰਿਹਾ ਜੀ, ਮੈਂ ਤਾਂ ਇਹਨੂੰ ਟਿਪ ਦੇ ਰਿਹਾ 200 ਰੁਪਏ। ਇਹ ਲੈਂਦਾ ਹੀ ਨਹੀਂ ਕਮਲਾ ਜਾ। ਅਫਰ, ਜੇ ਮੁੜ ਕੇ ਇਸ ਘਰ ਚ ਆ ਗਿਆ ਨਾ ਤਾਂ ਤੇਰੀਆਂ ਲੱਤਾਂ ਤੋੜ ਦੂ, ਸਮਝ ਗਿਆ? ਚੰਗਾ ਕਾਕਾ, ਚੰਗਾ, ਫੇਰ ਆਈ, ਬਹੁਤ ਵਧੀਆ ਕੰਮ ਕੀਤਾ ਤੂੰ। ਤੂੰ ਨਹੀਂ ਮਿਲਣਾ ਨਾ ਮੈਨੂੰ, ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ, ਆ ਗਈ ਗੱਲ ਸਮਝ? ਓਕੇ ਓਕੇ, ਬਾਏ ਬਾਏ ਬਾਏ। ਜੀ ਜੀ ਜੀ। ਆ ਫੋਨ ਦੇਖੀ ਕਿਹਦਾ ਆ ਰਿਹਾ? ਤੁਹਾਡੇ ਰਾਂਝੇ ਦਾ, ਹੋਰ ਕਿਹਦਾ ਹੋਣਾ? ਹਾਂਜੀ, ਕੀ ਹੋਇਆ? ਹੋਣਾ ਕੀ ਆ, ਤੇਰੇ ਦਰਸ਼ਨ ਕੀਤੇ ਬਿਨਾਂ ਨੀਂਦ ਨਹੀਂ ਆਉਂਦੀ। ਤੁਸੀਂ ਬਾਹਰ ਆਏ ਹੋ? ਬਿਲਕੁਲ। ਦੀਦੀ ਦੇ ਵਿਆਹ ਨੂੰ ਨਾ ਸਾਲ ਹੋ ਗਿਆ ਤੇ ਜੀਜੂ ਹਲੇ ਵੀ ਡੋਰ ਦੇ ਬਾਹਰ ਆਉਂਦਿਆ, ਤੇ ਤੂੰ ਅੱਜ ਤੋਂ ਬਾਅਦ ਮੈਨੂੰ ਕਾਲ ਜਾਂ ਮੈਸੇਜ ਨਾ ਕਰੀ। ਆਈ ਗੱਲ ਸਮਝ? ਗੱਲ ਤਾਂ ਸੁਣ ਮੇਰੀ। ਬੰਦਰ ਜਾ। ਹਾਏ ਓਏ, ਹੁਣ ਹੋਈ ਹੈ ਸਾਡੀ ਤਾਂ ਗੁੱਡ ਨਾਈਟ। ਕਦੋਂ ਸੁਧਰਨਾ? ਤੁਹਾਨੂੰ ਪਤਾ ਇੱਕ ਸਾਲ ਹੋ ਚੱਲਿਆ ਆਪਣੇ ਵਿਆਹ ਨੂੰ, ਹੁਣ ਤਾਂ ਇਹ ਕੰਮ ਛੱਡ ਦਿਓ। ਫੇਰ ਕੀ ਹੋ ਗਿਆ ਜੇ ਵਿਆਹ ਨੂੰ ਸਾਲ ਹੋ ਗਿਆ? ਜਦ ਤੂੰ ਬੁੜੀ ਵੀ ਹੋ ਗਈ ਨਾ ਤਾਂ ਵੀ ਤੈਨੂੰ ਐਂ ਛੱਤ 'ਤੇ ਬੁਲਾਇਆ ਕਰਨਾ ਅਤੇ ਐਂ ਜੱਟ ਨੇ ਬੁੱਟ 'ਤੇ ਆਇਆ ਕਰਨਾ। ਪਾਗਲ ਹੋ ਤੁਸੀਂ, ਸਿਰਫ ਤੇਰੇ ਲਈ। ਆਈ ਲਵ ਯੂ ਅਲਾਟ। ਮੇਰੇ ਵੱਲੋਂ ਵੀ ਆਹੀ ਕੁਛ, ਪਰ ਤੇਰੇ ਨਾਲੋਂ ਜ਼ਿਆਦਾ। ਐਜ਼ ਯੂਜੂਅਲ, ਦੇਸੀ ਜਵਾਬ। ਚੱਲ ਠੀਕ ਆ, ਮੈਂ ਚੱਲਦਾ, ਤੂੰ ਸੌਂ ਜਾ। ਇੱਕ ਸੈਕਿੰਡ ਰੁਕ ਜਾਓ। ਨਾ ਜੀ ਨਾ, ਅਸੀਂ ਦੇਖਣਾ ਸੀ ਨਾ, ਅਸੀਂ ਆ ਗਏ। ਹੁਣ ਜਿਹਨੇ ਸਾਨੂੰ ਦੇਖਣਾ ਉਹ ਆਪ ਥੱਲੇ ਆਵੇ। ਬੜੇ ਖਰਾਬ ਹੋ। ਠੀਕ ਹੈ ਫਿਰ, ਮੈਂ ਵੀ ਚੱਲੀ ਹਾਂ ਸੌਣ। ਗੁੱਡ ਨਾਈਟ। ਨਾਲੇ ਸਵੇਰੇ ਟਾਈਮ ਸਿਰ ਤਿਆਰ ਹੋ ਜੀ, ਪਿੰਡ ਜਾਣਾ ਆਪਾਂ। ਓਕੇ।
ਚੱਲ ਠੀਕ ਆ, ਚੰਗਾ। ਦਿਲ ਦਾ ਹਾਲ ਬੋਲ ਕੇ ਦੱਸਤਾ ਕਿ ਤੂੰ ਹੀ ਮੰਜ਼ਿਲ ਤੂੰ ਹੀ ਰਸਤਾ, ਅੱਖਾਂ ਨੂੰ ਸੁਪਨੇ ਤੇਰੇ ਨੀ ਦਿਨ ਰਾਤ ਸਤਾਉਂਦੇ ਆ, ਇਹ ਦਿਲ ਮੇਰਾ ਤੇ ਮੈਂ ਤੈਨੂੰ ਹੱਥੋਂ ਵੱਧ ਚਾਹੁੰਦੇ ਆ, ਇਹ ਦਿਲ ਮੇਰਾ ਤੇ ਮੈਂ ਤੈਨੂੰ ਹੱਥੋਂ ਵੱਧ ਚਾਹੁੰਦੇ। ਯਾਰ ਡੈਡੀ ਤੈਨੂੰ ਕਿੰਨੀ ਵਾਰੀ ਕਿਹਾ ਪਰ ਇਹਨੂੰ ਮੂੰਹ ਕਰਕੇ ਸੋਇਆ ਕਰ, ਹੁਣੇ ਮੈਨੂੰ ਅਟੈਕ ਕਰਾ ਦੇਣ ਲੱਗਾ ਸੀ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ ਅਮਨ ਪੁੱਤਰ। ਹਾਂਜੀ, ਕੋਈ ਚਿੰਤਾ ਵਾਲੀ ਗੱਲ ਤਾਂ ਨਹੀਂ ਹੈ? ਓਹੋ ਅੰਕਲ ਜੀ, ਤੁਸੀਂ ਚਿੰਤਾ ਨਾ ਕਰੋ, ਮੈਂ ਕਿਰਤ ਨੂੰ ਬਚਪਨ ਤੋਂ ਜਾਣਦੀ ਹਾਂ, ਐਵੇਂ ਹਲਕੀ ਜਿਹੀ ਪੇਨ ਹੋਈ ਨਹੀਂ ਤਾਂ ਤੁਹਾਨੂੰ ਐਵੇਂ ਪਰੇਸ਼ਾਨ ਕਰ ਦਿੰਦੀ ਹੈ। ਤੁਸੀਂ ਬੈਠੋ, ਮੈਂ ਦੇਖਦੀ ਹਾਂ। ਠੀਕ ਹੈ ਪੁੱਤਰ। ਮੇਰੀ ਵੀ ਤਾਂ ਬੇਟੀ ਆ, ਉਹ ਤੁਸੀਂ ਕੁਝ ਜ਼ਿਆਦਾ ਹੀ ਵਰਡ ਹੋ ਜਾਂਦੇ ਹੋ। ਕਮ ਔਨ, ਬੀ ਏ ਮੈਨ। ਮੈਨ ਤਾਂ ਮੈਂ ਹੈਗਾ, ਪਰ ਨਾਲ ਨਾਲ ਧੀ ਦਾ ਪਿਓ ਵੀ ਹੈ। ਟਿਪੀਕਲ ਫਾਦਰ। ਲਓ ਜੀਜੂ ਵੀ ਆ ਗਏ। ਜਿਉਂਦਾ ਰਹਿ ਬਣਾ ਜੀ। ਕੀ ਹੋਇਆ ਜੀ ਕੀਰਤ ਨੂੰ? ਘੰਟਾ ਪਹਿਲਾਂ ਤਾਂ ਠੀਕ ਸੀ ਉਹ, ਮੇਰੇ ਨਾਲ ਫੋਨ 'ਤੇ ਗੱਲ ਹੋਈ ਆ, ਮੈਂ ਦੇਖ ਕੇ ਗਿਆ। ਕੁਝ ਨਹੀਂ ਹੋਇਆ ਉਸਨੂੰ, ਬਸ ਥੋੜ੍ਹਾ ਜਿਹਾ ਪੇਟ 'ਚ ਦਰਦ ਸੀਗਾ, ਅਸੀਂ ਉਹਨੂੰ ਇੱਥੇ ਲਿਆਏ। ਅਮਨ ਗਈ ਹੈ ਅੰਦਰ, ਹੁਣੇ ਬਾਹਰ ਆ ਕੇ ਸਭ ਦੱਸ ਦਿੰਦੀ ਹੈ। ਮੰਮੀ, ਆਈ ਥਿੰਕ ਕਿਰਤ ਨੇ ਨਾ ਬਾਹਰ ਕੁਝ ਸਸਤਾ ਅਤੇ ਮਾੜਾ ਖਾ ਲਿਆ ਹੋਣਾ, ਇਸ ਕਰਕੇ ਪੇਟ ਦਰਦ ਹੋ ਗਿਆ ਹੋਣਾ। ਇਹੀ ਦੋਵੇਂ ਜਾਣੇ ਗਏ ਸੀ ਬਾਹਰ, ਰੋਡ ਤੋਂ ਕੋਈ ਗੰਦਾ ਸਟਰੀਟ ਫੂਡ ਖਾ ਲਿਆ ਹੋਏਗਾ। ਇੱਦਾਂ ਦਾ ਕੁਛ ਨਹੀਂ ਖਾਧਾ ਜੀ ਅਸੀਂ, ਬਸ ਨੋਰਮਲ ਘੁੰਮੇ ਆ ਅਤੇ ਸ਼ੋਪਿੰਗ ਕੀਤੀ ਆ। ਕੋਈ ਨਾ ਪੁੱਤਰ, ਤੂੰ ਫਿਕਰ ਨਾ ਕਰ। ਲਓ ਜੀ, ਘਰ ਵਾਲਾ ਸਾਹਿਬ ਵੀ ਆ ਗਏ ਨੇ ਕਿਰਤ ਦੇ। ਕਿਰਤ ਕਿਵੇਂ ਆ ਜੀ ਹੁਣ? ਕਿਰਤ ਬਿਲਕੁਲ ਠੀਕ ਹੈ, ਤੁਸੀਂ ਹੁਣ ਮੂੰਹ ਮਿੱਠਾ ਕਰਾਉਣ ਦੀਆਂ ਤਿਆਰੀਆਂ ਕਰੋ। ਹਾਂ, ਮਤਲਬ? ਆਂਟੀ ਜੀ, ਤੁਸੀਂ ਨਾਨੀ ਬਣਨ ਵਾਲੇ ਹੋ। ਅੰਕਲ ਜੀ ਨਾਨਾ, ਮੈਂ ਮਾਸੀ, ਤੁਸੀਂ ਪਾਪਾ ਬਣਨ ਵਾਲੇ ਹੋ। ਵਾਹ, ਸੋ ਸਵੀਟ। ਕਿਵੇਂ ਆ ਮੈਡਮ ਜੀ? ਹੁਣ ਜੀਜਾਈ ਨੂੰ ਕਹੋ ਥੋੜੀ ਥੋੜੀ ਐਕਸਟਰਾ ਕੇਅਰ ਕਰਾਂ। ਕੇਅਰ ਤਾਂ ਐਕਸਟਰਾ ਕਰਨੀ ਪੈਗੀ, ਸੋ ਕਿਰਤ ਹੁਣ ਮੇਰੇ ਕੋਲ ਰਹਿ ਗਈ ਸ਼ਹਿਰ। ਕੇਅਰ ਤਾਂ ਇਹਦੀ ਪਹਿਲਾਂ ਹੀ ਬਹੁਤ ਹੁੰਦੀ ਹੈ ਜੀ, ਹੁਣ ਤਾਂ ਪਿੰਡ ਜਾ ਕੇ ਵਕਤ ਪਊਗਾ ਜਾਂ ਸਭ ਨੂੰ ਖੁਸ਼ਖਬਰੀ ਸੁਣਾਈ। ਕੀਰਤ, ਸਵੇਰੇ ਪਿੰਡ ਚੱਲੇ ਆਪਾਂ। ਚੱਲ। ਬਿਲਕੁਲ ਬਿਲਕੁਲ ਜੀ, ਜੁੜਨੇ ਸ਼ੁਰੂ ਹੋ ਗਏ ਅੱਜ ਫਿਰ,
ਲਓ ਜੀ ਅਸੀਂ ਅੱਜ ਆਪਣੇ ਪਿੰਡ ਤੋਂ ਲਾਈਵ ਹੋ ਚੁੱਕੇ ਹਾਂ। ਲਓ ਜੀ ਸਾਨੂੰ 71 ਦੇ ਸਕੂਟਰ 'ਤੇ ਸਾਡੀ ਦਾਦੀ ਬਹਿ ਕੇ ਆ ਗਈ, ਸਾਡੀ ਦਾਦੀ ਵੀ ਸਾਨੂੰ 71 ਦੀ ਹੈ। ਲਓ ਹੁਣ ਉੱਤਰਦਿਆਂ ਕਲੇਸ਼ ਪਾਊਗੀ। ਆ ਲਓ ਜੀ ਪੈ ਗਿਆ ਕਲੇਸ਼। ਹਾਏ ਹਾਏ ਪਾਸੇ ਭੰਨ ਕੇ ਰੱਖ ਲਈ, ਸਾਰੀ ਉਮਰ ਲੰਘੀ ਸਕੂਟਰ ਨਹੀਂ ਚਲਾਉਣਾ ਆਇਆ ਤੈਨੂੰ। ਤੇ ਤੂੰ ਸਿੱਖ ਲਾ, ਹੱਥ ਕਰਦੀਆਂ ਮਾਤਾ, ਆਰਾਮ ਨਾਲ ਤੈਨੂੰ ਲੈ ਕੇ ਗਿਆ, ਆਰਾਮ ਨਾਲ ਤੈਨੂੰ ਲੈ ਕੇ ਆਇਆ, ਹੋਰ ਤੈਨੂੰ ਸਕੂਟਰ 'ਤੇ ਬਿਸਤਰਾ ਵੀ ਜਾ ਕੇ ਲੈ ਜਾਂਦਾ। ਸਤਿ ਸ਼੍ਰੀ ਅਕਾਲ ਬੇਬੇ। ਉਹ ਜਿੰਦਰ ਆਈ ਜਰਾ, ਉਹ ਜਿੰਦਰ ਉਹ ਹੱਥ ਪਵਾਈ ਜਰਾ। ਚੱਲ ਕੋਈ ਨੀ ਮੈਂ ਲੈ ਜਾਂਦਾ ਆਪੇ। ਜਿੰਦਰ ਹਾਂਜੀ ਬੀਬੀ, ਸਿੱਧੀ ਬੈਂਕ ਤੋਂ ਆ ਰਹੀ ਆ ਪੇਮੈਂਟ, ਫੁੱਲ ਹੈ ਜੀ, ਅੱਜ ਨਜ਼ਾਰੇ ਵੱਜਣਗੇ। ਆ ਲੈ ਬੈਂਕ ਦੀ, ਤੂੰ ਕੀ ਕਰਨੀ ਹੈ, ਤੂੰ ਤਾਂ ਕਦੇ ਸਕੂਲ ਦੀ ਕਾਪੀ ਨਹੀਂ ਸਾਂਭੀ, ਇਹ ਮੇਰੇ ਸੰਦੂਕ 'ਚ ਰੱਖ ਦੇ। ਠੀਕ ਹੈ ਬੀਬੀ। ਅਤੇ ਆ ਲੈ 2000 ਰੁਪਇਆ, ਰਾਸ਼ਨ ਲਿਆ ਤਾ ਅਤੇ ਘਰ ਦੇ ਛੋਟੇ ਮੋਟੇ ਖਰਚੇ। ਠੀਕ ਹੈ ਬੀਬੀ, ਠੀਕ ਹੈ ਬੀਬੀ, ਮੈਂ ਰੱਖ ਕੇ ਆਈ। ਸਤਵੰਤ ਆ ਲੈ, ਤੂੰ ਕੀ ਕਰਨੀ, ਲੈ 1000 ਰੁਪਇਆ, ਸ਼ਗਨ ਸ਼ੁਗਨ ਦੇਣ ਦੇ ਕੰਮ ਆਉਂਦਾ। ਐਵੇਂ ਨਾ ਟੌਰ ਦੇ ਮਾਰੇ 500 ਫਟਾ ਲਿਆ ਕਰੋ, ਕਾਪੀ ਖੋਲ ਕੇ ਦੇਖ ਲਿਆ ਕਰੋ ਕਿ ਅਗਲੇ ਨੇ ਕਿੰਨੇ ਦਿੱਤੇ ਆ, ਉਸੇ ਹਿਸਾਬ ਕਿਤਾਬ ਨਾਲ ਅਗਲੇ ਮੱਥੇ ਮਾਰੇ। ਆ ਗਈ ਸਮਝ? ਹਾਂ ਬੇਟਾ। ਮੈਂ ਸੱਤੂ ਵੀਰ ਬਣਾਵਾਂਗੇ ਜੀ, ਬਣਾਵਾਂਗੇ, ਸਭ ਨਾਲ ਬਣਾਵਾਂਗੇ ਰੀਲਾ, ਕੋਈ ਰੌਲਾ ਨਹੀਂ। ਲਓ ਜੀ ਬੀਬੀ ਨੇ ਪੂਰਾ ਫੁੱਲ ਪੇਮੈਂਟ ਆ ਚੁੱਕੀ ਹੈ ਜੀ ਆਪਣੇ ਕੋਲ। ਬੀਬੀ 500 ਰੁਪਏ ਹੋਰ ਦੇ ਦੇ, ਮੈਂ ਐਡ ਲਾਉਣੀ ਆ। ਵਾਹਿਗੁਰੂ ਵਾਹਿਗੁਰੂ, ਮੇਰਾ ਪੁੱਤ ਆ ਗਿਆ, ਵੇ ਸੁਖਦੇਵ ਮੇਰਾ ਪੁੱਤ ਆ ਗਿਆ। ਹੋਰ ਵੀ ਜੀ ਠੀਕ ਹੋ ਤੁਸੀਂ? ਮੈਂ ਤਾਂ ਚੰਗੀ ਭਲੀ ਹਾਂ ਪੁੱਤ, ਮੈਨੂੰ ਕੀ ਹੋਣਾ ਸੀ। ਬੇ ਤੇਰੀ ਬੋਟੀ ਕਿੱਥੇ ਆ? ਓ ਮੈਨੂੰ ਲੱਗਦਾ ਫੇਰ ਮੁੜ ਕੇ ਜਾਏਗਾ ਤੂੰ। ਹਾਂ ਬੇ, ਕੀਰਤ ਕਿੱਥੇ ਆ? ਜਿੰਦਰੇ ਤੈਨੂੰ ਮੈਂ ਕਿਹਾ ਨੀ ਸੀ ਜਦੋਂ ਇਹਦੀ ਬਹੂ ਆਊਗੀ ਤਾਂ ਹੀ ਇੱਥੇ ਆਊਗਾ, ਹੁਣ ਤਾਂ ਲੀੜੇ ਕੱਪੜੇ ਧੋਣਾ ਹੈ। ਉਹ ਸਾ ਤਾਂ ਲੈ ਲਓ, ਕਿਵੇਂ ਸਾਰਾ ਟੱਬਰੇ ਮਗਰ ਪੈ ਗਿਆ। ਓ ਆ ਗਈ ਨੂੰ ਤੁਹਾਡੀ ਬੇਹਰਮੀਤ, ਤੇਰੀ ਸੱਸ ਬਹਿਬ ਦਾ ਕਰਨੋ ਹਟਦੀ ਨੀ ਨਾ, ਗੱਡੀ ਦੀ ਸ਼ੇਖੀ ਮਾਰਦੀ ਹੈ। ਸੁਖਦੇਵ ਹਾਂਜੀ, ਐਤਕੀ ਪੈਲੀ ਵੇਚ ਕੇ ਨਾ ਵੱਡੀ ਸਾਰੀ ਗੱਡੀ ਲੈਣੀ ਆ। ਉਹ ਵੀਜੀ ਆਪਾਂ ਟਰੱਕ ਹੀ ਪਾ ਲੈਣਾ, ਨਾਲੇ ਆਉਣਾ ਜਾਣਾ ਬੜਾ ਸੌਖਾ ਹੋ ਗਿਆ ਤੁਹਾਨੂੰ। ਚੁੱਪ ਕਰ ਬੇ, ਚਾਬੀ ਮੇਰੇ ਕੋਲ ਹੋਊਗੀ, ਕਿਸੇ ਨੇ ਆਉਣਾ ਜਾਣਾ ਨਹੀਂ, ਮੈਂ ਤਾਂ ਇਹਦੀ ਸੱਸ ਦਾ ਨੱਕ ਬੰਨਣਾ ਹੈ। ਲੈ ਨਿੱਕੀ ਰਾਣੀ ਧੀ ਵੀ ਆਈ ਹੈ। ਬੇਬੇ ਕਿਵੇਂ ਹੋ ਤੁਸੀਂ? ਮੈਂ ਠੀਕ ਹਾਂ ਪੁੱਤ, ਮੈਨੂੰ ਇਹ ਦੱਸ ਨੀ ਤੂੰ ਇਹਦੇ ਨਾਲ ਮੋਟਰਸਾਈਕਲ ਤੇ ਨੀ ਆ ਸਕਦੀ ਸੀ? ਮੈਂ ਤਾਂ ਕਿਹਾ ਸੀ ਘਰ
ਤੇਰੀ ਮਾਂ ਨੇ ਨਹੀਂ ਆਉਣ ਦਿੱਤਾ ਹੋਊਗਾ। ਉਹ ਬੀਜੀ ਕਾਤੇ ਆਪਣੀ ਨੂੰਹ ਨੂੰ ਗੁੱਸਾ ਕਰੀ ਜਾਂਦੇ ਹੋ? ਉਹਨੂੰ ਪਿਆਰ ਦੋ ਜਿਹਦੇ ਕਰਕੇ ਉਹ ਗੱਡੀ ਤੇ ਆਈ ਆ। ਕਾਤੇ ਉਹ ਤੁਸੀਂ ਪੜਦਾਦੀ ਬਣਨ ਵਾਲੇ ਹੋ। ਯਾਰ ਸ਼ੈਂਕੀ ਦੱਸੀ ਜਰਾ, ਇਹ ਚੈਨਲ ਵਾਲੇ ਤੇਰੀ ਮਾਂ ਦਾ ਇੰਟਰਵਿਊ ਕਿਉਂ ਲੈਣ ਲੱਗੇ ਨੇ? ਪਾਪਾ ਉਹ ਮੋਮ ਫੇਮਸ ਪਰਸਨੈਲਿਟੀ ਨੇ ਯਾਰ ਸ਼ਹਿਰ ਦੀ। ਚੁੱਪ ਕਰੋ, ਮਾਂ ਦੀ ਪੁੱਛਣਾ ਹੋਵੇ ਤਾਂ। ਉਹ ਯਾਰ ਤੁਸੀਂ ਤਾਂ ਐਵੇਂ ਬੋਲਦੇ ਰਹਿੰਦੇ ਹੋ ਮੋਮ ਨੂੰ, ਅੰਦਰ ਜਾ ਕੇ ਵੇਖੋ ਕਿੰਨੇ ਸੋਹਣੇ ਲੱਗ ਰਹੇ ਨੇ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਬਈ ਇੰਟਰਵਿਊ ਦੀ ਤਿਆਰੀ ਵਾਸਤੇ 5000 ਰੁਪਏ ਕੌਣ ਖਰਚਦਾ? ਹੈਲੋ, ਕਿਵੇਂ ਦੀ ਲੱਗ ਰਹੀ ਹੋ ਮੋਮ? ਤੁਸੀਂ ਕਮਾਲ ਲੱਗ ਰਹੇ ਹੋ, ਕੁਈਨ ਲੱਗ ਰਹੇ ਹੋ। ਥੈਂਕ ਯੂ। ਇੰਨੇ ਪੈਸੇ ਖਰਚ ਕੇ ਵੀ ਇਹ ਠੀਕ ਨਾ ਲੱਗੀ ਤਾਂ ਲੱਖ ਲਾਣਤ ਹੈ ਪਾਰਲਰ ਵਾਲਿਆਂ ਦੇ। ਕੀ ਕਿਹਾ? ਕੁਝ ਨਹੀਂ, ਕੁਝ ਨਹੀਂ ਕਿਹਾ ਮੈਂ। ਮੈਂ ਤਾਂ ਇਹ ਕਹਿ ਰਿਹਾ ਸੀ ਬਈ ਤੁਸੀਂ ਇੰਨੇ ਸੋਹਣੇ ਲੱਗ ਰਹੇ ਹੋ, ਇੰਨੇ ਸੋਹਣੇ ਲੱਗ ਰਹੇ ਹੋ ਬਈ ਜ਼ਿੰਦਗੀ 'ਚ ਕਦੇ ਇੰਨੇ ਸੋਹਣੇ ਨਹੀਂ ਲੱਗੇ। ਹਾਏ, ਮੇਰੀ ਸੀਐਮ ਸਾਹਿਬਾ ਨੂੰ ਮੇਰੀ ਨਜ਼ਰ ਨਾ ਲੱਗ ਜੇ। ਬਸ ਬਸ, ਜਿੱਥੇ ਮਰਜ਼ੀ ਸ਼ੁਰੂ ਹੋ ਜਾਂਦੇ ਹੋ। ਉਹ ਕੀਰਤਨਾ ਦਾ ਫੋਨ ਆਇਆ ਕੋਈ ਤੁਹਾਨੂੰ? ਨਹੀਂ, ਕਿਉਂ, ਕੀ ਗੱਲ ਹੋ ਗਈ? ਮਾਈ ਗੋਡ, ਹਾਊ ਇਰਿਸਪੋਨਸੀਬਲ ਫਾਦਰ ਯੂ ਆਰ। ਹੱਦ ਹੋ ਗਈ ਬਈ, ਉਹ ਦੋਨੋਂ ਜਣੀਆਂ ਸਵੇਰ ਦੀਆਂ ਗਈਆਂ ਹੋਈਆਂ ਨੇ, ਪੇਰੈਂਟਸ ਨੂੰ ਇੱਕ ਕਾਲ ਤੱਕ ਨਹੀਂ ਕੀਤੀ ਉਹਨਾਂ ਨੇ। ਤੁਸੀਂ ਆਪਣਾ ਇੰਟਰਵਿਊ ਦਿਓ ਸੀਐਮ ਸਾਹਿਬਾ, ਮੈਂ ਕਰਦਾ ਉਹਨਾਂ ਨੂੰ ਕਾਲ। ਲੈਟਸ ਗੋ ਮਮ। ਕਰ ਲਿਓ, ਅੰਡਰਸਟੈਂਡ? ਹਾਂਜੀ, ਲੈਟਸ ਗੋ ਬੇਟਾ, ਕਰ ਲਿਓ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਪ੍ਰਿਯੰਕਾ ਚੋਪੜਾ ਤੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਇਲਾਕੇ ਦੇ ਉੱਭਰਦੇ ਸਮਾਜ ਸੇਵਕ ਹਰਗੁਣ ਕੌਰ ਬੇਦੀ ਜੀ। ਸਤਿ ਸ਼੍ਰੀ ਅਕਾਲ ਜੀ। ਅਸਲ ਚ ਮੈਂ ਖੁਦ ਇਸ ਭਰੂਣ ਹੱਤਿਆ ਵਰਗੇ ਪਾਪ ਦੇ ਬਹੁਤ ਖਿਲਾਫ ਹਾਂ, ਔਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਅਪਰਾਧ ਦੇ ਪਿੱਛੇ ਔਰਤ ਦਾ ਬਹੁਤ ਵੱਡਾ ਹੱਥ ਹੈ। ਕਦੇ ਸੱਸ ਦੇ ਰੂਪ ਚ, ਕਦੇ ਮਾਂ ਦੇ ਰੂਪ ਚ, ਤੇ ਕਦੇ ਉਸ ਕੁੜੀ ਦੇ ਰੂਪ ਚ ਜਿਹਦੇ ਰਾਹੀਂ ਇਹ ਭਰੂਣ ਹੱਤਿਆ ਕਰਵਾਈ ਜਾ ਰਹੀ ਹੁੰਦੀ। ਸੋ ਇਸ ਅਪਰਾਧ ਨੂੰ ਖਤਮ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ, ਤਾਂ ਹੀ ਅਸੀਂ ਹੈਲੋ। ਕਿਉਂ, ਕੀ ਹੋ ਗਿਆ? ਆਈ ਐਮ ਸੋ ਪ੍ਰਾਊਡ ਆਫ ਯੂ। ਅੱਛਾ, ਮੈਂ ਹੁਣੇ ਤੁਹਾਡੀ ਇੰਟਰਵਿਊ ਦੇਖੀ, ਬਹੁਤ ਚੰਗੀਆਂ ਗੱਲਾਂ ਕੀਤੀਆਂ ਤੁਸੀਂ। ਥੈਂਕ ਯੂ। ਮੈਂ ਤਾਂ ਆਪ ਹੈਰਾਨ ਹਾਂ ਕਿ ਲੋਕ ਆਪਣੇ ਬੱਚੇ ਨੂੰ ਖਤਮ ਕਰਨ ਲਈ ਮਨ ਕਿਵੇਂ ਜਾਂਦੇ ਨੇ। ਤੁਸੀਂ ਸੱਚੀ ਬਹੁਤ ਚੰਗੀਆਂ ਗੱਲਾਂ ਕੀਤੀਆਂ। ਡੈਡੀ ਕਿਵੇਂ ਨੇ? ਠੀਕ ਹੀ ਆ। ਘਰੇ ਸਾਰੇ ਵਧੀਆ? ਆਲ ਗੁੱਡ ਬੇਟਾ, ਤੂੰ ਠੀਕ ਹੈ? ਹਾਂਜੀ, ਠੀਕ ਹੈ। ਤੁਹਾਨੂੰ ਤੰਗ ਤਾਂ ਨਹੀਂ ਕਰਦੇ? ਅੱਛਾ, ਤੁਸੀਂ ਹਾਂਜੀ, ਤੁਸੀਂ ਲਵੀਨ ਨਾਲ ਗੱਲ ਕਰੋ। ਹਾਂ ਹਾਂ, ਕਰਾਂਗਾ। ਮੰਮਾ, ਹੈਲੋ ਬੇਟਾ। ਤੂੰ ਕਰ ਗੱਲ, ਮੈਂ ਚੇਂਜ ਕਰਕੇ ਆਈ। ਮੰਮਾ, ਤੁਹਾਡੀ ਡਰੈਸ ਕਿੰਨੀ ਸੋਹਣੀ ਲੱਗ ਰਹੀ ਆ। ਬਸ ਕਰ ਪੁੱਤ, ਮੈਂ ਹਾਲੇ ਇੰਨੀ ਬੁੱਢੀ ਨਹੀਂ ਹੋਈ। ਉਹ ਬੀਜੀ, ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਬੁੱਢੇ ਹੋ ਗਏ? ਮੈਂ ਤਾਂ ਤੇਰੇ ਨਿਆਣਿਆਂ ਨੂੰ ਆਪਣੇ ਮੋਢੇ ਤੇ ਬਿਠਾ ਕੇ ਨਾ ਘੁਮਾਇਆ ਕਰਨਾ, ਬਸ ਨਾਨਕਿਆਂ ਤੇ ਨਾ ਜਾਣ। ਜੇ ਸ਼ਹਿਰੀ ਹੋ ਗਏ ਤਾਂ ਮੇਰਾ ਮਰਨ ਹੋ ਜੂ। ਤੁਸੀਂ ਵੀ ਨਾ ਬੀਜੀ। ਭੂਆ, ਸੌਖਾ ਕੀ ਗੱਲ ਹੋਈ ਭੈਣ? ਜੇ ਕੋਈ ਗੱਲ ਹੀ ਤਾਂ ਸੁਨੇਹਾ ਕਰ ਦਿੰਦੀ। ਤੁਹਾਡੇ ਸੁਨੇਹੇ ਦੀ ਤੌੜੀ ਕਰਦੀ ਰਹੀ, ਲੱਗਦਾ ਸੀ ਹਰਮੀਤ ਆਊਗਾ ਡੱਬਾ ਲੈ ਕੇ, ਦੱਸਣਾ ਵੀ ਲੈ ਭੂਆ ਮੈਂ ਪਿਓ ਬਣਨ ਵਾਲਾ। ਬਸ ਉਡੀਕਦੀ ਰਹੀ, ਭੂਆ ਨੂੰ ਤਾਂ ਸਾਰੇ ਟੱਬਰ ਨੇ ਬਗਾਨੀ ਕਰਤਾ। ਭੂਆ, ਮੈਂ ਤੇ ਡੈਡੀ ਆਉਣ ਲੱਗੇ ਸੀ ਸਵੇਰੇ ਡੱਬਾ ਲੈ ਕੇ, ਡੈਡੀ ਦੱਸਿਓ ਮਾੜਾ ਜਾ। ਇਹਨੇ ਕਿੱਥੇ ਆਉਣ ਦੇਣਾ, ਇਹਦਾ ਤਾਂ ਅੱਗੇ ਹੀ ਹੱਥ ਤੰਗ ਹੈ ਮੇਰੇ ਵੱਲੋਂ। ਹੋ ਗਈ ਫਿਰ ਸ਼ੁਰੂ।
ਠੀਕ ਹੈ ਨਿੱਕਿਆ, ਭਰਾ ਤਾਂ ਸੀ ਜਿਹੇ ਜੇ ਸੀ, ਮੈਨੂੰ ਐ ਲੱਗਦਾ ਸੀ ਵੀ ਭਾਬੀਆਂ ਤਾਂ ਮੇਰੀਆਂ ਹੋਣਗੀਆਂ। ਇਹ ਜਦੋਂ ਦੀਆਂ ਦੋਵੇਂ ਆਈਆਂ ਨੇ ਭਰਾਵਾਂ ਨੂੰ ਵੀ ਵੱਖ ਕਰਤਾ। ਹਾਏ ਹਾਏ ਬੀਬੀ, ਕਿਹੋ ਜਿਹੀਆਂ ਗੱਲਾਂ ਕਰਦੀ ਆ ਤੂੰ ਅੱਧੀ ਰਾਤ ਨੂੰ? ਸੁੱਖ ਨਾਲ ਇਸ ਘਰ ਚ ਪੂਰਾ ਮਾਣ ਹੈ ਤੇਰਾ, ਤੂੰ ਬੈਠ, ਸਤਵੰਤ ਦੁੱਧ ਲਿਆਉਂਦੀ ਹੈ ਤੇਰੇ ਲਈ। ਬਸ ਕਰ ਸੀਤੋ, ਤੇਰਾ ਰੇਡੀਓ ਚੱਲਣ ਲੱਗ ਗਏ ਨਾ, ਫਿਰ ਬੰਦ ਨਹੀਂ ਹੁੰਦਾ ਮੁੜ ਕੇ। ਪੈਰੀ ਪੈਣਾ ਭੂਆ ਜੀ। ਨਾ ਪੁੱਤ, ਜਦੋਂ ਤੱਕ ਨਿੱਕਾ ਨਿਆਣਾ ਨਹੀਂ ਨਾ ਹੁੰਦਾ, ਪੈਰੀ ਹੱਥ ਲਾਉਣ ਨੂੰ ਛੁੱਟੀ ਦੇ ਦੇ। ਵਧਾਈਆਂ ਹੁਣ ਪੁੱਤ। ਦੇਖ ਲਾ ਬੇਬੇ, ਤੇਰੀ ਪੋਤ ਨੂੰ ਨਾ ਮੇਰਾ ਬਾਲਾ ਹੀ ਕਰਦੀ ਹੈ, ਨਹੀਂ ਤਾਂ ਇਸ ਘਰ ਚ ਮੈਨੂੰ ਕੋਈ ਦੇਖ ਕੇ ਨਹੀਂ ਜਰਦਾ। ਮੰਮੀ ਤੁਸੀਂ ਇਕੱਲੇ ਲੱਗੇ ਹੋ, ਮੈਨੂੰ ਕਹਿ ਦੇ। ਕਿਰਤ, ਹਰਮੀਤ ਮੇਰੀ ਗੱਲ ਸੁਣ ਲੈ, ਅੱਜ ਤੋਂ ਬਾਅਦ ਕੁੜੀ ਨੇ ਜੇ ਕੋਈ ਭਾਰੀ ਕੰਮ ਕੀਤਾ ਜਾਂ ਭਾਰੀ ਚੀਜ਼ ਚੁੱਕੀ, ਮੈਂ ਤੇਰੇ ਟੰਗਾ ਛਾਂਗੂ। ਠੀਕ ਆ ਵੀ ਜੀ। ਮੈਂ ਤਾਂ ਕਹਿੰਦੀ ਹਾਂ ਅੱਜ ਤੋਂ ਬਾਅਦ ਨਿਆਣਾ ਹੋਣ ਤੱਕ ਕਿਰਤ ਘਰ ਦਾ ਕੋਈ ਕੰਮ ਨਹੀਂ ਕਰੂਗੀ, ਸਾਰਾ ਕੰਮ ਜਿੰਦਰ ਤੇ ਸਤਵੰਤ ਕਰ ਰਹੀ ਹਾਂ। ਨਾਲੇ ਘਰ ਦਾ ਕੰਮ ਹੁੰਦਾ ਕਿੰਨਾ ਕੁ ਹੈ ਜੀ ਬੇਬੇ? ਆਹਾ ਬੇਬੇ ਵੀ ਕੋ ਕਰਨਗੀਆਂ, ਆਪਾਂ ਰਲ ਮਿਲ ਕੇ ਕਰ ਲਾਂਗੇ, ਕੰਮ ਹੁੰਦਾ ਕਿੰਨਾ ਕੁ ਕਰਦਾ, ਕਿਉਂ ਵੀ ਠੀਕ ਆ ਕਰ ਲੈਣਗੇ ਵੱਡੇ ਰਲ ਮਿਲ। ਓ ਨਾ 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 ਨਾ, ਆ ਚੱਕ ਬੱਲੇ। ਉਹ ਪੁੱਤਰਾ ਹਰਮੀਤ ਸਿੰਘ, ਇੱਥੇ ਤਾਸ਼ ਦੀਆਂ ਬਾਜ਼ੀਆਂ ਲੈ ਜਾਣਾ ਕਰੇ, ਸਾਡੇ ਕੋਲ ਵੀ ਬਹਿ ਜਾ ਕਰ। ਉਹ ਮੈਂ ਤਾਂ ਤੁਹਾਨੂੰ ਲੱਭਦਾ ਫਿਰਦਾ ਸੀ। ਉਹ ਮੈਂ ਕਿਤੇ ਗੁਆਚਿਆ ਹੋਇਆ ਸੀ, ਮੈਂ ਤਾਂ ਤੇਰੀ ਭੂਆ ਸੀਤੋਲ ਗਿਆ ਸੀਗਾ, ਉਹ ਭਰਾਵਾ ਮੇਰੇ ਦੁਆਲੇ ਹੋ ਗਈ, ਮੈਂ ਤਾਂ ਫਟਾਫਟ ਨਿਕਲਣ ਦੀ ਕੀਤੀ, ਫੁੱਫੜ ਤੇਰਾ ਵਿਚਾਰਾ ਹੁਣ ਫਸਿਆ। ਤੁਸੀਂ ਤੇ ਫੁੱਫੜ ਵੀ ਜਿੱਥੇ ਟਾਈਮ ਲੱਗਦਾ ਜਦੇ ਭੂਆ ਦੀਆਂ ਚੁਗਲੀਆਂ ਸ਼ੁਰੂ ਕਰ ਦਿੰਦੇ ਹੋ। ਜਦੋਂ ਵਿਆਹ ਵਾਲੇ ਬੰਦੇ ਆਪਸ 'ਚ ਮਿਲਦੇ ਆ ਨਾ, ਸੌ ਦੁੱਖ ਸੁੱਖ ਕਰਦੇ ਆ ਆਪਣੇ, ਆ ਨਾਲੇ ਆਪਾਂ ਆਪਣੀ ਜਨਾਨੀ ਦੀਆਂ ਚੁਗਲੀਆਂ ਕਰਨ ਦਾ ਸਵਾਦ ਹੀ ਹੋਰ ਹੁੰਦਾ। ਹੈਂ ਅੜੀ, ਹੈਂ ਇੱਕ ਗੱਲ ਦੱਸ ਯਾਰ। ਪੁੱਛ। ਜਦ ਮੈਂ ਹੋਣ ਵਾਲਾ ਸੀ, ਹਾਂ, ਤੈਨੂੰ ਵੀ ਉਹੀ ਮਹਿਸੂਸ ਹੋ ਰਿਹਾ ਸੀ ਜੋ ਮੈਨੂੰ ਹੋ ਰਿਹਾ? ਮਤਲਬ ਪਿਓ ਬਣਨ ਦੀ ਖਬਰ ਸੁਣ ਕੇ ਤੈਨੂੰ ਵੀ ਉਹੀ ਫੀਲ ਹੋ ਰਿਹਾ ਸੀ ਜੋ ਮੈਨੂੰ ਹੋ ਰਿਹਾ? ਸੱਚੀ ਗੱਲ ਤਾਂ ਇਹ ਆ ਪੁੱਤਰਾ, ਬਈ ਮਾਂ ਬਣਨ ਦੀ ਖੁਸ਼ੀ ਬਹੁਤ ਵੱਡੀ ਹੁੰਦੀ, ਇਹ ਤਾਂ ਸਾਰੀ ਦੁਨੀਆ ਦੱਸਦੀ ਆ, ਪਰ ਪਿਓ ਬਣਨ ਦੀ ਖੁਸ਼ੀ ਕਿੰਨੀ ਵੱਡੀ ਹੁੰਦੀ ਆ, ਇਹ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ। ਕਿਉਂਕਿ ਪਿਓ ਜਿਹੜਾ ਹੁੰਦਾ ਨਾ, ਉਹ ਖੁਸ਼ੀ ਜਾਂ ਗਮੀ ਦੇ ਜਿਹੜੇ ਭਾਵ ਹੁੰਦੇ ਨੇ ਉਹਨਾਂ ਨੂੰ ਕਦੇ ਚਿਹਰੇ 'ਤੇ ਆਉਣ ਹੀ ਨਹੀਂ ਦਿੰਦਾ, ਹਾਲਾਂਕਿ ਖੁਸ਼ੀ ਉਹਨੂੰ ਵੀ ਓਨੀ ਹੁੰਦੀ ਹੈ। ਬੰਦੇ ਨੂੰ ਔਲਾਦ ਦੀ ਖੁਸ਼ੀ ਇੰਨੀ ਹੁੰਦੀ ਹੈ ਵੀ ਜਿੰਨੀ ਮਹਿਲ ਮਨਾਰੇ ਪਾ ਕੇ ਵੀ ਨਹੀਂ ਹੁੰਦੀ ਬੰਦੇ ਨੂੰ। ਹਾਂ ਚਲੀਏ। ਚੱਲ ਭਰਾਵਾ, ਜਾਣਾ ਹੀ ਪੈਣਾ, ਮਾਂ ਤੇਰੀ ਨਾਲ ਲਾਵਾਂ ਲਈਆਂ, ਉਸ ਤੋਂ ਬਿਨਾਂ ਕਿੱਥੇ ਗੁਜ਼ਾਰਾ ਆਪਣਾ। ਤਾਈ 18 ਹੋ ਗਈਆਂ ਜੀ ਵੀ, ਕਿੰਨੇ ਆਪਾਂ 17 ਤੋਂ ਸਾਡੇ ਨਿਕਲ ਜਣੀਆਂ। ਜਦੋਂ ਤੁਸੀਂ ਰੋਟੀ ਲਾਉਣ ਲਈ ਆਪਣੀ ਬਾਹ ਨੂੰ ਤੰਦੂਰ ਦੇ ਅੰਦਰ ਲੈ ਕੇ ਜਾਂਦੇ ਹੋ, ਤੁਹਾਡੀ ਬਾਹ ਨੂੰ ਸੇਕ ਨਹੀਂ ਲੱਗਦਾ? ਇਹਨਾਂ ਸ਼ਹਿਰ ਨੂੰ ਸੇਕ ਲੱਗਦਾ ਹੈ, ਸਾਨੂੰ ਪਿੰਡ ਬਾਹ ਨੂੰ ਨਹੀਂ ਲੱਗਦਾ। ਮੈਂ ਟਰਾਈ ਕਰਾਂ, ਕਰ ਲੈ। ਨਾ ਨਾ, ਜੇ ਤੇਰੀ ਬਾਹ ਨੂੰ ਸੇਕ ਲੱਗ ਗਿਆ ਤੇਰੀ ਮਾਂ ਨੂੰ ਕੀ ਜਵਾਬ ਦਿੰਦੇ ਫਿਰਾਂਗੇ? ਗੱਲਾਂ ਗੱਲਾਂ ਜੀ ਮਾਰਦੇ ਨੇ ਸਾਡਾ ਮੁੰਡਾ ਉਹਨੇ। ਕਿੰਨਾ ਕੁ ਟਾਈਮ ਲੱਗਣਾ ਅਜੇ ਹੋਰ? ਬਸ ਜੀ 5-7 ਮਿੰਟ ਹੀ ਲੱਗਣਗੇ ਹੋਰ। ਨਾ ਤੇਰੇ ਜੀ ਨਹੀਂ ਲੱਗਦਾ ਉਹਦੇ ਬਿਨਾਂ? ਵੀ ਸ਼ਰਮ ਕਿਤੋਂ ਦਾ, ਮੈਂ ਤੇ
ਭੁੱਖ ਲੱਗੀ ਸੀ ਬੇਬੇ, ਤੂੰ ਤਾਂ ਗੱਲ ਪੁੱਠੇ ਪਾਸੇ ਲੈ ਜਾਂਦੀ। ਕੀ ਬਾਤ ਆ ਮੰਮੀ, ਤੰਦੂਰੀ ਰੋਟੀਆਂ ਲੈ ਹੋਰ। ਮੈਂ ਕਿਹਾ ਮੇਰੇ ਪੁੱਤ ਰੱਜੀ ਕਰਦਾ ਹੋਣਾ, ਕਿੰਨੇ ਦਿਨ ਹੋ ਗਏ ਖਾਧੀ ਨੀ ਤੂੰ। ਸੱਚੀ ਨੀ ਖਾਧੀ। ਹੋਰ ਚਾਚਾ ਆ ਗਿਆ। ਡੈਡੀ ਕਿੱਥੇ ਆ? ਉਹ ਡੇਰੇ ਵਾਲਿਆਂ ਦਾ ਹਿਸਾਬ ਕਰਨ ਗਿਆ। ਹੋਰ ਵੀ ਜੀ, ਕੀ ਕੀਤਾ ਤੁਸੀਂ ਅੱਜ? ਲੈ ਦੱਸ, 100 ਕੰਮ ਨੇ ਮੈਨੂੰ, ਸਾਰਾ ਦਿਨ ਕੰਮ ਕਰਦੀ ਆ। ਮੈਂ ਕਿਹੜਾ ਮੰਜੇ ਤੇ ਵਿਹਲੀ ਬੈਠੀ ਆ। ਆਹੋ, ਸੂਰਜ ਕਦੋਂ ਚੜਨਾ ਕਦੋਂ ਛਿਪਣਾ ਸਾਰਾ ਕੁਝ ਬੀਬੀ ਨੂੰ ਪਤਾ ਹੁੰਦਾ ਕਿ? ਆ ਜਾਈਂਦੇ ਮੈਨੂੰ ਡਾਂਗ, ਪਹਿਲਾਂ ਮੈਂ ਇਹਦਾ ਹੀ ਸੂਰਜ ਲਾਵਾਂ। ਓ ਬੀਬੀ, ਮੈਂ ਤਾਂ ਕਹਿੰਦਾ ਡਾਂਗ ਛੱਡ ਇਹਦੀ ਜ਼ਬਾਨ ਹੀ ਕੱਢ ਦੇ ਕੰਜਰ ਦੀ। ਹਾਂ ਤੂੰ ਰਖੜੇ ਨਾ ਖਾਲੀ ਓਏ, ਕੋਈ ਬੀਜ ਨੂੰ ਬੋਲਦਾ ਰਹਿਣਾ ਯਾਰ। ਇਹ ਤੇ ਐਵੇਂ ਬੋਲਦੀ ਰਹਿੰਦੀ, ਛੱਡ ਤੂੰ। ਕੀ ਹੋ ਗਿਆ? ਗੱਲ ਸੁਣ ਮੇਰੀ। ਓ ਕੀ ਹੋ ਗਿਆ ਉਰੀ ਦੱਸ ਦੇ। ਗੱਲ ਸੁਣ ਇੱਕ ਮਿੰਟ, ਗੱਲ ਸੁਣ। ਕੁੜੇ ਦੇ ਦੇ ਹੁਣ ਰੋਟੀ, ਬਸ ਬੀਜੀ ਰਹਿ ਗਈਆਂ ਦੋ ਕੀ। ਹਾਂ ਦੱਸੋ, ਪੈਸੇ ਪੂਏ ਚਾਹੀਦੇ ਆ? ਨਹੀਂ ਨਹੀਂ, ਪੈਸੇ ਤਾਂ ਤੈਨੂੰ ਚਾਹੀਦੇ, ਤੂੰ ਦੱਸ। ਤੂੰ ਮੇਰੇ ਤੋਂ ਨਾਸਾ ਨਾ ਬਣਾ ਲਈ ਹੋਏ, ਕੀ ਹੋਇਆ ਫਿਰ? ਮੈਂ ਕਹਿੰਦਾ ਸੀ ਬਈ ਤੂੰ ਆਪਣੀ ਸਾਲੀ ਦੇ ਨਾਲ ਮੇਰੀ ਉਹ ਤੈਂ ਮੇਰੇ ਤੋਂ ਥੱਪੜ ਖਾ ਲੈਣੇ ਆ। ਦੱਸਾਂ ਬੇਬੇ ਨੂੰ ਕੀ ਕਹਿਣਾ? ਗੰਦ ਸਾਲਾ, ਉਹ ਰਿਸ਼ਤੇਦਾਰੀ ਚ ਲੱਭੀ ਸੀ ਤੈਨੂੰ ਕੁੜੀ ਯਾਰ। ਯਾਰ ਪੂਰੀ ਗੱਲ ਤਾਂ ਸੁਣ ਲਿਆ ਕਰ, ਮੈਂ ਕਹਿੰਦਾ ਸੀ ਵੀ ਮੇਰੀ ਉਹਦੇ ਨਾਲ ਵੀਡੀਓ ਬਣਾ ਦੇ। ਕਿਹੜੀ ਵੀਡੀਓ ਏ? ਉਹ ਯਾਰ ਰੀਲ ਵਾਲੀ ਵੀਡੀਓ। 4 ਵਿਊ ਮੇਰੇ ਵੀ ਵੱਧ ਜਾਣਗੇ, ਉਹਦੇ ਫਾਲੋਅਰ ਬਹੁਤ ਨੇ। ਕਹਿ ਦੇ ਯਾਰ ਉਹਨੂੰ। ਉਹ ਤੇਰਾ ਦਿਮਾਗ ਚੱਕਤਾ ਉਹ ਵਿਊਆਂ ਨੇ। ਬਣਾ ਦੇ ਯਾਰ। ਹੈਲੋ ਵੀਰ, ਕਹਿ ਦੇ ਯਾਰ। ਸੁਣੋ, ਤੁਹਾਨੂੰ ਕੀਰਤ ਜਾਂ ਲਵਲੀਨ ਦਾ ਫੋਨ ਆਇਆ ਕੋਈ? ਨਹੀਂ, ਕਿਉਂ, ਕੀ ਗੱਲ ਹੋ ਗਈ? ਐਕਚੁਅਲੀ ਮੇਰੀ ਗੱਲ ਹੋਈ ਉਹਨਾਂ ਨਾਲ, ਉਹ ਡਾਕਟਰ ਅਮਨ ਦੇ ਕੋਲ ਚੈੱਕਅਪ ਲਈ ਆ ਰਿਹਾ। ਮੇ ਬੀ ਪੋਸੀਬਲ ਕਿ ਕੱਲ੍ਹ ਨੂੰ ਅਸੀਂ ਲੰਚ ਸਾਰੇ ਜਣੇ ਬਾਹਰ ਇਕੱਠੇ ਕਰੀਏ। ਮਤਲਬ ਕੱਲ੍ਹ ਫਿਰ ਆਹੀ ਘਾਹ ਫੂਸ ਖਾਣਾ ਪੈਣਾ? ਮਿਸਟਰ, ਅਮੀਰ ਲੋਕ ਨਾ ਇਹਨੂੰ ਡਾਇਟ ਫੂਡ ਕਹਿੰਦੇ ਨੇ, ਅੰਡਰਸਟੈਂਡ? ਸੁਖਦੇਵ ਬੇ ਜੋਰਿਆ। ਹਾਂ ਬੀਬੀ। ਮੈਂ ਕਿੱਦਾਂ ਨਿਕਲ ਗਏ ਦੋਨੇ? ਉਹ ਫੁੱਫੜ ਵਾਲਾ ਮੱਝ ਵੇਖਣ ਗਏ ਦੋਵੇਂ ਜਣੇ। ਅੱਛਾ ਅੱਛਾ, ਲੈ ਫੜ, ਅੰਦਰ ਰੱਖ ਦੇ, ਫੜ ਲੈ ਹੁਣ। ਪੈਸੇ ਲੱਗਣਗੇ। ਸਵੇਰੇ ਸਵੇਰੇ ਨਾ ਮੇਰਾ ਦਿਮਾਗ ਨਾ ਖਾ। ਹਰਮੀਤ ਪੁੱਤ। ਹਾਂਜੀ, ਇੱਧਰ ਆ। ਆ ਗਿਆ ਵੀ ਜੀ। ਕਿੱਥੇ ਦੀਆਂ ਤਿਆਰੀਆਂ ਨੇ? ਸਾਰੇ ਜਾਣੇ? ਉਹ ਨਹੀਂ, ਮੈਂ ਕੀਰਤ ਨੂੰ ਡਾਕਟਰ ਦੇ ਲੈ ਕੇ ਚੱਲਿਆ ਜੀ। ਸਾਰੇ ਤਾਂ ਜਾ ਕੇ ਆਏਗਾ ਜੀ। ਉਹ ਨਹੀਂ ਵੀ ਜੀ, ਕੀਰਤ ਛੇਤੀ ਆ ਜਾ, ਲੇਟ ਹੋ ਗਿਆ ਆਪਾਂ। ਮੈਨੂੰ ਚੜਦਾ ਵੇ, ਮੈਂ ਜਾਣਦੀ ਹਾਂ ਤੈਨੂੰ। ਉਹ ਨਹੀਂ ਵੀ ਜੀ, ਚੰਗਾ ਮੈਂ ਚੱਲਦਾ। ਰੰਗ ਲਾਉਣਾ ਹੁਣ ਇਹਦਾ? ਨਹੀਂ, ਮੈਂ ਕਿਹਾ ਸਾਫ਼ ਹੋਵੇ, ਵਧੀਆ ਲੱਗਦਾ। ਭਾਈ ਮੈਂ ਕੀ ਕਹਿੰਦਾ ਸੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਸਾਰੇ ਛਾਏ ਪਏ ਨੇ, ਤੁਸੀਂ ਦੋਵੇਂ ਜੀ ਵੀ ਵੀਡੀਓ ਬਣਾ ਕੇ ਪਾਇਆ ਕਰੋ। ਉਹ ਕੋਈ ਹੋਰ ਗੱਲ ਵੀ ਕਰ ਲਿਆ ਕਰ ਕਦੇ, ਪਰੇ ਉਹ ਮੇਰੀ ਬਣਵਾਉਂਦੇ ਵੀਡੀਓ ਯਾਰ। ਤੇਰੀ ਭਾਬੀ ਨਾਲ? ਨਹੀਂ ਨਹੀਂ, ਉਹਦੀ ਭੈਣ ਨਾਲ। ਉਹ ਆਪਣਾ ਬੂਥਾ ਨਾਲ ਲਾਲ ਕਰਾ ਲਈ ਤੂੰ। ਮੈਂ ਤੈਨੂੰ ਇਸ ਕਰਕੇ ਕੰਮ ਤੋਂ ਨਹੀਂ ਰੋਕਿਆ ਵੀ ਤੂੰ ਭੱਜੀ ਫਿਰੇ, ਆਪਣਾ ਖਿਆਲ ਰੱਖ, ਹੈਂ, ਹੌਲੀ ਤੁਰਿਆ ਕਰ।
ਵੇ ਮੁੰਡਿਆ ਜਦ ਤੂੰ ਹੌਲੀ ਨੀ ਆਵਾਜ਼ ਮਾਰੀ ਜਾਂਦੀ ਕੁੜੀ ਨੂੰ, ਐਵੇਂ ਨਾ ਰੋ ਮਾਰਿਆ ਕਰ ਕੁੜੀ ਤੇ ਕੀਰਤ ਪੁੱਤ। ਲੈ ਦੋਨੋਂ ਜਿਹਨੇ ਬਾਜ਼ਾਰ ਚੋਂ ਲੈ ਕੇ ਕੁਛ ਖਾ ਲਿਓ। ਠੀਕ ਹੈ, ਚੰਗਾ ਜੀ, ਪੈਸੇ ਤੇ ਬਚ ਗਏ। ਚਲੋ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹੈ, ਸਭ ਕੁਝ ਫਿਟ ਐਂਡ ਫਾਈਨ ਹੈ। ਸ਼ੁਕਰ ਹੈ, ਸਭ ਨਾਰਮਲ ਹੈ। ਠੀਕ ਹੈ ਜੀ। ਹਾਂ, ਬਸ ਥੋੜੀ ਵੀਕਨੈਸ ਹੈ ਜਿਹਦੇ ਕਰਕੇ ਤੁਹਾਨੂੰ ਥੋੜਾ ਐਕਸਟਰਾ ਧਿਆਨ ਰੱਖਣਾ ਪੈਣਾ, ਖਾਸ ਕਰਕੇ ਖਾਣ ਪੀਣ ਦਾ। ਠੀਕ ਹੈ ਜੀ ਜੋ? ਠੀਕ ਹੈ ਜੀ। ਤੇ ਇਸ ਵੇਲੇ ਕੁੜੀ ਨੂੰ ਪਿਆਰ ਦੀ ਬਹੁਤ ਜ਼ਿਆਦਾ ਲੋੜ ਹੈ, ਜੋ ਕਿ ਮੈਂ ਕਹਿਣਾ ਨਹੀਂ, ਕਿਉਂਕਿ ਮੈਨੂੰ ਆਲਰੇਡੀ ਪਤਾ ਹੈ ਕਿ ਸਾਡੇ ਜੀਜਾ ਜੀ ਕਿਰਤ ਨੂੰ ਬਹੁਤ ਪਿਆਰ ਕਰਦੇ ਆ। ਅਤੇ ਆ ਮੈਂ ਕੁਛ ਦਵਾਈਆਂ ਲਿਖ ਰਹੀ ਹਾਂ, ਇਹ ਤੁਸੀਂ ਸਟਾਰਟ ਕਰਾ ਦਿਓ। ਠੀਕ ਹੈ ਜੀ, ਥੈਂਕ ਯੂ। ਡਨ ਜੀ। ਸੋਰੀ ਆਮ ਗੈਟਿੰਗ ਲੇਟ, ਮੈਂ ਰਾਊਂਡ 'ਤੇ ਹੋ ਕੇ ਆਈ। ਥੈਂਕ ਯੂ। ਸ਼ੁਕਰ ਹੈ, ਸਭ ਠੀਕ ਆ। ਹੈਲੋ ਪਾਪਾ, ਅਸੀਂ ਫ੍ਰੀ ਹੋ ਗਏ ਸੀ, ਤੁਸੀਂ ਕਿੱਥੇ ਹੋ? ਪੁੱਤਰ ਮੈਂ ਤਾਂ ਘਰ ਹੀ ਹਾਂ, ਤੇਰੀ ਮਾਂ ਗਈ ਹੈ ਤੇਰੇ ਮਾਮੇ ਨੂੰ ਨਾਲ ਲੈ ਕੇ ਪਾਰਟੀ ਆਫਿਸ। ਉਹਨੂੰ ਟਾਈਮ ਲੱਗਣਾ ਹੈ। ਓ ਅੱਛਾ, ਤੁਸੀਂ ਕਰ ਲਓ ਲੰਚ ਕੋਈ ਨਾ। ਠੀਕ ਹੈ। ਠੀਕ ਹੈ ਪੁੱਤਰ। ਕੀ ਕਹਿੰਦੇ? ਉਹ ਕਹਿੰਦੇ ਮੰਮੀ ਕਿਤੇ ਬਿਜ਼ੀ ਨੇ, ਸੋ ਉਹਨਾਂ ਨੂੰ ਟਾਈਮ ਲੱਗ ਜਾਣਾ। ਚੱਲ ਫਿਰ ਉਨੀ ਦੇਰ ਆਪਾਂ ਕੁਛ ਖਾ ਪੀ ਲੈਂਦੇ ਹਾਂ। ਠੀਕ ਹੈ। ਠੀਕ ਹੈ ਜੀ, ਚਲੋ। ਉਂਝ ਤਾਂ ਤੈਨੂੰ ਧੌਣ ਤੋਂ ਫੜ ਨਹੀਂ ਸਕਦੀ ਮੈਂ, ਪਰ ਗੱਲਾਂ 'ਚ ਅਸੀਂ ਲੀਡਰ ਕਿੱਥੇ ਨੇੜੇ ਲੱਗਣ ਦਿੰਦੇ ਹਾਂ ਕਿਸੇ ਨੂੰ। ਇੱਥੇ ਤੇਰੀ ਕੋਈ ਰੈਲੀ ਨਹੀਂ ਜਿਹੜਾ ਤੂੰ ਭਾਸ਼ਣ ਦੇ ਕੇ ਤੁਰ ਜਾਏਗੀ। ਆਖੇ ਗੱਲ ਕਹੇ ਤੂੰ ਮੈਨੂੰ ਮੂੰਹ ਕੱਢ, ਮੈਂ ਤੈਨੂੰ ਪਿੰਡੋਂ ਕਢਾਉਣੀ ਆ। ਲਓ ਚਾਹ ਆ ਗਈ। ਲਓ ਲਓ ਲਓ। ਹੋਰ ਮਾਤਾ ਜੀ, ਤੁਸੀਂ ਸੁਣਾਓ ਸਿਹਤ ਕਿਵੇਂ? ਠੀਕ ਆ। ਮੈਨੂੰ ਕੀ ਹੋਇਆ? ਖੁੱਲ੍ਹੀ ਹਵਾ 'ਚ ਰਹਿੰਦੇ ਹਾਂ, ਬ੍ਰੈਡ ਨਹੀਂ ਖਾਂਦੇ, ਰੋਟੀਆਂ ਖਾਂਦੇ ਹਾਂ। ਖੁੱਲ੍ਹੀ ਹਵਾ ਦੇ ਨਾਲ ਪਸ਼ੂਆਂ ਦੇ ਗੋਹੇ ਦੀ ਬਦਬੂ ਵੀ ਤਾਂ ਸੁੰਘਦੇ ਹੋ। ਉਹ ਫੇਰ ਕੀ ਆ ਜੀ, ਬਦਬੂ ਵੀ ਸੁੰਘ ਸੰਘ ਲਈ ਦੀ ਆ, ਦੁੱਧ ਵੀ ਤਾਂ ਉਹਨਾਂ ਦਾ ਪੀਦਾ। ਨਾਲੇ ਸਾਨੂੰ ਨਹੀਂ ਮਹਿਸੂਸ ਹੁੰਦਾ ਸੁੰਦਾ। ਫੇਰ ਜੀ ਚਾਹ ਲਓ। ਮੈਂ? ਹਾਂਜੀ। ਆਈ ਡੋਂਟ ਲਾਈਕ। ਮੂੰਹ ਨਾ ਮੱਥਾ ਜਿੰਨ ਪੜੋ ਲੱਗਾ। ਸਤਿ ਸ਼੍ਰੀ ਅਕਾਲ ਮਾਮਾ ਜੀ, ਕਿੱਦਾਂ ਮੁੰਡਿਆ? ਹਾਏ ਦੀ, ਕਿੱਦਾਂ ਬਈ? ਬਹੁਤ ਵਧੀਆ ਜੀਜੂ, ਬੜੇ ਕਮਾਲ ਲੱਗ ਰਹੇ ਹੋ। ਤੈਨੂੰ 50 ਵਾਰ ਕਿਹਾ ਜੀਜੂ ਨਾ ਕਿਹਾ ਕਰ, ਭਾਈ ਨਹੀਂ ਕਿਹਾ ਹੁੰਦਾ ਸਾਲਾ ਜੀਜੂ ਦਾ। What a pleasant surprise mom, ਤੁਸੀਂ ਕਦੋਂ ਆਏ? ਬੀ ਤੇਰੇ ਨਾਲ ਲੰਚ ਨਹੀਂ ਸੀ ਕਰ ਸਕੀ ਅੱਜ, ਮੀਟਿੰਗ 'ਚ ਲੇਟ ਹੋ ਗਈ ਸੀ, ਸੋਚਿਆ ਚਲੋ ਪਲੈਸੈਂਟ ਜਿਹਾ ਸਰਪ੍ਰਾਈਜ਼ ਦਿੰਦੀ ਹਾਂ, ਨਾਲੇ ਇੱਕ ਜ਼ਰੂਰੀ ਗੱਲ ਕਰਨੀ ਸੀ ਸਾਰਿਆਂ ਦੇ ਨਾਲ। ਵਧੀਆ ਕੀਤਾ ਤੁਸੀਂ ਆ ਗਏ, ਜਦੋਂ ਦੀ ਤੁਹਾਡੇ ਨਾਲ ਗੱਲ ਹੋਈ ਹੈ ਨਾ ਸਵੇਰ ਦਾ ਮੂੰਹ ਲਟਕਾਈ ਬੈਠੀ ਹੈ। ਐਕਚੁਅਲੀ ਮੇਰੀ ਵਿਸ਼ ਹੈ ਕਿ ਮੇਰੀ ਬੇਟੀ ਦੇ ਫਸਟ ਬੇਬੀ ਹੈ, ਸੋ ਇਹਦੀ ਗੋਦ ਭਰਾਈ ਦੀ ਰਸਮ ਚੰਡੀਗੜ੍ਹ ਦੇ ਕਿਸੇ ਗ੍ਰੈਂਡ ਜਿਹੇ ਹੋਟਲ 'ਚ ਕੀਤੀ ਜਾਏ।
ਚਾਰ ਮੰਤਰੀ ਸੰਤਰੀ ਆਉਣ, ਪਤਾ ਤਾਂ ਲੱਗੇ ਨਾ ਕਿ ਹਰਗੁਣ ਕੌਰ ਦੀ ਬੇਟੀ ਦੀ ਗੋਦ ਪਰਾਈ ਦੀ ਰਸਮ ਹੈ। ਦੇਖ ਬੀਬਾ, ਇਸ ਹਾਲਤ 'ਚ ਅਸੀਂ ਕੁੜੀ ਨੂੰ ਨਹੀਂ ਭੇਜਣਾ। ਜੇ ਤੁਹਾਡੇ ਪ੍ਰੋਗਰਾਮ 'ਚ ਕੋਈ ਹਰਜਾ ਮਰਜਾ ਹੋ ਗਿਆ ਤਾਂ ਅਸੀਂ ਕਿਹਦੇ ਸਿਰ ਚਿੱਟ ਮਾਰਾਂਗੇ? ਨਾ ਸਾਡੇ ਨਹੀਂ ਇਹ ਗੋਦ ਗੁਦ ਭਰਾਈ ਦਾ ਕੰਮ ਹੁੰਦਾ, ਅਸੀਂ ਨਹੀਂ ਕਰਨਾ ਭਾਈ। ਉਹ ਬੀਜੀ ਕੋਈ ਨਾ, ਰਿਵਾਜ ਅੱਜ ਕੱਲ੍ਹ ਸਾਰੀ ਕਰਦੇ ਆ। ਮੁੰਡਿਆ, ਜਦੋਂ ਮੈਂ ਗੱਲ ਕਰਦੀ ਹਾਂ ਵਿਚਰ ਬੋਲਿਆ ਕਰ। ਸਾਰੇ ਕਰਦੇ, ਅਸੀਂ ਨਹੀਂ ਕਰਨਾ। ਸਾਰੇ ਖੂਹ ਛਾਲ ਮਾਰਨਗੇ, ਅਸੀਂ ਮਾਰੀਏ। ਬੇਬੇ, ਕੁੜੀ ਦਾ ਦਿਲ ਕਰਦਾ, ਮਨ ਹਰਾ ਜੂ, ਨਾਲੇ ਰਾਣਕ ਵੇਖ ਲੂ, ਇਸੇ ਬਹਾਨੇ ਅਸੀਂ ਵੀ ਵੇਖ ਲਾਂਗੇ। ਪੁੱਤ, ਤੂੰ ਰੌਣਕ ਦੇਖਣੀ ਹੈ? ਚੱਲ ਫਿਰ ਆਪਾਂ ਆਪਣੇ ਪਿੰਡ 'ਚ ਹੀ ਪ੍ਰੋਗਰਾਮ ਕਰ ਲੈਂਦੇ ਹਾਂ, ਨਾਲੇ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਜੂਗਾ ਵੀ ਧਨ ਕੌਰ ਦੇ ਘਰੇ ਖੁਸ਼ੀ ਆਉਣ ਵਾਲੀ ਹੈ। ਬਿਲਕੁਲ, ਤੂੰ ਨਾ ਆਪਦੇ ਸਾਰੇ ਸ਼ਹਿਰੀਆਂ ਨੂੰ ਕਹਿ ਦੀ ਬਈ ਸਾਡੇ ਪ੍ਰੋਗਰਾਮ 'ਤੇ ਜ਼ਰੂਰ ਆਉਣ। ਤੁਸੀਂ ਤਾਂ ਟਾਈਟ ਓਟੂ ਆ ਨਿੱਕੀ ਜਿਹੀ ਡੱਬੀ 'ਚ ਬੰਦ ਹੋ ਕੇ ਆ ਜਾਓਗੇ। ਮੈਂ ਐਡੇ ਵੱਡੇ ਟੱਬਰ ਨੂੰ ਟਰੱਕ 'ਚ ਪਾ ਕੇ ਕਿਵੇਂ ਲੈ ਕੇ ਆਊਂਗੀ? ਪਾਪਾ, ਮੰਮਾ ਕਿੱਥੇ? ਪੁੱਤਰ, ਤੈਨੂੰ ਪਤਾ ਤਾਂ ਹੈ ਤੇਰੀ ਮਾਂ ਦੇ ਸੁਭਾਅ ਦਾ, ਉਹਨੇ ਪਿੰਡ 'ਚ ਕਿੱਥੇ ਆਉਣਾ ਉਰੇ? ਐਂ ਕਿ ਨਹੀਂ, ਤੂੰ ਥੋੜ੍ਹਾ ਕਵਰ ਕਰੀ, ਐਵੇਂ ਨਾ ਖੁਸ਼ੀ ਦੇ ਮਾਹੌਲ 'ਚ ਤੇਰੀ ਭੈਣ ਉਦਾਸ ਹੋ ਜਾਵੇ। ਚਲੋ ਚਲੋ ਚਲੋ। ਉਹ ਬੱਤੀ ਨੂੰ ਕੀ ਹੋ ਗਿਆ ਹੁਣ? ਉਹ ਤਾਂ ਫਿਰ ਜਨਰੇਟਰ ਚਾਲੂ ਕਰ ਲਓ। ਮਿਸਟਰ ਪੇਂਡੂ, ਆਓ ਸਿਲਕ ਦਾ ਸੂਟ ਗੋਟਾ ਚੱਲ ਮਿਲ ਕਰਦਾ, ਗੱਭਰੂ ਜੱਟਾਂ ਦਾ ਪੁੱਤ ਤੇਰੇ ਉੱਤੇ ਮਰਦਾ। ਸਿਲਕ ਦਾ ਸੂਟ ਗੋਟਾ ਚੱਲ ਮਿਲ ਕਰਦਾ, ਗੱਭਰੂ ਜੱਟਾਂ ਦਾ ਪੁੱਤ ਤੇਰੇ ਉੱਤੇ। ਨੀ ਬੋਲ ਤੇਰੇ ਸੂਹੇ ਬੱਲੀਏ, ਸੂਹੇ ਬੱਲੀਏ, ਤੇਰੇ ਕਰਕੇ ਯਕੀਨੀ ਜੱਟ ਲਾਵੇ ਨੀ ਜੱਟੀਏ। ਹੋ ਜੱਟੀਏ ਗੁਲਾਬੀ ਰੰਗੀਏ, ਗੁਲਾਬੀ ਰੰਗੀਏ, ਨੀ ਜੱਟ ਤੇਰੇ ਤੇ ਬੋਲੀਆਂ ਪਾਵੇ ਨੀ ਜੱਟੀਏ। ਗੁਲਾਬੀ ਰੰਗੀਏ, ਗੁਲਾਬੀ ਰੰਗੀਏ, ਨੀ ਜੱਟ ਤੇਰੇ ਤੇ ਬੋਲੀਆਂ ਪਾਵੇ ਨੀ ਜੱਟੀਏ। ਗੁਲਾਬੀ ਰੰਗੀਏ, ਕਦੇ ਕਹੇ ਪੇਂਡੂ ਜਿਹਾ ਲੱਗਦਾ, ਕਦੇ ਕਹੇ ਰੰਗ ਕਾਲਾ, ਕਦੇ ਕਹੇ ਪੇਂਡੂ ਜਿਹਾ ਲੱਗਦਾ, ਕਦੇ ਕਹੇ ਰੰਗ ਕਾਲਾ। ਤੇਰੇ ਨੱਕ ਤੇ ਕਿਉਂ ਨੀ ਚੜਦਾ, ਮੁੰਡੇ ਨੇ ਕਰਾਈ ਲਾ 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 ਰਾਣੀ, ਤੇਰੇ ਨਾ ਪਸੰਦ ਗੋਰੀਏ, ਤੇਰੇ ਨਾ ਪਸੰਦ ਗੋਰੀਏ, ਪਸੰਦ ਗੋਰੀਏ, ਮੁੰਡਾ ਪੱਕੀਆਂ ਮਰੰਬਿਆਂ ਵਾਲਾ ਨੀ। ਤੇਰੇ ਨਾ ਪਸੰਦ ਗੋਰੀਏ, ਪਸੰਦ ਗੋਰੀਏ, ਮੁੰਡਾ ਪੱਕੀਆਂ ਮਰੰਬਿਆਂ ਵਾਲਾ ਨੀ, ਤੇਰੇ ਨਾ ਪਸੰਦ ਗੋਰੀਏ। ਹਾਂਜੇ ਦੀ ਪਿੰਡ ਵਿੱਚ ਬੱਲੇ ਬੱਲੇ ਜੱਗ ਸਲਾਮਾਂ ਕਰਦਾ, ਨੀ ਪਾਲਾ ਚਾਲੂ ਅੱਖ ਦੀ ਕੂਹ ਤੋਂ ਮੇਰਾ ਪਾਣੀ ਭਰਦਾ, ਹਾਂ ਮੇਰਾ ਪਾਣੀ ਭਰਦਾ। ਗੁੱਸੇ ਵਿੱਚ ਮੈਂ ਵੇਖ ਲਾਂ, ਜੇ ਗੁੱਸੇ ਵਿੱਚ ਮੈਂ ਵੇਖ ਲਾਂ, ਮੇਰੇ ਅੱਗੇ ਮਿਣ ਮਿਣ ਕਰਦਾ, ਜੇ ਗੁੱਸੇ ਵਿੱਚ ਮੈਂ ਵੇਖ ਲਾਂ, ਫਿਰ ਤਾਂ ਮੇਰੇ ਕੋਲੋਂ ਡਰਦਾ, ਜੇ ਗੁੱਸੇ ਵਿੱਚ ਮੈਂ ਵੇਖ ਲਾਂ।
ਜਰੀਲੀ ਤੇਰੀ ਕਾਲਾ ਕਾਲਾ ਸੱਪ ਨੀ ਮਾਰਦੀ ਦਿਲਾਂ ਦੇ ਉੱਤੇ ਡੰਗ ਠੱਪ ਠੱਪ ਨੀ ਆਓ ਧੋਤਿਆ ਜਰੀਲੀ ਤੇਰੀ ਕਾਲਾ ਕਾਲਾ ਸੱਪ ਨੀ ਮਾਰਦੀ ਦਿਲਾਂ ਦੇ ਉੱਤੇ ਡੰਗ ਠੱਪ ਠੱਪ ਨੀ ਆਰੀ ਆਰੀ ਯਾਰੀ ਆਰੀ ਆਰੀ ਯਾਰੀ ਨੀ ਜਿੰਨਾ ਮੈਥੋਂ ਪਾਸਾ ਵੱਟਦੀ ਨੀ ਜਿੰਨਾ ਮੈਥੋਂ ਪਾਸਾ ਵੱਟਦੀ ਪਾਸਾ ਵੱਟਦੀ ਉਹ ਨੀ ਲੱਗਦੀ ਆ ਜਾਣ ਤੋਂ ਪਿਆਰੀ ਨੀ ਜਿੰਨਾ ਮੈਥੋਂ ਪਾਸਾ ਵੱਟਦੀ ਪਾਸਾ ਵੱਟਦੀ ਉਹ ਨੀ ਲੱਗਦੀ ਆ ਜਾਣ ਤੋਂ ਪਿਆਰੀ ਨੀ ਜਿੰਨਾ ਮੈਥੋਂ ਪਾਸਾ ਵੱਟਦੀ ਆਇਆ ਵਣ ਜਾਰਾ ਮੈਨੂੰ ਵੰਗਾਂ ਚੜਾ ਦੇ ਆਇਆ ਵਣ ਜਾਰਾ ਮੈਨੂੰ ਵੰਗਾਂ ਚੜਾ ਦੇ ਵੰਗਾਂ ਚੜਾ ਦੇ ਸੱਤ ਰੰਗੀਆਂ ਨਾ ਮੈਨੂੰ ਲੁੱਕ 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 ਵੇਖ ਮੈਨੂੰ ਆਉਣ ਸੰਗੀਆਂ ਨਾ ਮੈਨੂੰ ਲੁੱਕ 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 ਵੇਖ ਮੈਨੂੰ ਆਉਣ ਸੰਗੀਆਂ ਨਾ ਮੈਨੂੰ ਲੁੱਕ ਲੁੱਕ ਵੇ ਨਿੱਕਾ ਤੋਂ ਮੈਥੋਂ ਪਾਸਾ ਵੱਟਦੀ ਫਿਕਰ ਕਿਉਂ ਕਰੀ ਜਾਂਦੇ ਓ ਨਹੀਂ ਬੀਜੀ ਫਿਕਰ ਨਹੀਂ ਕਰ ਰਿਹਾ ਮੈਂ ਪੁੱਠਾ ਸਿੱਧਾ ਖਾ ਲਿਆ ਹੋ ਨੱਚਦੀਆਂ ਟੱਪਦੀਆਂ ਰਹੀਆਂ ਆਪਦੀ ਉਮਰ ਤਾਂ ਦੇਖਦੀਆਂ ਨੇ ਕੁੜੀਆਂ ਬਣ ਬਣ ਬਹਿੰਦੀਆਂ ਦਰਾਣੀ ਛਾਣੀ ਨਾ ਤੂੰ ਕਾਹ ਤੋਂ ਮੂੰਹ ਲਟਕਾਇਆ ਨਹੀਂ ਨਹੀਂ ਕੁਛ ਨਹੀਂ ਆਇਆ ਵੇਖ ਲਿਓ ਡਾਕਟਰ ਨੇ ਵੀ ਆ ਕੇ ਇਹੀ ਕਹਿਣਾ ਲਓ ਆ ਗਈ ਡਾਕਟਰ ਨਹੀਂ ਸਾਹਿਬਾ ਹਾਂਜੀ ਬੇਬੇ ਜੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਸਭ ਠੀਕ ਹੈ ਮੈਂ ਕਿਹਾ ਨਾ ਕਿ ਡਾਕਟਰ ਨੇ ਆ ਕੇ ਵੀ ਇਹੋ ਕਹਿਣਾ ਵੇਖ ਲਓ ਇਹ ਜੀ ਹਾਲਤ ਇਸ ਤਰ੍ਹਾਂ ਹੋ ਜਾਂਦਾ ਆਹੋ ਮੈਂ ਤਾਂ ਆਪ ਇਹੀ ਕਹਿੰਦੀ ਸੀ ਸਾਡੇ ਘਰੇ ਪ੍ਰੋਗਰਾਮ ਸੀ ਜਦੋਂ ਨੱਚਦੇ ਟੱਪਦੇ ਸੀ ਤਾਂ ਆਹੀ ਕੁਛ ਹੋਣਾ ਸੀ ਇਹ ਐਵੇਂ ਫਿਕਰ ਕਰੀ ਜਾਂਦਾ ਸੀ ਨਹੀਂ ਨਹੀਂ ਬੇਬੇ ਜੀ ਤੁਸੀਂ ਦਾਦੀ ਬਣਨ ਵਾਲੇ ਹੋ ਨਾ ਇਸ ਕਰਕੇ ਡਿੱਗਦੀ ਨਹੀਂ ਦਾਦੀ ਨਹੀਂ ਪੜਦਾਦੀ ਬਣਨ ਦੇ ਚਾਅ 'ਚ ਪ੍ਰੋਗਰਾਮ ਕਰਾਇਆ ਸੀ ਨੱਚਦੀਆਂ ਟੱਪਦੀਆਂ ਰਹੀਆਂ ਅਤੇ ਚੱਕਰ ਖਾ ਕੇ ਡਿੱਗ ਪਈ ਨਹੀਂ ਨਹੀਂ ਤੁਸੀਂ ਦਾਦੀ ਬਣਨ ਵਾਲੇ ਹੋ ਇਸੇ ਕਰਕੇ ਉਹ ਚੱਕਰ ਖਾ ਕੇ ਡਿੱਗ ਪਈ ਮੈਨੂੰ ਲੱਗਦਾ ਤੈਨੂੰ ਦਵਾਈਆਂ ਦਾ ਨਸ਼ਾ ਚੜ ਗਿਆ ਮੈਂ ਪੜਦਾਦੀ ਬਣਨ ਵਾਲੀ ਹਾਂ ਤੇ ਜਿਹੜੀ ਅੰਦਰ ਪਈ ਉਹ ਦਾਦੀ ਬਣਨ ਵਾਲੀ ਹੈ ਬੇਬੇ ਜੀ ਮੇਰੀ ਗੱਲ ਨੂੰ ਸਮਝੋ ਤੁਸੀਂ ਹਾਂ ਤੁਸੀਂ ਦਾਦੀ ਬਣਨ ਵਾਲੇ ਹੋ ਤੇ ਜਿਹੜੀ ਅੰਦਰ ਪਈ ਹੈ ਉਹ ਮਾਂ ਬਣਨ ਵਾਲੀ ਹੈ ਹਾਂ ਕੀਰਤ ਲਵਲੀਨ ਨੂੰ ਲੈ ਕੇ ਚੱਲ ਰੈਸਟ ਕਰ ਤੂੰ ਵੀ ਭੱਗ ਜਾ ਬੇਬੇ ਮੇਰੀ ਗੱਲ ਖਬਰਦਾਰ ਮੈਨੂੰ ਬੇਬੇ ਕਿਹਾ ਤੈਨੂੰ ਸ਼ਰਮ ਨਹੀਂ ਆਈ ਇਹ ਸੁਮ ਜੇ ਕੰਮ ਕਰਦੀ ਨੂੰ ਸਾਰੇ ਪਿੰਡ 'ਚ ਮੇਰਾ ਨੱਕ ਉਡਾ ਕੇ ਰੱਖਤਾ ਬੇਬੇ ਉਹਦੀ ਕੋਈ ਗਲਤੀ ਨਹੀਂ ਹੈ ਹਰਮੀਤ ਪੁੱਤ ਉਹ ਰਹਿ ਗਿਆ ਹੁਣ ਕੋ ਸੁਣਨ ਨੂੰ ਸ਼ਰਮ ਆਉਂਦੀ ਆ ਮੈਨੂੰ ਵੀ ਤੈਨੂੰ ਕਿਉਂ ਸ਼ਰਮ ਆਵੇ ਸ਼ਰਮ ਇਹਨਾਂ ਦੋਨਾਂ ਜੀਆਂ ਨੂੰ ਆਉਣੀ ਚਾਹੀਦੀ ਆ ਨਾ ਹੁਣ ਕੁੜਮਾ ਚਾਰ ਚ ਕੀ ਮੂੰਹ ਦਿਖਾਉਂਗੇ ਨਾਲੇ ਇਹ ਆਦੇ ਸਾਰਿਆਂ ਨੂੰ ਕੀ ਮੂੰਹ ਦਿਖਾਊਗਾ ਚੁੱਪ ਕਰ ਸੁਣ ਲਓ ਮੇਰੀ ਗੱਲ ਦੋਵੇਂ ਜੀ ਕੱਲ ਹੀ ਇਸਦਾ ਕਰ ਲਓ ਜੋ ਕੁਛ ਕਰਨਾ ਹੈ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਇਸ ਕਰਕੇ ਬਦਨਾਮੀ ਨਹੀਂ ਬਰਦਾਸ਼ਤ ਕਰ ਸਕਦੀ ਮੈਂ ਆਪਦੇ ਜਵਾਕ ਨੂੰ ਕੁਛ ਨਹੀਂ ਹੋਣ ਦੇਣਾ
ਗੱਲ ਸੁਣੀ, ਜੇ ਇਸ ਘਰ 'ਚ ਰਹਿਣਾ ਤਾਂ ਇਹਨੂੰ ਛੱਡਣਾ ਪਊਗਾ, ਜੇ ਇਹਨੂੰ ਰੱਖਣਾ ਤਾਂ ਦੋਹਾਂ ਜੀਆਂ ਨੂੰ ਘਰ ਛੱਡਣਾ ਪਊਗਾ। ਬੇਬੇ ਅਸੀਂ ਦੋਹਾਂ ਨੇ ਵੇਖ ਲਾ ਪੁੱਤ ਪੁੱਤਰਾਂ ਵਾਲੇ ਹੋ ਗਿਆ, ਤੇਰਾ ਕੋਈ ਅਜੇ ਤੱਕ ਕਹਿਣਾ ਮੋੜਿਆ ਨਹੀਂ? ਮੋੜਿਆ ਨਾ, ਸਾਰਾ ਪਿੰਡ ਵੀ ਤੇਰੀ ਸਲਾਹ ਨਾਲ ਤੁਰਦਾ। ਥੋੜ੍ਹਾ ਜਿਹਾ ਤਾਂ ਸੋਚ, ਜੇ ਦੋਵੇਂ ਇਸ ਹਾਲਤ ਦੇ ਵਿੱਚ ਘਰੋਂ ਬਾਹਰ ਜਾਣਗੇ ਤਾਂ ਰੱਬ ਨਾ ਕਰੇ ਕੋਈ ਅਭੀ ਨਬੀ ਹੋ ਗਈ, ਬਦਨਾਮੀ ਤਾਂ ਤੇਰੇ ਸਿਰ 'ਤੇ ਆਉਣੀ ਹੈ ਬੇਬੇ। ਹਾਂ ਬੇਬੇ, ਹੁਣ ਫਿਰ ਵੀ ਲੋਕਾਂ ਨੇ ਤਾਂ ਇਹੀ ਕਹਿਣਾ ਕਿ ਤੁਹਾਨੂੰ ਘਰ ਦਾ ਮੁੰਡਾ ਅਤੇ ਨਹੁੰ ਕਿਹੜੇ ਹਾਲਾਤਾਂ 'ਚ ਘਰੋਂ ਬਾਹਰ ਹੋਏ ਆ। ਜੇ ਤੁਹਾਡੇ ਦੋਹਾਂ ਜੀਆਂ ਨੂੰ ਇਹਨਾਂ ਦਾ ਦਹੇਜ ਆਉਂਦਾ ਨਾ, ਤੁਸੀਂ ਵੀ ਇਹਨਾਂ ਦੇ ਨਾਲ ਨਿਕਲ ਜਾਓ, ਮੈਨੂੰ ਕਿੱਥੇ ਦੀ ਲੋੜ ਨਹੀਂ। ਬੇਬੇ ਤੈਨੂੰ ਨਾ ਸਹੀ, ਪਰ ਸਾਨੂੰ ਤਾਂ ਹਮੇਸ਼ਾ ਤੇਰੀ ਲੋੜ ਹੈ। ਜੋਰਿਆ ਕਹਿ ਦੇ ਆਪਦੀ ਦੀਵੀ ਨੂੰ ਲੈ ਕੇ ਘਰੋਂ ਨਿਕਲ ਜੇ, ਮੇਰੀ ਅੱਖਾਂ ਸਾਹਮਣੇ ਨਾ ਆਵੇ। ਬੇਬੇ ਇਸ ਤਰ੍ਹਾਂ ਘਰੋਂ ਨਾ ਕੱਢ, ਤੂੰ ਹੋਰ ਜਿਹੜੀ ਮਰਜ਼ੀ ਸਦਾ ਕਹਿਣੀ ਉਹ ਇਹਨਾਂ ਨੂੰ ਮਨਜ਼ੂਰ ਹੈ, ਪਰ ਇਸ ਤਰ੍ਹਾਂ ਘਰੋਂ ਨਾ ਕੱਢ ਬੇਬੇ। ਨਿੱਕੀਏ ਕਹਿ ਦੇ ਇਹਨਾਂ ਨੂੰ ਜਦੋਂ ਤੱਕ ਨਿਬੜ ਨਹੀਂ ਜਾਂਦਾ ਮੇਰੇ ਮੂਹਰੇ ਨਾ ਆਵੇ, ਜਦੋਂ ਇਹ ਜੀ ਆ ਗਿਆ ਇਹਨੂੰ ਲੈ ਕੇ ਦੋਨੋਂ ਜਣੇ ਘਰੋਂ ਨਿਕਲ ਜਾਣ। ਸਿਹਤ ਕੁਛ ਢਿੱਲੀ ਲੱਗਦੀ ਹੈ, ਸਿਰ ਭਾਰਾ ਭਾਰਾ ਜਿਹਾ ਹੋਇਆ ਪਿਆ। ਸਿਰ ਹੀ ਭਾਰਾ ਹੋਇਆ ਕਿ ਦਿਲ ਵੀ ਭਾਰਾ? ਬੇਬੇ ਹਾਂ, ਤੈਨੂੰ ਪਤਾ ਲੱਗ ਗਿਆ ਕਿ ਉਹ ਮਾਂ ਬਣਨ ਵਾਲੀ ਹੈ? ਕੌਣ? ਅੱਡੇ ਵਾਲਿਆਂ ਦੀ ਨੂੰ। ਮੁੰਡਾ ਸਾਲ ਹੋ ਗਿਆ ਬਾਹਰ ਗਿਆ ਹੋਇਆ, ਨੂੰ ਢਿੱਡ ਵਧਾਈ ਫਿਰਦੀ ਹੈ, ਲੋਕਾਂ ਨੇ ਵੀ ਬਸ ਸ਼ਰਮ ਹੀ ਲਾ ਰੱਖੀ ਹੈ। ਕੀ ਸੋਚੀ ਜਾਂਦੀ ਹੈ ਬੇਬੇ? ਕਿਤੇ ਇਹ ਤਾਂ ਨਹੀਂ ਵੀ ਸੀਤੋ ਨੂੰ ਪਤਾ ਲੱਗ ਗਿਆ ਜਿੰਦਰ ਬਾਰੇ? ਬੇਬੇ ਦੇਖ ਲੈ, ਤੂੰ ਹਮੇਸ਼ਾ ਨਾ ਨੂੰਹਾਂ ਨੂੰ ਮੇਰੇ ਨਾਲੋਂ ਪਹਿਲਾਂ ਰੱਖਿਆ, ਲੈ ਲਿਆ ਸਵਾਦ ਨੂੰਹਾਂ ਨੂੰ ਧੀਆਂ ਬਣਾ ਕੇ। ਸਵੇਰੇ ਸਵੇਰੇ ਡਾਕਟਰ 'ਤੇ ਗਈ, ਅਗਲੀ ਨੇ ਮੈਨੂੰ ਮੂੰਹ ਜਿਹਾ ਬਣਾ ਕੇ ਵਧਾਈ ਦਿੱਤੀ, ਮੇਰੇ ਤਾਂ ਜਾਣੀ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਤਾਂ ਸੋਚ ਸੋਚ ਕਿਤੇ ਮਰੀ ਜਾਂਦੀ ਹਾਂ ਵੀ ਇਹ ਕਾਰਨ ਮੇਰੇ ਘਰੇ ਹੋਣਾ ਸੀ। ਤੂੰ ਜਿੰਨਾ ਮਰਜ਼ੀ ਸਿਰ ਬੰਨੀ ਜਾ, ਜਿਹੜੀ ਸੌ ਪੈਣੀ ਸੀ ਉਹ ਤਾਂ ਪੈ ਗਈ। ਸੀਤਾ ਪੁੱਤ, ਮੈਂ ਤੇਰੇ ਮੂਹਰੇ ਹੱਥ ਬੰਨਦੀ ਹਾਂ, ਮੇਰੇ ਨੂੰਹ ਪੁੱਤ ਨੇ ਜਿਹੜਾ ਕੁਛ ਕਰਨਾ ਸੀ ਕਰਤਾ, ਤੂੰ ਤਾਂ ਮੇਰੀ ਧੀ ਹੈ, ਇਸ ਗੱਲ ਦੀ ਪਿੰਡ 'ਚ ਭਿਣਕ ਨਾ ਨਿਕਲੇ ਪੁੱਤ। ਤੈਨੂੰ ਕੀ ਲੱਗਦਾ ਹੈ, ਤੇਰੀ ਕੋਈ ਬਦਨਾਮੀ ਹੈ? ਮੇਰੀ ਕਿਤੇ ਘੱਟ ਬਦਨਾਮੀ ਹੈ, ਲੋਕਾਂ ਨੇ ਕਹਿਣਾ ਆ ਬੁੜੇ ਹੋਏ ਭਰਾ ਭਰਜਾਈਆਂ ਨੂੰ ਜਵਾਨੀ ਚੜ੍ਹੀ ਹੈ। ਜੇ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ, ਮੇਰਾ ਤਾਂ ਜਿਵੇਂ ਹੀ ਮਰਨ ਹੋ ਜੂਗਾ। ਮੈਂ ਤਾਂ ਡਾਕਟਰ ਨੂੰ ਵੀ ਕਹਿਤਾ ਵੀ ਕਿਸੇ ਨੂੰ ਨਾ ਦੱਸੇ, ਪਰ ਇਹੋ ਜਿਹੀ ਗੱਲ ਕਿਤੇ ਲੁਕੀ ਰਹਿੰਦੀ ਹੈ। ਮੈਂ ਤਾਂ ਘਰ ਦੀ ਧੀ ਹਾਂ, ਜਿੰਨੇ ਜੋਗੀ ਹਾਂ ਮੈਂ ਤਾਂ ਕਰੂੰਗੀ ਕਿ ਤੂੰ ਆਪ ਸਿਆਣੀ ਹੈ ਬੇਬੇ। ਚੰਗਾ ਮੈਂ ਚੱਲਦੀ ਹਾਂ ਫਿਰ। ਚੰਗਾ ਹੁਣ ਸੋਚੀ ਨਾ ਜਾਏ। ਮਾਂ ਤਾਂ ਮੇਰੀ ਹੈ ਨਾ, ਸਮਝਦੀ ਕੀ ਆਪਣੇ ਆਪ ਨੂੰ, ਹੁਣ ਲੱਗੂ ਪਤਾ, ਪੱਟੀ ਮੈਸ ਹੋ ਗਈ। ਹੁਣ ਆਈ ਹੈ ਜਿੰਦਰ ਦਾੜ ਥੱਲੇ, ਮੈਂ ਠੱਪਦੀ ਹਾਂ ਤਾਂ ਮੱਖੀ।
ਦੇਖੀ ਹੁਣ ਕੀ ਬਣਦਾ। ਗੱਲ ਜੀ ਨਹੀਂ ਬਣੀ, ਕੰਮ ਤੁਹਾਨੂੰ ਦੱਸਦੀ ਹਾਂ। ਹੋਰ ਕੰਮ ਕਰ, ਸਭ ਠੀਕ ਠਾਕ ਹੈ ਨਾ? ਮੌਜਾਂ ਲੱਗੀਆਂ ਪਈਆਂ ਚਾਚਾ, ਦੁੱਧ ਪਾਈਦਾ ਲੈਈਦਾ। ਕਿਵੇਂ ਆਵਾਂ ਗਿਆ? ਵਧੀਆ ਬਾਈ। ਐਂ ਕਰੀ ਕੱਲ੍ਹ ਸਵੇਰੇ 10 ਕਿਲੋ ਦੁੱਧ ਵੱਧ ਲੈ ਜੀ ਘਰੋਂ। ਠੀਕ ਆ ਬਾਈ। ਹਰਮੀਤ ਸਿਆ ਬਹੁਤ ਬਹੁਤ ਵਧਾਈਆਂ ਹੋਣ ਬਈ। ਤੈਨੂੰ ਵੀ ਚਾਚਾ। ਤੂੰ ਵੀ ਖਿੱਚ ਲਿਆ ਤਿਆਰੀ ਜਵਾਕ ਨੂੰ ਮੋਢਿਆਂ 'ਤੇ ਖਿਡਾਉਣ ਲਈ। ਧੰਨਵਾਦ ਚਾਚਾ, ਮੈਨੂੰ ਕੰਮ ਆ ਥੋੜ੍ਹਾ ਜਿਹਾ, ਮਿਲਦਾ ਫਿਰ। ਉਹ ਚਾਚਾ, ਸੁਖਦੇਵ ਸੂ ਦੀਆਂ ਵਧਾਈਆਂ ਵੀ ਨਾਲ ਹੀ ਦੇ ਦੇ ਇਹਨੂੰ। ਇਹਦੇ ਹਾਲ ਤਾਂ ਦੋ ਦੋ ਵਧਾਈਆਂ ਨੇ। ਅੱਛਾ, ਇੱਕ ਪਾਸੇ ਵੱਡਾ ਭਰਾ ਬਣ ਜਾਣਾ ਤੇ ਦੂਜੇ ਪਾਸੇ ਪਿਓ, ਕਿਉਂ ਚਾਚਾ? ਦੀਦੀ, ਜੇ ਮੁੰਡਾ ਹੋਊਗਾ ਨਾ ਤਾਂ ਆਪਾਂ ਬਲੂ ਕਲਰ ਦੀ ਡਰੈਸ ਆਰਡਰ ਕਰਾਂਗੇ, ਤੇ ਜੇ ਕੁੜੀ ਹੋਏਗੀ ਤਾਂ ਪਿੰਕ। ਦੀਦੀ ਦੀਦੀ, ਤੁਸੀਂ ਮੇਰੀ ਗੱਲ ਸੁਣ ਵੀ ਰਹੇ ਹੋ ਕਿ ਨਹੀਂ? ਜਿਹੜੀ ਚੰਗੀ ਲੱਗਦੀ ਆਰਡਰ ਕਰ ਲਾ। ਹੱਦ ਆ, ਵੈਸੇ ਮੈਂ ਕੁੜੀ ਮੁੰਡੇ ਦੀ ਡਰੈਸ ਦੀ ਗੱਲ ਕਰ ਰਹੀ ਹਾਂ, ਆਪਣੀ ਡਰੈਸ ਦੀ ਨਹੀਂ। ਚਿੜੀਆ ਘਰ ਵਰਗਾ ਘਰ ਸੀ ਤੇ ਅੱਜ ਕੱਲ੍ਹ ਕੋਈ ਸਿੱਧੇ ਮੂੰਹ ਬੁਲਾਇਆ ਨਹੀਂ ਬੋਲਦਾ। ਤੁਸੀਂ ਮੈਨੂੰ ਦੱਸੋਗੇ ਵੀ ਗੱਲ ਕੀ ਹੋਈ ਆ? ਕੀ ਦੱਸਾਂ ਤੈਨੂੰ, ਨਾਲੇ ਤੈਨੂੰ ਮੇਰਾ ਘਰ ਚਿੜੀਆ ਘਰ ਲੱਗਦਾ। ਨਹੀਂ ਮਨ ਹੈਗਾ ਨਾ ਦੱਸਣ ਦਾ, ਤੇ ਨਾ ਦੱਸੋ, ਐਟਲੀਸਟ ਫੇਕ ਰਿਐਕਟ ਤਾਂ ਨਾ ਕਰੋ। ਲੈ ਬਸ, ਹਰਮੀਤ ਆਈ ਨੋ ਤੁਸੀਂ ਪਰੇਸ਼ਾਨ ਹੋ, ਮੈਂ ਵੀ ਉਹੀ ਸੋਚ ਰਹੀ ਹਾਂ ਜੋ ਤੁਸੀਂ ਸੋਚ ਰਹੇ ਹੋ। ਤੂੰ ਟੈਨਸ਼ਨ ਨਾ ਲੈ, ਮੈਂ ਹੈਗਾ ਨਾ, ਮੈਂ ਸਾਂਭ ਲੂੰ ਆਪੇ। ਕੀ ਸਾਂਭ ਲਓਗੇ ਤੁਸੀਂ? ਇਹ ਤੁਹਾਡੇ ਸਾਂਭਣ ਵਾਲਾ ਨਹੀਂ ਹੈ। ਸੋਚੋ ਜੇ ਇਹ ਗੱਲ ਬਾਹਰ ਪਤਾ ਲੱਗ ਗਈ, ਅਸੀਂ ਤਾਂ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਰਵਾਂਗੇ। ਨਾਲੇ ਕਿੰਨੇ ਚਾਹ ਸੀ ਮੇਰੇ, ਕਿੰਨੇ ਖੁਸ਼ ਸੀ ਆਪਾਂ। ਜਦ ਦਾ ਇਹ ਪਤਾ ਲੱਗਿਆ ਹੈ ਨਾ, ਮੈਨੂੰ ਹੀ ਪਤਾ ਮੇਰੇ 'ਤੇ ਕੀ ਬੀਤ ਰਹੀ ਹੈ। ਉਹ ਯਾਰ, ਮੈਂ ਖੁਸ਼ ਨਹੀਂ ਸੀਗਾ, ਮੇਰੇ ਆਪਣੇ ਚਾਹ ਨਹੀਂ ਸੀਗੇ। ਘਰੇ ਆਓ ਤਾਂ ਵੀ ਉਹੀ ਗੱਲਾਂ, ਬਾਹਰ ਜਾਓ ਤਾਂ ਵੀ ਉਹੀ ਗੱਲਾਂ।
ਹਰਮੀਤ ਪੁੱਤ ਰੋਟੀ ਲੈ ਕੇ ਆਵਾਂ ਲੈ ਕੇ ਆਵਾਂ ਰੋਟੀ ਪੁੱਤ ਉਹ ਰੋਟੀ ਨਾਲ ਕਾਹਦੀ ਨਾਰਾਜ਼ਗੀ ਆ ਦੋ ਵਾਰੀ ਤੇਰੀ ਮਾਂ ਨੇ ਪੁੱਛ ਲਿਆ ਪੁੱਤ ਹੋਇਆ ਕੀ ਆ ਉਹ ਹੋਣ ਨੂੰ ਹਲੇ ਰਹਿ ਗਿਆ ਕੁਛ ਘਰ ਚੋਂ ਬਾਹਰ ਨਿਕਲੋ ਨਾ ਸੱਤ ਚੋਂ ਲੰਘਣਾ ਔਖਾ ਹੋਇਆ ਪਿਆ ਲੋਕ ਮਖੌਲ ਉਡਾਉਂਦੇ ਆ ਮਖੌਲ ਡਬਲ ਡਬਲ ਵਧਾਈ ਮਿਲ ਰਹੀ ਆ ਮੈਨੂੰ ਘਰੇ ਆਓ ਤੁਸੀਂ ਦੋਏ ਜੀ ਦਿਖ ਪੰਨੇ ਹੋ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੈਂ ਜਾਵਾਂ ਕਿੱਥੇ ਜਿਹੜੀ ਮੈਨੂੰ ਸਾਰੀਆਂ ਗੱਲਾਂ ਤੋਂ ਆਜ਼ਾਦੀ ਮਿਲ ਜਾਵੇ ਮੈਨੂੰ ਤਾਂ ਮਰਨ ਜੋਗਾ ਕੀਤਾ ਆਪਦੇ ਮੁੰਡੇ ਨੂੰ ਵੀ ਮਾਰੂਗੀ ਜਾ ਪੁੱਤ ਦੇਖ ਕੇ ਆ ਕਿਵੇਂ ਚਾਚਾ ਠੀਕ ਹੈ ਕਿੱਦਾਂ ਆਉਣਾ ਹੋਇਆ ਸੌਦਾ ਲੈਣਾ ਸੀ ਦੱਸ ਇੱਕ ਕਿਲੋ ਦੇਸੀ ਘਿਓ ਇੱਕ ਕਿਲੋ ਦੇਸੀ ਘਿਓ ਹੋਰ ਇੱਕ ਕਿਲੋ ਬਦਾਮ ਕਿਲੋ ਬਦਾਮ ਹੈ ਹੋਰ ਪਾਈ ਆ ਸੌਗੀ ਪਾਈ ਆ ਸੌਗੀ ਹੋਰ ਕੁਛ ਚਾਚਾ ਬਸ ਠੀਕ ਹੈ ਚਾਚਾ ਕਰ ਦਿੰਦਾ ਕੰਮ ਆਇਆ ਨਹੀਂ ਗਾ ਲੱਗ ਜਾਣੇ ਪੰਜ ਮਿੰਟ ਸਮਾਨ ਕੱਢਣ ਦੇ ਠੀਕ ਦਿੰਦਾ ਹੈਲੋ ਪਿੰਦੂ ਉਹ ਸਾਲਿਆ 100 ਗ੍ਰਾਮ ਡਾਲਡੇ ਚ ਮਹੀਨਾ ਕੱਢਣ ਵਾਲਿਓ ਡੈਡੀ ਤੇਰਾ ਇੱਥੇ ਦੇਸੀ ਘਿਓ ਦੇ ਬਦਾਮ ਦੀਆਂ ਗਿਰੀਆਂ ਮੰਗੀ ਜਾਂਦਾ ਉਹ ਸੌਦਾ ਤੇ ਹੈਗਾ ਵਾ ਕਦੇ ਹਰਮੀਤ ਦੇ ਡੈਡੀ ਵਾਂਗੂ ਨਵਾਂ ਚਾਹੁੰਦਾ ਤਾਂ ਨਹੀਂ ਚੜਾਉਣ ਨੂੰ ਫਿਰਦਾ ਹੋਰ ਉਹ ਛੇਤੀ ਆ ਜਾ ਭਰਾਵਾ ਬੰਨ ਕੇ ਰੱਖੋ ਇਹਨੂੰ ਘਰ ਪਾ ਦੇ ਸੌਦਾ ਹੁਣ ਬਸ ਖਲੋ ਚਾਚਾ ਇੱਕ ਅੱਧਾ ਮਿੰਟ ਪਿਆ ਹੀ ਸਮਝ ਕਿੱਧਰ ਕਿੱਧਰ ਸੌਦਾ ਲੈਣਾ ਆ ਕਿਹੜਾ ਸੌਦਾ ਇੱਕ ਕਿਲੋ ਦੇਸੀ ਘਿਓ ਇੱਕ ਕਿਲੋ ਬਦਾਮ ਪਾਈਆ ਸੌਗੀ ਤੂੰ ਜਿਹੜਾ ਦਾੜੀ ਰੰਗ ਕੇ ਮੇਰੇ ਹਾਂ ਦਾ ਬਣਿਆ ਫਿਰਦਾ ਨਾ ਸਭ ਪਤਾ ਮੈਨੂੰ ਕਿਹੜੇ ਚੱਕਰਾਂ 'ਚ ਤੂੰ ਤੁਹਾਡੀ ਬੇਬੇ ਤੋਂ ਕੜਾਹ ਬਣਾਉਣਾ ਸੀ ਦੇਖ ਬਾਪੂ ਤੂੰ ਦਾੜੀ ਰੰਗੀ ਅਸੀਂ ਸਹਿ ਗਏ ਪਰ ਜੇ ਤੂੰ ਸੋਚਦਾ ਕਿ ਘਰ 'ਚ ਕਲਕਾਰੀਆਂ ਵੀ ਵੱਜਣ ਇਹ ਨਹੀਂ ਸਾਥੋਂ ਸਹਿ ਹੋਣੀਆਂ ਅੜੇ ਨੂੰ ਉਹ ਚੱਲ ਲੈ ਕੇ ਚੱਲੀ ਮੈਨੂੰ ਉਹ ਤੂੰ ਚੱਲ ਮੈਂ ਦੇਣਾ ਤੈਨੂੰ ਬਦਾਮ ਰਾੜ ਕੇ ਘਰ ਜਾ ਕੇ ਖੋਣਾ ਬਦਾਮ ਖਲਾ ਬਦਾਮ ਇਹਦਾ ਵੀ ਬੇੜਾ ਕਰਕੇ ਅੱਜ ਹੀ ਹੋਣਾ ਸੀ ਲੈ ਬਸ਼ੀ ਲਾ ਪੈਂਚਰ ਓਏ ਚੱਲ ਠੀਕ ਹੈ ਮੈਂ ਪੈਂਚਰ ਲਵਾ ਕੇ ਤੈਨੂੰ ਅੜੇ ਤੱਕ ਛੱਡ ਆਉਣਾ ਤੂੰ ਪਰ ਵਗ ਜਾਈਂ ਪਿੰਡ ਨੂੰ ਅਤੇ ਮੈਂ ਦੋਵਾਂ ਘੰਟੇ ਸ਼ਹਿਰੋਂ ਕੰਮ ਕਰਕੇ ਆਇਆ ਲੈ ਉਹ ਕੋਈ ਨਹੀਂ ਵੀਰ ਮੈਂ ਡੰਡੀਓ ਡੰਡੀ ਨਿਕਲ ਜਾਣਾ ਕੀ ਹਾਲ ਹੈ ਬਾਈ ਸੁਖਦੇਵ ਸਿਆ ਵਧੀਆ ਵਧੀਆ ਤੂੰ ਸੁਣਾ ਉਹ ਯਾਰ ਘਰ ਨੂੰ ਮਾੜਾ ਜਿਹਾ ਗੇੜਾ ਤਾਂ ਮਾਰੀ ਕਿਉਂ ਦੋ ਮੱਝਾਂ ਯਾਰ ਦੁੱਧ ਨਹੀਂ ਦੇਣ ਡੀਆਂ ਚੱਜ ਨਾਲ ਅੱਜ ਤਾਂ ਸ਼ਹਿਰ ਨੂੰ ਚੱਲਿਆ ਕੱਲ੍ਹ ਨੂੰ ਮਾਰਦਾ ਜਿਹੜਾ ਮੈਂ ਆ ਜਾਈ ਵੀਰ ਮੇਰਾ ਚਾਚਾ ਤੂੰ ਇੱਥੇ ਖੜਾ ਇਹਨਾਂ ਲਾਗੇ ਉਹ ਸਲਾਹ ਲੈਣ ਡਿਆ ਮਾੜੀ ਜੀ ਇਹਨਾਂ ਤੋਂ ਮੋਟਰਸਾਈਕਲ ਤੇ ਬਹਿ ਛੇਤੀ ਸਲਾਹ ਲੈਣੀ ਆ ਜਿਹੜੀ ਤੂੰ ਇਹਨਾਂ ਕੋਲੋਂ ਉਹ ਇਹਦੀਆਂ ਸਲਾਹਾਂ ਲੈਂਦਾ ਲੈਂਦਾ ਕਿਤੇ ਇਹਦੇ ਵਾਲਾ ਕਾਰਨਾਮਾ ਨਾ ਕਰ ਬੈਠੀ ਚੱਲ ਆ ਬਹਿ ਹੁਣ ਵੱਡਾ ਸਲਾਹਕਾਰ ਕਿੰਨੀਆਂ ਜ਼ਬਾਨਾਂ ਵਧਾਈਆਂ ਇਹਨਾਂ ਵੀਰ
ਬੇਬੇ ਐਂ ਤਾਂ ਤੂੰ ਅੰਦਰ ਬੈਠੀ ਉਵੇਂ ਬਿਮਾਰ ਹੋ ਜਾਏਗੀ। ਮਾੜਾ ਮੋਟਾ ਬਾਹਰ ਅੰਦਰ ਫਿਰਿਆ ਕਰ, ਹੈ ਤੂੰ ਕਾਹਦੀ ਚਿੰਤਾ ਕਰਦੀ ਹੈ। ਨਾ ਜੇ ਇਹ ਬਸ਼ਰਮ ਹੋ ਗਏ ਤੂੰ ਵੀ ਹੋ ਜਾ। ਇਹ ਤਾਂ ਹੋ ਗਏ, ਮੈਥੋਂ ਨਹੀਂ ਹੋਇਆ ਜਾਂਦਾ। ਮੈਨੂੰ ਤਾਂ ਸ਼ਰਮ ਆਉਂਦੀ ਹੈ ਵੀ ਮੈਂ ਦਰਵਾਜ਼ੇ ਤੋਂ ਪੈਰ ਬਾਹਰ ਕਿਵੇਂ ਕੱਢਾਂ। ਨਹੀਂ ਇਸ ਉਮਰ 'ਚ ਮੈਨੂੰ ਅਕਸ਼ ਦੇਖਣਾ ਪੈ ਗਿਆ। ਸੱਚੀ ਗੱਲ ਹੈ ਬੇਬੇ, ਸਾਰੇ ਪਿੰਡ 'ਚ ਤੇਰੀ ਦੋ ਦੋ ਬਰਾਤੀ ਇਹਨਾਂ ਨੇ। ਨਹੀਂ ਤੂੰ ਕਿਹਦੇ ਲੈਣ ਦੀ ਸੀ, ਹੈ? ਚੱਲ ਚਿੰਤਾ ਨਾ ਕਰ, ਜਿਹਨੇ ਕੰਡੇ ਬੀਜੇ ਆ ਆਪੇ ਚੁਗਣਗੇ, ਹੈ? ਬਿਮਾਰ ਨਾ ਹੋ ਜੀ, ਆਪਣਾ ਧਿਆਨ ਰੱਖ। ਮੋਮ ਤੁਸੀਂ ਆਪਣਾ ਸਮਾਨ ਪੈਕ ਕਰ, ਚੱਲ ਮੇਰੇ ਨਾਲ, ਹਰੀ ਅਪ। ਮੋਮ ਤੁਸੀਂ ਇੱਥੇ ਕੀ ਗੱਲ ਹੋ ਗਈ? ਤੁਸੀਂ ਅੰਦਰ ਤਾਂ ਆਓ। ਮੈਂ ਅੰਦਰ ਬੈਠਣ ਨਹੀਂ ਆਈ, ਸਗੋਂ ਤੈਨੂੰ ਇਸ ਘਰ ਚੋਂ ਬਾਹਰ ਲੈ ਕੇ ਜਾਣ ਲਈ ਆਈ ਆ। ਚਲੋ ਜਲਦੀ ਕਰੋ। ਹੌਲੀ ਗੱਲ ਕਰੋ ਜੀ, ਆਲੇ ਦੁਆਲੇ ਲੋਕ ਸੁਣ ਰਹੇ ਆ। ਸੁਣ ਰਹੇ ਨੇ ਤਾਂ ਫਿਰ ਕੀ ਹੋਇਆ? ਇਹ ਤਾਂ ਤੁਹਾਡੇ ਪੇਰੈਂਟਸ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਨਾ। ਲੋਕ ਤਾਂ ਸੁਣਨਗੇ। ਭੈਣ ਜੀ ਮੇਰੀ ਗੱਲ ਤਾਂ ਸੁਣੋ, ਕਾਕਾ ਤੂੰ ਸਮਝਾ, ਬਹਿ ਕੇ ਗੱਲ ਕਰ ਲੈਂਦੇ ਹਾਂ। ਵਾਹ, ਬੈਠਣ ਦੀ ਗੱਲ ਤਾਂ ਛੱਡੋ, ਮੈਨੂੰ ਤਾਂ ਇਸ ਘਰ 'ਚ ਸਾਹ ਲੈਣਾ ਵੀ ਮਨਜ਼ੂਰ ਨਹੀਂ। ਇੱਕ ਮਿੰਟ ਵੀ ਨਹੀਂ ਰਹਿ ਗਈ ਮੇਰੀ ਬੇਟੀ ਇੱਥੇ। ਪਹਿਲਾਂ ਤਾਂ ਮੈਂ ਸਮਝਦੀ ਸੀ ਕਿ ਇਸ ਘਰ ਦੇ ਵਿੱਚ ਅਨਪੜ੍ਹ ਅਤੇ ਗਵਾਰ ਲੋਕ ਰਹਿੰਦੇ ਨੇ, ਪਰ ਜਿਹੜਾ ਤੁਸੀਂ ਕਾਰਾ ਕੀਤਾ ਹੈ ਨਾ, ਤੁਸੀਂ ਤਾਂ ਇਸ ਸੁਸਾਇਟੀ 'ਚ ਰਹਿਣ ਦੇ ਕਾਬਲ ਨਹੀਂ ਰਹੇ। ਮੋਮ, ਮੋਮ ਪਲੀਜ਼। ਵਟ ਪਲੀਜ਼ ਬੇਟਾ, ਵਟ ਪਲੀਜ਼? ਭੈਣ ਜੀ ਮੇਰੀ ਗੱਲ ਤਾਂ ਸੁਣੋ, ਆਪਾਂ ਬਹਿ ਕੇ ਗੱਲ ਕਰਦੇ ਹਾਂ। ਵਾਓ, ਮੈਂ ਤੁਹਾਡੇ ਨਾਲ ਬੈਠ ਕੇ ਗੱਲ ਕਰਾਂਗੀ, ਹੈ? ਜਿਨ੍ਹਾਂ ਨੂੰ ਪਰਿਵਾਰ ਦੇ ਵਿੱਚ ਰਹਿਣ ਦੀ ਤਮੀਜ਼ ਤੱਕ ਨਹੀਂ ਹੈ। ਨੂੰ ਮਾਂ ਬਣਨ ਲੱਗੀ, ਸੱਸ ਨੇ ਵੀ ਨਾਲ ਤਿਆਰੀ ਖਿੱਚ ਲਈ। ਤੁਹਾਡਾ ਤਾਂ ਸੁਸਾਇਟੀ 'ਚ ਕੋਈ ਥਾਂ ਹੈ ਨਹੀਂ, ਪਰ ਸਾਡਾ ਤਾਂ ਹੈ। ਲੈ, ਲੇਡੀ ਨੌਨਸੈਂਸ। ਦੇਖਿਆ ਕੁੜਮ ਘਰ ਆ ਕੇ ਮਿੱਟੀ ਪੱਟ ਗਏ। ਨਿਸ਼ਾਨੀ ਚੁੱਕੀ ਫਿਰਦੀ ਹੈ ਨਾ, ਇਹਦਾ ਵੀ ਸੋਚਦੀ ਹਾਂ। ਕੁਛ ਕੀ ਸੋਚਣਾ ਪਊਗਾ ਨੀ ਤੈਨੂੰ, ਸੰਭਾਲ ਆਪਦੀ। ਮੈਂ ਮੁੰਡਿਆ ਤੇਰੇ ਮੂੰਹ ਚ ਘੁੰਗਣੀਆਂ ਪਈਆਂ ਨੇ, ਸਮਝਾ ਆਪਦੀ ਮਾਂ ਨੂੰ। ਆਪਣਾ ਸਮਾਨ ਪੈਕ ਕਰ, ਚੱਲ ਮੇਰੇ ਨਾਲ, ਹਰੀ ਅਪ। ਕਿਰਤ, ਕਿਰਤ, ਇੰਨੀ ਬੇਇੱਜ਼ਤੀ ਬਹੁਤ ਆ ਮਾਂ ਦੀ, ਕਿ ਹੋਰ ਕੁਝ ਰਹਿ ਗਿਆ ਸੁਣਨ ਲਈ? ਚੱਲ ਮੇਰੇ ਨਾਲ, ਚੱਲ ਛੱਡਿਆ ਜਾਂਦਾ ਨਹੀਂ। ਹਾਏ ਤੂੰ ਤੇ ਮੈਂ ਤੇ ਸੀ, ਹੁਣ ਕਿੱਥੇ ਖੋ ਗਿਆ। ਤੂੰ ਤੇ ਮੈਂ ਤੇ ਸੀ, ਹੁਣ ਕਿੱਥੇ ਖੋ ਗਿਆ। ਦੋ ਪੱਖ ਹੋ ਗਏ ਆ, ਆਪਾਂ ਵੱਖ ਹੋ ਗਏ ਆ।
ਆਉਟੀ ਦੀ ਜਨਾਨੀ ਤੋਂ ਗੱਲਾਂ ਸੁਣੀਆਂ ਪਈਆਂ। ਜੇ ਮੈਂ ਨਿੱਕੀ ਜਿਹੀ ਗਲਤੀ ਨਾ ਕਰਦਾ ਤਾਂ ਸਾਰਾ ਕੁਝ ਠੀਕ ਰਹਿਣਾ ਸੀ, ਕੁਝ ਨਹੀਂ ਸੀ ਵਿਗੜਨਾ। ਰੱਬ ਦੀ ਦਿੱਤੀ ਦਾਤ ਨੂੰ ਗਲਤੀ ਦਾ ਨਾਂ ਨਾ ਦੇ ਸਕਦੇ ਸਿਆ, ਸਭ ਠੀਕ ਹੋ ਜੂ। ਪੁੱਤ ਗਰਮ ਦਿਮਾਗ ਤੋਂ ਕੰਮ ਨਾ ਲੈ, ਵੇਲਾ ਕਵੇਲਾ ਸਮਝੀ ਦਾ ਹੁੰਦਾ। ਮੈਂ ਮੰਨਦਾ ਜੋ ਤੇਰੇ ਨਾਲ ਹੋਇਆ ਗਲਤ ਹੋਇਆ, ਪਰ ਜੋ ਤੂੰ ਕਰ ਰਿਹਾ ਉਹ ਵੀ ਤਾਂ ਠੀਕ ਨਹੀਂ ਨਾ। ਬੇਬੇ ਦਵਾਈ ਖਾ ਕੇ ਸੁੱਤੀ ਆ, ਜੇ ਉਹਨੂੰ ਪਤਾ ਲੱਗ ਗਿਆ ਪੁੱਤ ਤਾਂ ਥਾਂ ਹੀ ਮਰ ਜੂਗੀ ਵੇਖ ਕੇ। ਹੈ ਹਾਂ ਪੁੱਤ, ਮਾਪਿਆਂ ਨਾਲ ਐਂ ਥੋੜ੍ਹਾ ਗੁੱਸੇ ਹੋਈਦਾ ਹੁੰਦਾ, ਤੂੰ ਤਾਂ ਸਿਆਣਾ ਪੁੱਤ ਹੈ, ਹੋਸ਼ ਨਾਲ ਕੰਮ ਲੈ। ਚਾਚੀ ਮੈਂ ਨਹੀਂ ਰਹਿਣਾ ਇੱਥੇ, ਮੈਨੂੰ ਨਾ ਰੋਕੋ। ਜਦੋਂ ਇਸ ਘਰ ਦੇ ਸਿਆਣੀ ਨਹੀਂ ਹੋਸ਼ ਤੋਂ ਕੰਮ ਲੈ ਰਹੇ ਤਾਂ ਮੈਂ ਕਿਵੇਂ ਹੋਸ਼ ਤੋਂ ਕੰਮ ਲਵਾਂ। ਚੱਲ ਛੱਡ, ਚਾਚੇ ਦਾ ਹੀ ਵਾਸਤਾ ਰੱਖ ਲੈ। ਵੱਡਾ ਵੀਰ ਤਾਂ ਪਹਿਲਾਂ ਟੁੱਟਿਆ ਫਿਰਦਾ, ਜਦੋਂ ਆ ਇਸ ਤਰ੍ਹਾਂ ਵੇਖੂਗਾ ਤਾਂ ਪੁੱਤ ਕੀ ਬਣੂਗਾ ਉਹਦਾ। ਚਾਚਾ ਤੈਨੂੰ ਵੀ ਆਪਣਾ ਵੱਡਾ ਬਾਈ ਉਹ ਦੇਖਦਾ, ਮੇਰੇ ਬਾਰੇ ਨਹੀਂ ਕੋਈ ਸੋਚਦਾ। ਘਰ ਮੇਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟ ਚੱਲਿਆ, ਉਹ ਨਹੀਂ ਕਿਸੇ ਨੂੰ ਦੱਸਦਾ। ਘਰਵਾਲੀ ਮੇਰੀ ਛੱਡ ਕੇ ਚਲੇ ਗਈ, ਜਵਾਕ ਮੇਰੇ ਦਾ ਨਹੀਂ ਪਤਾ, ਉਹਨੇ ਕਿੱਥੇ ਜੰਮਣਾ, ਮੈਨੂੰ ਮਿਲਣਾ ਵੀ ਆ ਕਿ ਨਹੀਂ ਮਿਲਣਾ। ਕੀ ਆ ਇੱਥੇ ਖੜੀ? ਘਰ ਛੱਡ ਕੇ ਚੱਲੇ ਹਰਮੀਤ। ਹੈ? ਤੁਸੀਂ ਦੇਖੋ ਜਾ ਕੇ। ਮੈਂ ਕਹਿਤਾ ਮੈਂ ਨਹੀਂ ਰਹਿਣਾ ਬਸ। ਆੜੀ ਐ ਨਾ ਕਰ, ਰੁਕ ਜਾ ਯਾਰ। ਚਾਚਾ ਕਿਸੇ ਦੇ ਜਾਣ ਨਾਲ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਆਉਣ ਨਾਲ ਨਾ ਪੂਰੇ ਘਰ ਨੂੰ ਫਰਕ ਪੈ ਰਿਹਾ। ਹਰਮੀਤ ਜੇ ਮਾਂ ਵਾਸਤਾ ਪਾ ਕੇ ਰੋਕ ਕੇ ਪੁੱਤ ਫੇਰ ਤਾਂ ਰੁਕ ਜਾਏਗਾ। ਬਾਬੇ ਹੁਣ ਤਾਂ ਹੋਰ ਵਧੀਆ ਗੱਲ ਹੋ ਗਈ, ਹੁਣ ਤਾਂ ਸੈਡ ਵੀਡੀਓ ਪਾਇਆ ਕਰ। ਬਾਬੇ ਅੱਤ ਹੋ ਜੂ, ਅੱਤ ਹਿੱਟ ਹੋ ਜੂ, ਤੂੰ ਹਿੱਟ। ਮੈਂ ਚਪੇੜ ਮਾਰਨੀ ਤੇਰੇ, ਮੈਂ ਤੈਨੂੰ ਦੱਸਾਂ, ਮੈਂ ਤੈਨੂੰ ਕਹਿੰਦੇ ਘਰੇ ਕਲੇਸ਼ ਪਿਆ, ਤੈਨੂੰ ਆਪਣੀਆਂ ਵੀਡੀਓ ਦੀ ਪਈ ਆ, ਆ ਤਾਏ ਦੀ ਦਵਾਈ ਲੈ ਕੇ ਆ। ਉਹ ਸੱਤੂ ਜਿਹੜਾ ਕੰਮ ਤੇਰੇ ਤਾਏ ਨੇ ਕੀਤਾ ਨਾ, ਉਹਦੇ ਨਾਲ ਬਣਾ ਕੇ ਪਾ ਵੀਡੀਓ, ਫੇਰ ਹੋਏਗਾ ਤੂੰ ਮਸ਼ਹੂਰ। ਤੈਨੂੰ ਕਰਦੀ ਮਸ਼ਹੂਰ,
ਜਦੋਂ ਸੈਫ ਅਲੀ ਖਾਨ ਨਿਆਣੇ ਜੰਮਦਾ ਇਸ ਉਮਰ 'ਚ ਉਦੋਂ ਤਾਂ ਬੜੀਆਂ ਖ਼ਬਰਾਂ ਨੂੰ ਵੇਖ ਵੇਖ ਕੇ ਤਾੜੀਆਂ ਮਾਰਦੇ ਹੋ ਅਤੇ ਹੁਣ ਤਾਂ ਇਹ ਤੋਂ ਬੜੀ ਤਕਲੀਫ਼ ਹੁੰਦੀ ਤੈਨੂੰ ਜਾਣਦਾ ਮੈਂ ਤੈਨੂੰ ਵੀ ਕੀ ਜਾਣਦਾ ਓਏ ਸਭ ਜਾਣਦਾ ਪੁੱਤ ਮੇਰੇ ਟੱਬਰ ਬਾਰੇ ਗੱਲ ਕੀਤੀ ਨਾ ਫਿਰ ਵੇਖੀ ਤੇਰਾ ਬਣਾ ਕੇ ਪਾ ਦੂੰ ਤੇਰੀ ਨਹਿਰ ਵਾਲੀ ਵੀਡੀਓ ਨੱਟ ਤੇ ਫਿਰ ਵਹਿੰਦਾ ਫਰੇਗਾ ਤਾਂ ਠਾਂ ਤੁਰ ਜਾ ਉਹ ਲੈ ਜਾ ਇਹਨੂੰ ਇੱਥੋਂ ਮਾਰਦਾ ਤੂੰ ਵੱਡਾ ਬਦਮਾਸ਼ ਉਹ ਬਾਤ ਤੂੰ ਬਾਤ ਤੂੰ ਤਾਂ ਅੱਗ ਕਰਦੀ ਓ ਤੁਰ ਪੁੱਤ ਪਾ ਮਗਰ ਨਾ ਵੇਖੀ ਉਹਨਾਂ ਦਾ ਮੱਸਿਆ ਦਾ ਦੋ ਨਾਗੇ ਤਿੰਨ ਨਾਗੇ ਚਾਰ ਨਾਗੇ ਇਹ ਤਾਂ ਹੋ ਗਿਆ ਪੂਰਾ ਕੁੱਲ ਨਾਗੇ ਸੀ ਚਾਰ ਤੇ ਪੂਰਾ ਹੋ ਗਿਆ 2000 ਰਲ ਗਿਆ ਸਭ ਬੇਬੇ ਹਾਂ ਪਿੰਦੇ ਕਿਆਂ ਦਾ ਨਾ ਮਹੀਨੇ ਦਾ 2000 ਪੂਰਾ ਹੋ ਗਿਆ ਸੀ 2000 ਕਿੰਨਾ ਦੁੱਧ ਪਾਉਣਾ ਵੇ ਤੂੰ ਉਹਨਾਂ ਨੂੰ 1.5 ਕਿਲੋ ਅੱਛਾ ਸਤਵੰਤ ਕੁਰੇ ਹਾਂ ਬੇਬੇ ਤੇਰੇ ਝਾਂਜਰਾਂ ਦੇ ਪੈਸੇ ਪੂਰੇ ਹੋ ਗਏ ਪੁੱਤ ਬੇਬੇ ਬਸ 700 ਰੁਪਏ ਰਹਿ ਗਿਆ 1.5 ਕਿਲੋ ਦੁੱਧ ਰੋਜ਼ ਦਾ ਮਤਲਬ 90 ਰੁਪਏ 30 ਦਿਨਾਂ ਦੇ ਬਣੇ 2700 ਰੁਪਏ ਆ ਜਿਹੜਾ ਤੂੰ ਝਾਂਜਰਾਂ ਦੇ ਪੈਸੇ ਦੁੱਧ ਚੋਂ ਇਕੱਠੇ ਕਰੀ ਜਾਂਦਾ ਨਾ ਮੈਂ ਤਾਂ ਤੂੰ ਛਿੱਤਰਾਂ ਦਾ ਰਾਣੀ ਹਾਰਨਾ ਪਵਾ ਲਈ ਚਾਤਰ ਬਣਿਆ ਫਿਰਦਾ ਤੂੰ ਘੁੱਟ ਨਹੀਂ ਪੈਰ ਮੇਰੇ ਹਾਂਜੀ ਜਿੰਨਾ ਮਰਜ਼ੀ ਹਾ ਹੈ ਕਰੀ ਜਾ ਭਾਵੇਂ ਮਰ ਜਾ ਮੈਂ ਨਹੀਂ ਤੈਨੂੰ ਦੇਖਣਾ ਬੇਬੇ ਤੂੰ ਅੰਦਰ ਸੌਣਾ ਕਿ ਇੱਥੇ ਬਾਹਰ ਹੀ ਅੰਦਰ ਹੀ ਸੌਂਗੀ ਬਾਹਰ ਤਾਂ ਮੈਨੂੰ ਮੱਛਰ ਖਾ ਜਾਣਗੇ ਨਹੀਂ ਤਾਂ ਸਵੇਰੇ ਸਵੇਰੇ ਜਿੰਨਾ ਦੇ ਮੱਥੇ ਲੱਗਣਾ ਪੈਂਦਾ ਮੈਨੂੰ ਚੱਲ ਫਿਰ ਤੇਰਾ ਮੈਂ ਮੰਜਾ ਅੰਦਰ ਵਿਛਾ ਦੇਣਾ ਆ ਜਾ ਚੱਲ ਉੱਠ ਸ਼ਾਬਾਸ਼ ਉੱਠ ਤੂੰ ਮੈਂ ਕਰਦਾ ਨਹੀਂ ਉੱਠ ਤੂੰ ਹੈਲੋ ਹਾਂਜੀ ਅਮਨ ਸਭ ਠੀਕ ਆ ਇਹੀ ਮੈਂ ਪੁੱਛਣਾ ਸੀ ਕਿ ਸਭ ਠੀਕ ਹੈ ਨਾ ਮੈਂ ਹੁਣੇ ਅੰਕਲ ਆਂਟੀ ਵੇਖੇ ਇੱਥੇ ਹਸਪੀਟਲ 'ਚ ਡਾਕਟਰ ਨੇ ਦੱਸਿਆ ਕਿ ਉਹ ਅਬੋਰਟ ਕਰਾਉਣ ਆਏ ਆ ਬੇਟੀ ਦਾ ਕੀ ਉਹ ਨਹੀਂ ਉਹ ਵੈਸੇ ਹੀ ਰੂਟੀਨ ਚੈੱਕਅਪ ਲਈ ਆਏ ਹੋਣੇ ਆ ਮੈਂ ਵੀ ਉੱਧਰ ਹੀ ਆ ਰਿਹਾ ਅੱਛਾ ਓਕੇ ਚਲੋ ਠੀਕ ਹੈ ਮੈਂ ਆਪਣੀ ਡਿਊਟੀ ਓਵਰ ਕਰਕੇ ਜਾ ਰਹੀ ਸੀ
ਤੇ ਮੈਨੂੰ ਲੱਗਿਆ ਇੱਕ ਵਾਰ ਮੈਂ ਪੁੱਛ ਲਾਂ। ਓਕੇ ਮਿਲਦੇ ਆ ਫਿਰ, ਬਾਏ, ਟੇਕ ਕੇਅਰ। ਜਿਹੜੀ ਇਹ ਨਿਸ਼ਾਨੀ ਚੁੱਕੀ ਫਿਰਦੀ ਹੈ ਨਾ, ਇਹਦਾ ਵੀ ਸੋਚਦੀ ਹਾਂ ਕੁਛ। ਆ ਗਿਆ ਪੁੱਤ। ਡੈਡੀ ਕੀ ਹੋਇਆ, ਤੁਸੀਂ ਇੱਥੇ ਕੀ ਕਰ ਰਹੇ ਹੋ? ਕੁਝ ਨਹੀਂ ਪੁੱਤ, ਤੂੰ ਇੱਥੇ ਕਿਵੇਂ? ਤੁਹਾਡੀ ਜ਼ੁਬਾਨ ਕੰਬ ਰਹੀ ਆ। ਸ਼ੈਂਕੀ ਕੀ ਹੋਇਆ? ਕੁਛ ਨਹੀਂ ਹੋਇਆ, ਐਵਰੀਥਿੰਗ ਇਜ਼ ਓਕੇ। ਵੈਸੇ ਤੂੰ ਇੱਥੇ ਕੀ ਕਰ ਰਿਹਾ? ਜਿਹੜੀ ਗੱਲ ਮੈਂ ਪੁੱਛ ਰਿਹਾ, ਪਹਿਲਾਂ ਮੈਨੂੰ ਉਹ ਦੱਸੋ ਜੋ ਮੈਂ ਸੋਚ ਰਿਹਾ ਨਾ, ਜੇ ਕਿਤੇ ਉਹ ਹੋਇਆ। ਪੁੱਤ ਮੇਰੇ ਤੇ ਭਰੋਸਾ ਨਹੀਂ। ਤੁਹਾਡੇ ਤੇ ਹੈਗਾ, ਪਰ ਇੱਧਰ ਨਹੀਂ ਹੈ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਦਿਓ, ਜੇ ਕੀਰਤੀ ਜਾਂ ਮੇਰੇ ਬੱਚੇ ਨੂੰ ਕੁਛ ਵੀ ਹੋਇਆ ਨਾ, ਮੈਂ ਰਿਸ਼ਤਿਆਂ ਦੀ ਹੱਦ ਭੁੱਲ ਜੂੰਗਾ। ਕੰਮ ਮੇਰਾ ਐਡਮਿਟ ਕਰਾਉਣਾ ਸੀ, ਮੈਂ ਤੁਹਾਡੇ ਕਰਕੇ ਕਰਾ ਦਿੱਤਾ। ਬੇਟੀ ਹੁਣ ਠੀਕ ਹੈ, ਪੈਸੇ ਜਮ੍ਹਾਂ ਕਰਾ ਦੇ। ਡੈਡੀ ਕੀ ਹੋਇਆ ਇੱਥੇ? ਲਵਲੀਨ ਅੰਦਰ ਕੀ ਕਰ ਰਹੀ ਆ, ਕੀ ਹੋਇਆ ਉਹਨੂੰ? ਜ਼ਿਆਦਾ ਰੌਲਾ ਪਾਉਣ ਦੀ ਲੋੜ ਨਹੀਂ ਹੈ, ਇਹ ਹੌਸਪੀਟਲ ਹੈ, ਤੇਰਾ ਪਿੰਡ ਨਹੀਂ ਹੈ ਜਿੱਥੇ ਰੌਲਾ ਪਾਉਣਾ ਆਮ ਜੀ ਗੱਲ ਹੈ। ਕੋਈ ਵੱਡੀ ਗੱਲ ਨਹੀਂ ਹੋਈ, ਲਵਲੀਨ ਦਾ ਬੁਆਏਫ੍ਰੈਂਡ ਸੀ। ਬੱਚੇ ਕਰਦੇ ਨੇ ਅੱਜ ਕੱਲ੍ਹ ਇਸ ਤਰ੍ਹਾਂ, ਹਾਈ ਸੁਸਾਇਟੀ ਅਤੇ ਅਮੀਰ ਲੋਕਾਂ ਲਈ ਇਹ ਆਮ ਜੀ ਗੱਲ ਹੈ। ਉਹ ਪ੍ਰੈਗਨੈਂਟ ਹੋ ਗਈ, ਅਸੀਂ ਉਹਨੂੰ ਇੱਥੇ ਲੈ ਆਏ। ਵਾਹ, ਤੁਹਾਡੇ ਲਈ ਇਹ ਵੱਡੀ ਗੱਲ ਨਹੀਂ ਹੈਗੀ? ਉਹ ਫਿਰ ਤੁਹਾਡੇ ਲਈ ਵੱਡੀ ਗੱਲ ਹੈ ਕੀ? ਹਾਂ, ਸ਼ਾਇਦ ਤੁਹਾਡੇ ਲਈ ਉਹ ਵੱਡੀ ਗੱਲ ਹੈ ਕਿ ਇੱਕ ਵਿਆਹਿਆ ਹੋਇਆ ਜੋੜਾ ਜਿਨ੍ਹਾਂ ਦੇ ਵਿਆਹ ਨੂੰ 30 ਸਾਲ ਹੋ ਗਏ, ਜੇ ਉਹ ਪ੍ਰੈਗਨੈਂਟ ਹੋ ਜਾਣ, ਉਹ ਤੁਹਾਡੇ ਪਿੱਛੇ ਲੱਗ ਕੇ ਮੈਂ ਆਪਣੇ ਮਾਂ ਪਿਓ ਨੂੰ ਕਿੰਨਾ ਗਲਤ ਬੋਲਿਆ। ਕਮਾਲ ਆ ਤੁਹਾਡੀ ਸੁਸਾਇਟੀ ਦੀ। ਤੁਹਾਡੀ ਸੁਸਾਇਟੀ ਲਈ ਨਾ ਇੱਕ ਵਿਆਹੇ ਹੋਏ ਜੋੜੇ ਦਾ ਪ੍ਰੈਗਨੈਂਟ ਹੋਣਾ ਸ਼ਰਮ ਵਾਲੀ ਗੱਲ ਆ, ਅਤੇ ਤੁਹਾਡੀ ਕੁੜੀ ਕਿਸੇ ਮੁੰਡੇ ਨਾਲ ਬਿਨਾਂ ਵਿਆਹ ਤੋਂ ਰਹਿ ਰਹੀ ਆ, ਉਹ ਆਮ ਗੱਲ ਆ। ਜ਼ਿਆਦਾ ਰੌਲਾ ਪਾਉਣ ਦੀ ਲੋੜ ਨਹੀਂ, ਓਪਨ ਰਿਲੇਸ਼ਨਸ਼ਿਪ ਇਜ਼ ਏ ਟ੍ਰੈਂਡ ਨਾਓ। ਜੇ ਤੁਹਾਡੀ ਵੱਡੀ ਕੁੜੀ ਵੀ ਇਸ ਸੁਸਾਇਟੀ ਦਾ ਹਿੱਸਾ ਅਤੇ ਉਹਦੀ ਵੀ ਇਹੀ ਸੋਚ ਆ, ਇੱਕ ਗੱਲ ਉਹਨੂੰ ਦੱਸ ਦਿਓ ਕਿ ਅੱਜ ਤੋਂ ਬਾਅਦ ਮੇਰੇ ਘਰ 'ਚ ਅਤੇ ਮੇਰੇ ਦਿਲ 'ਚ ਉਹਦੇ ਲਈ ਕੋਈ ਥਾਂ ਨਹੀਂ ਹੈਗੀ। ਜੇ ਤੇਰੇ ਕੋਲ ਮੇਰੀ ਧੀ ਲਈ ਕੋਈ ਜਗ੍ਹਾ ਨਹੀਂ ਹੈ ਨਾ, ਤਾਂ ਮੇਰੇ ਕੋਲ ਵੀ ਤੇਰੇ ਬੱਚੇ ਲਈ ਕੋਈ ਜਗ੍ਹਾ ਨਹੀਂ ਹੈ। ਕੱਲ੍ਹ ਨੂੰ ਲਿਆ ਕੇ ਨਾ ਉਹਨੂੰ ਵੀ ਇੱਥੇ, ਇਹਦਾ ਵੀ ਨਾਸ਼ ਕਰਵਾ ਕੇ ਕਰਵਾਉਣੀ ਉਹਦਾ ਕਿਸੇ ਵੱਡੇ ਖਾਨਦਾਨ 'ਚ ਵਿਆਹ। ਹਰਗੁਣ, ਛਿੰਦੇ ਕਾ ਹੋ ਗਿਆ ਡੇਰੇ ਵਾਲੀ ਪ੍ਰੀਤੋ ਦਾ, 30 ਦਿਨਾਂ ਦੇ 3 ਕਿਲੋ ਦੇ ਇੰਨਾ ਦੁੱਧ ਪੀਂਦੀ।
ਇੱਕ ਦੂਣੀ ਦੂਣੀ ਤੇ ਦੋ ਦੂਣੀ ਪੰਜ, ਦੋ ਦੂਣੀ ਪੰਜ। ਬੇਬੇ ਨੇ ਕਿਹੜੇ ਹਿਸਾਬ ਚ ਫਸਾ ਦਿੱਤਾ ਮੈਨੂੰ, ਚੰਗਾ ਭਲਾ ਵੱਡਾ ਵੀਰ ਕਰਦਾ ਹੁੰਦਾ, ਹੁਣ ਕਿੱਦਾਂ ਕਰਾਂ ਮੈਂ? ਉਹ ਮੇਰੀ ਗੱਲ ਸੁਣੋ, ਬੇਬੇ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਨਾ ਭਾਜੀ ਨੂੰ ਸਾਰਾ ਕੁਝ ਪੁੱਛ ਲਿਓ, ਨਹੀਂ ਤਾਂ ਅੱਜ ਸਾਰਾ ਦਿਨ ਨਹੀਂ ਮੁੱਕਣਾ ਹੈਗਾ। ਗੱਲ ਤੇਰੀ ਠੀਕ ਹੈ, ਪਰ ਉਹ ਵੀਰ, ਵੀਰ ਜੀ ਆਇੰਦਰਾ ਪ੍ਰੀਤੋ ਕਾ ਤੀਰ ਤੇ ਬਸ ਵੀਰੇ ਹਿਸਾਬ ਕਰਾ ਦੇ, ਮੇਰੇ ਕੋਲ ਰਲ ਨਹੀਂ ਰਿਹਾ ਵੇਲਾ। ਨਾ ਭਰਾਵਾ, ਬੇਬੇ ਨੇ ਤੇਰੇ ਜਿੰਮੇ ਲਾਇਆ, ਤੂੰ ਕਰ ਆਪਣੇ ਨਹੀਂ ਵੱਸਦਾ ਰੋਗ, ਬਾਕੀ ਸਾਰੇ ਰਲ ਗਏ, ਡੇਰੇ ਵਾਲੀ ਪ੍ਰੀਤੋ ਦਾ ਨਹੀਂ ਰਲਦਾ ਬਸ। ਉਹਦਾ ਹਿਸਾਬ ਤੇ ਮੇਰੇ ਥੋਨੇ ਅੱਜ ਤੱਕ ਕਦੀ ਰਲਿਆ, ਤੇਥੋਂ ਕਿੱਦਾਂ ਰਲਜੂ? ਆ ਚੁੰਗੇ 'ਚ ਕਿਲੋ ਦੁੱਧ ਲਵਾਇਆ, ਡੇਢ ਕਿਲੋ ਲੈ ਜਾਂਦੀ ਹੱਸਦੀ ਹਸਾਉਂਦੀ। ਹਾਏ ਹੱਸਦੀ ਹੱਸਦੀ ਆ ਨਾ, ਦੰਦ ਬੜੇ ਸੋਹਣੇ ਲੱਗਦੇ ਆ ਤੇ, ਪਰ ਤੇਰੇ ਨਹੀਂ ਨਾ ਸੋਹਣੇ, ਇਸ ਲਈ ਤੇਰਾ ਹਿਸਾਬ ਨਹੀਂ ਰਲਣਾ। ਕਿਉਂ? ਤੂੰ ਤਾਂ ਸਾਡੇ ਟੱਬਰ 'ਚ ਨਹੀਂ ਰਲਦਾ, ਤੇਰਾ ਹਿਸਾਬ ਕਿੱਥੋਂ ਰਲਜੂ? ਦੋ ਦੂਣੀ ਪੰਜ, ਖੜ ਜਾ। ਤੈਨੂੰ ਕਿਆ ਭਾਰੀਆਂ ਚੀਜ਼ਾਂ ਨਾ ਚੁੱਕਿਆ ਕਰ, ਤੂੰ ਬਾਜ ਨਹੀਂ ਆਉਂਦੀ, ਫੜਾ ਉਰੇ। ਮੈਂ ਆਪੇ ਸਾਰਾ ਕੁਝ ਕਰ ਲੂ, ਪੰਜਾਹ ਵਰੀ ਕਿਆ ਮੰਨਦੀ ਨਹੀਂ ਕਿਸੇ ਦੀ। ਲੈ ਦੱਸ, ਤੁਸੀਂ ਆਪ ਵੀ ਤਾਂ ਸਾਰਾ ਦਿਨ ਲੱਗੇ ਹੀ ਰਹਿੰਦੇ ਹੋ, ਇੰਨਾ ਕੁ ਤਾਂ ਮੈਂ ਵੀ ਕਰ ਸਕਦੀ ਹਾਂ। ਆ ਗਿਆ ਜੀ। ਮੈਂ ਲੋਕਾਂ ਦੇ ਤਾਨਿਆਂ ਤੋਂ ਡਰਦਾ, ਬਗਾਨਿਆਂ ਮਗਰ ਲੱਗ ਕੇ ਆਪਣਿਆਂ ਦੇ ਰਿਸ਼ਤੇ ਭੁੱਲ ਗਿਆ ਸੀ, ਪਰ ਹੁਣ ਉਹੀ ਹੋਊਗਾ ਜਿਹ 'ਚ ਤੁਸੀਂ ਸਾਰੇ ਖੁਸ਼ ਹੋ। ਬਹੁਤ ਦਿਲ ਦਿਖਾਇਆ ਬੇਬੇ ਮੈਂ ਤੇਰਾ, ਮਾਫ਼ੀ ਵੀ ਨਹੀਂ ਮੰਗ ਸਕਦਾ ਕਿਉਂਕਿ ਮਾਫ਼ੀ ਦੇ ਲਾਇਕ ਹੈ ਨਹੀਂ ਮੈਂ। ਮਾਫ਼ੀ ਨਹੀਂ ਪੁੱਤ, ਪਿਆਰ ਦੇ ਲਾਇਕ ਹੈ ਤੂੰ। ਚਾਚੀ ਸਤਿ ਸ਼੍ਰੀ ਅਕਾਲ। ਸ਼ਾਬਾਸ਼ ਸ਼ੇਰਾ। ਅੱਛਾ ਬਹੁਤ ਬੋਲਿਆ ਬਾਪੂ ਮੈਂ ਤੇਰੇ ਅੱਗੇ, ਡਾਂਗ ਚੱਕ ਲਾ ਅੱਜ ਤੇ ਤੋੜ ਦੇ ਮੇਰੇ ਤੇ। ਡਾਂਗ ਦੁਸ਼ਮਣਾਂ ਦੀ ਹੁੰਦੀ ਆ ਬੱਲਿਆ, ਆੜੀ ਵਾਸਤੇ ਥੋੜਾ। ਦੀਦੀ। ਹਾਂ। ਉਦਾਸ ਕਿਉਂ? ਕੁਛ ਨਹੀਂ, ਤੂੰ ਬਸ ਆਪਣਾ ਖਿਆਲ ਰੱਖ, ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੀ। ਜੀਜੂ ਆਈ ਸੀ ਅੱਜ ਹੋਸਪਿਟਲ, ਅੱਜ ਮੈਨੂੰ ਲੱਗਿਆ ਕਿ ਅਸੀਂ ਗਲਤ ਹਾਂ, ਮੋਮ ਨੇ ਅਤੇ ਅਸੀਂ ਜੋ ਜੀਜੂ ਦੀ ਫੈਮਿਲੀ ਨਾਲ ਕੀਤਾ ਨਾ, ਉਹ ਸਾਡੀ ਬਹੁਤ ਵੱਡੀ ਗਲਤੀ ਸੀ। ਮੈਨੂੰ ਲੱਗਦਾ ਸ਼ਾਇਦ ਆਪਾਂ ਨੂੰ ਜੀਜੂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਜਦੋਂ ਅਸੀਂ ਕਿਸੇ ਦਾ ਦਿਲੋਂ ਕਰਦੇ ਹਾਂ ਨਾ ਅਤੇ ਉਹ ਸਾਡੇ ਨਾਲ ਨਾ ਹੋਵੇ, ਉਦੋਂ ਕੀ ਫੀਲ ਹੁੰਦਾ, ਇਹ ਸ਼ਾਇਦ ਹੁਣ ਮੈਂ ਸਮਝ ਸਕਦੀ ਹਾਂ। ਲੈ ਆਓ ਹੁਣ। ਆਇਆ ਆਇਆ।
ਤੌਲੀਆ ਲੈ ਕੇ ਆਇਆ ਮੈਂ। ਕਿੱਥੇ ਰਹਿ ਗਿਆ? ਪਾ ਫੜ ਸਾਬਣ ਹੈਗਾ? ਹੈਗਾ ਹੈਗਾ। ਹਾਂ ਸ਼ਰਮ ਤਾਂ ਨਹੀਂ ਆਉਂਦੀ? ਪਾਣੀ ਦੀ ਘੁੱਟ ਮੈਨੂੰ ਵੀ ਦੇ ਦੇ, ਨੱਕ ਡਬੋ ਕੇ ਮੈਂ ਤਾਂ ਮਰਾਂ। ਪਹਿਲਾਂ ਬੇਸ਼ਰਮਾ ਵਾਲੀ ਕਰਤੂਤ ਕੀਤੀ, ਹੁਣ ਮੈਂ ਨੌਕਰ ਬਣਿਆ ਫਿਰਦਾ। ਮੈਂ ਤਾਂ ਉਹ ਦਿਨ ਉਡੀਕਦੀ ਹਾਂ ਵੀ ਉਹ ਵੇਲਾ ਕਦੋਂ ਆਊਗਾ ਜਦੋਂ ਤੁਸੀਂ ਦੋਨੋਂ ਇੱਥੋਂ ਦਫ਼ਾ ਹੋਵੋਗੇ। ਬੀਜੀ ਉਹ ਕਿਉਂ ਲੋਕਾਂ ਮਗਰ ਲੱਗ ਕੇ ਆਪਣੇ ਪੁੱਤ ਨੂੰ ਭੰਡਦੇ ਰਹਿੰਦੇ ਹੋ? ਨਾਲੇ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਤੁਸੀਂ? ਇੱਥੇ ਕੋਈ ਦੁੱਧ ਦਾ ਧੋਤਾ ਨਹੀਂ ਹੈਗਾ। ਉਹ ਸਰਪੰਚਾਂ ਕਰਕੇ ਜਿਨ੍ਹਾਂ ਦੀ ਕੁੜੀ ਦੋ ਵਾਰ ਭੱਜ ਲਈ ਫੇਰ ਵਾਪਸ ਆ ਗਈ, ਕਿਉਂ ਲੰਬੜਾਂ ਕਰਕੇ ਉਹਨਾਂ ਦਾ ਮੁੰਡਾ ਇੱਕ ਬਾਹਰ ਰੱਖੀ ਫਿਰਦਾ, ਕੁੜੀ ਰੱਖੀ ਫਿਰਦਾ। ਤੁਹਾਡਾ ਪੁੱਤ ਆ ਉਹ, ਨਾਲੇ ਉਹਨੇ ਕੋਈ ਗਲਤੀ ਨਹੀਂ ਕੀਤੀ। ਜੋ ਵੀ ਕੀਤਾ ਉਹਨੇ ਆਪਣੀ ਘਰਵਾਲੀ ਨਾਲ ਕੀਤਾ। ਆ ਬੀਬੀ ਇੰਟਰਨੈਟ ਚੈੱਕ ਕਰ, ਤੈਨੂੰ ਪਤਾ ਲੱਗੇ ਗੰਦ ਕਹਿੰਦੇ ਕਿਨੂੰ ਆ। ਤਾਏ ਤਾਈ ਤੇ ਐਵੇਂ ਗੁੱਸਾ ਕੱਢੀ ਜਾਂਦੀ ਆ, ਉਹਨਾਂ ਨੇ ਤੇ ਆਪਸ 'ਚ ਮਿਲ ਕੇ ਰੀਲ ਬਣਾਈ ਆ ਨਾ। ਪੈ ਗਈ ਕਾਲ ਜਾਂ ਠੰਡ, ਲਾ ਤੇ ਮੁੰਡੇ ਮੇਰੇ ਅੱਗੇ, ਇਹਨੇ ਵੀ ਤਾਂ ਉਸੇ ਦਾ ਦੁੱਧ ਪੀਤਾ, ਉਸੇ ਦੀ ਬੋਲੀ ਬੋਲੂਗਾ। ਸੁਣਿਆ ਸੀ ਨੂੰਹਾਂ ਧੀਆਂ ਵਰਗੀਆਂ ਹੁੰਦੀਆਂ, ਪਰ ਸਾਡੀਆਂ ਕੁੜੀਆਂ ਇਹ ਜਿਹਾ ਕੰਮ ਨਹੀਂ ਕਰਦੀਆਂ। ਚੱਲੀ ਆ ਮੈਂ ਆਪਣੀ ਸਕੀ ਧੀ ਕੋਲੇ, ਕਰ ਲਓ ਜਿਹੜੀਆਂ ਮੇਰੀਆਂ ਚੁਗਲੀਆਂ ਮੇਰੇ ਪਿੱਛੋਂ ਕਰਦੀਆਂ। ਤਾਇਆ ਇੱਥੇ ਗਈ ਹੋਣੀ ਚੁਗਲੀਆਂ ਕਰਨ ਕਿਸੇ ਨਾ, ਆਪਣਾ ਢਿੱਡ ਹੌਲਾ ਕਰਕੇ ਮੋੜ ਆਉਣਾ ਇਹਨੇ। ਅੜੀ ਉਹ ਤੁਸੀਂ ਤਾਂ ਸਾਰੇ ਮੈਨੂੰ ਟੈਚਰਾਂ ਕਰਦੇ ਰਹਿੰਦੇ ਸੀ ਯਾਰ, ਕਿ ਜਨਾਨੀ ਥੱਲੇ ਲੱਗਿਆ ਜਨਾਨੀ ਥੱਲੇ ਲੱਗਿਆ, ਤੂੰ ਤਾਂ ਮੇਰੇ ਵਾਲੇ ਵੀ ਰਿਕਾਰਡ ਤੋੜਦੇ ਯਾਰ। ਗੱਲ ਪਤਾ ਕੀ ਹੈ ਬੱਲਿਆ, ਔਰਤ ਹਰ ਟਾਈਮ ਜਿਹੜਾ ਉਹ ਕੱਟ ਲੈਂਦੀ ਹੈ, ਪਰ ਇਹੋ ਜਿਹੇ ਵੇਲੇ ਉਹਦੇ ਪਤੀ ਦਾ ਸਾਥ ਅਤੇ ਉਹਦੀ ਮੁਹੱਬਤ ਉਹਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਇਹਦੇ ਨਾਲ ਉਹ ਆਪਣੇ ਆਪ ਨੂੰ ਹੋਰ ਮਜ਼ਬੂਤ ਮਹਿਸੂਸ ਕਰਦੀ ਹੈ। ਬਾਲੀਆਂ ਡੂੰਘੀਆਂ ਗੱਲਾਂ ਨਹੀਂ ਕਰ ਰਿਹਾ ਯਾਰ? ਹਾਂ ਡੂੰਘੀਆਂ ਗੱਲਾਂ, ਪਰ ਇਹਨਾਂ ਨੂੰ ਸੁਣ ਕੇ ਨਹੀਂ ਸਰਨਾ, ਸਮਝਣਾ ਪੈਣਾ। ਅਤੇ ਉਹ ਇਹ ਹੈ ਕਿ ਜਿੱਦਾਂ ਤੇਰੀ ਮਾਂ ਨੂੰ ਇਸ ਵੇਲੇ ਮੇਰੀ ਲੋੜ ਹੈ ਨਾ, ਉਸੇ ਤਰ੍ਹਾਂ ਸਾਡੀ ਨੌਂ ਰਾਣੀ ਨੂੰ ਤੇਰੀ ਹੈ। ਬਾਪੂ ਤੈਨੂੰ ਪਤਾ ਤਾਂ ਹੈਗਾ ਤੇਰੀ ਨੂੰਹ ਦਾ। ਦੇਖ ਪਿਆਰ ਦੇ ਰਿਸ਼ਤਿਆਂ ਅੱਗੇ ਝੁੱਕ ਜਾਣਾ ਗੁਨਾਹ ਨਹੀਂ ਹੁੰਦਾ ਪੁੱਤਰਾ, ਨੀਵਿਆਂ ਰੁੱਖਾਂ ਨੂੰ ਫਲ ਲੱਗਦੇ ਨੇ। ਨੌਂ ਰਾਣੀ ਸਾਡੀ ਫੁੱਲ ਹੈ ਅਤੇ ਫੁੱਲਾਂ ਦੇ ਇਰਦ ਗਿਰਦ ਕੰਡੇ ਵੀ ਹੁੰਦੇ ਨੇ, ਉਹਨਾਂ ਨੂੰ ਬਰਦਾਸ਼ਤ ਕਰੀਦਾ। ਸੋਚ ਲਾ ਥੋਕੇ ਚੱਟਣ ਵਾਲੀ ਗੱਲ ਹੋ ਜਾਣੀ। ਜੇ ਪਿਆਰ ਕਰੀਏ ਨਾ ਫਿਰ ਇਹੋ ਜਿਹੀਆਂ ਗੱਲਾਂ ਨਹੀਂ ਸੋਚੀਦੀਆਂ। ਨਾ ਬਾਪੂ ਤੂੰ ਹੈ ਬਹੁਤ ਘੈਂਟ ਯਾਰ, ਸੱਚੀ ਗੱਲ। ਅੱਛਾ ਕੀ ਗੱਲ ਡੈਡੀ, ਅੱਜ ਤੁਸੀਂ ਇਕੱਲੇ ਬੈਠੇ ਹੋ? ਮੰਮੀ ਕਿੱਥੇ ਨੇ? ਐਜ ਯੂਜ਼ੁਅਲ ਆਪਣੀ ਪਾਰਟੀ ਮੀਟਿੰਗ 'ਚ ਗਈ ਹੈ ਪੁੱਤਰ। ਤੁਸੀਂ ਕਿਉਂ ਨਹੀਂ ਗਏ? ਪੁੱਤਰ ਜ਼ਿੰਦਗੀ 'ਚ ਕੁਝ ਬਦਲਾਅ ਕਰ ਲੈਣੇ ਚਾਹੀਦੇ ਆ,
ਸੋ ਥੋੜ੍ਹੇ ਜਿਹੇ ਚੰਗੇ ਬਦਲਾਓ ਮੈਂ ਵੀ ਕਰ ਲਏ। ਇਸ ਲਈ ਉਸਨੇ ਆਪ ਹੀ ਕਹਿਤਾ ਵੀ ਹਰ ਜਗ੍ਹਾ ਜਾਣ ਦੀ ਲੋੜ ਨਹੀਂ। ਕਿਆ ਬਾਤ ਹੈ, ਮੰਮੀ ਨੇ ਤੁਹਾਨੂੰ ਇੱਦਾਂ ਕਹਿਤਾ? ਯੈਸ ਪੁੱਤਰ, ਕੁਛ ਚੀਜ਼ਾਂ ਸਮੇਂ ਰਹਿੰਦੇ ਕਰ ਲੈਣੀਆਂ ਚਾਹੀਦੀਆਂ ਨੇ, ਨਹੀਂ ਤਾਂ ਬੜਾ ਟਾਈਮ ਖਰਾਬ ਹੋ ਜਾਂਦਾ ਹੈ। ਚਲੋ, ਦੇਰ ਆਏ ਦਰੁਸਤ ਆਏ। ਅੱਛਾ ਡੈਡੀ, ਹੋਸਪਿਟਲ 'ਚ ਹਰਮੀਤ ਆਈ ਸੀ, ਕੀ ਕਿਹਾ ਉਹਨਾਂ ਨੇ? ਹਰਮੀਤ ਨੇ ਉਸ ਦਿਨ ਕੁਛ ਵੀ ਗਲਤ ਨਹੀਂ ਸੀ ਕਿਹਾ। ਜਿੰਨੀ ਬੇਇੱਜ਼ਤੀ ਤੇਰੀ ਮਾਂ ਨੇ ਉਹਦੇ ਪਰਿਵਾਰ ਦੀ ਕੀਤੀ ਹੈ ਨਾ, ਉਹਦੇ ਬਦਲੇ ਬਹੁਤ ਘੱਟ ਸੀ ਉਹ। ਮੈਨੂੰ ਲੱਗਦਾ ਤੈਨੂੰ ਹਰਮੀਤ ਕੋਲੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ, ਕਿਉਂਕਿ ਤੂੰ ਉਸ ਦਿਨ ਆਪਣੀ ਮਾਂ ਦੀਆਂ ਗੱਲਾਂ 'ਚ ਆ ਕੇ ਉਸਨੂੰ ਇਕੱਲਾ ਛੱਡ ਕੇ ਆਪਣੀ ਮਾਂ ਦੇ ਨਾਲ ਆ ਗਈ ਸੀ। ਤੂੰ ਹੁਣ ਵੀ ਸੋਚਣ 'ਚ ਟਾਈਮ ਵੇਸਟ ਕਰ ਰਹੀ ਹੈ? ਆਪਣੇ ਪਿਓ ਵਾਂਗੂ ਗਲਤੀ ਨਾ ਕਰ, ਹੁਣੇ ਸਭ ਕੁਛ ਠੀਕ ਕਰ ਲੈ, ਅਜੇ ਵੀ ਦੇਰ ਨਹੀਂ ਹੋਈ। ਇੱਕ ਤਾਂ ਇਹ ਨੈਟਵਰਕ, ਬਾਬਾ ਜੀ ਪਲੀਜ਼। ਹੁਣ ਮੈਂ ਕਿਵੇਂ ਮਾਫ਼ੀ ਮੰਗਾਂ, ਉਹ ਵੀ ਇਸ ਹਾਲਤ 'ਚ? ਪਾਪਾ ਪਲੀਜ਼ ਮੈਨੂੰ ਹਰਮੀਤ ਕੋਲ ਲੈ ਕੇ ਚੱਲੋ। ਤੇਰੇ 'ਚ ਉਹਦੇ ਕੋਲੋਂ ਫੇਸ ਟੂ ਫੇਸ ਮਾਫ਼ੀ ਮੰਗਣ ਦੀ ਹਿੰਮਤ ਹੈ? ਮੈਂ ਤੈਨੂੰ ਤਾਂ ਉੱਥੇ ਨਹੀਂ ਲੈ ਕੇ ਜਾ ਸਕਦਾ, ਪਰ ਉਹਨੂੰ ਇੱਥੇ ਜ਼ਰੂਰ ਲਿਆ ਸਕਦਾ। ਉਹ ਵੇਖ, ਮੇਰੀ ਹਰ ਛੋਟੀ ਛੋਟੀ ਗਲਤੀ ਨੂੰ ਇਗਨੋਰ ਕੀਤਾ ਹੈ, ਪਰ ਇਸ ਵਾਰੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਹਾਲਾਤ ਹੀ ਕੁਛ ਇਦਾਂ ਦੇ ਸੀ ਕਿ ਗਲਤੀਆਂ ਜ਼ਿਆਦਾ ਵੱਡੀਆਂ ਹੋ ਗਈ, ਪਰ ਮੇਰੇ ਡੈਡੀ ਕਹਿੰਦੇ ਆ ਜੇ ਰਿਸ਼ਤੇ ਨਿਭਾਉਣੇ ਹੋਣ ਨਾ ਤਾਂ ਇਹ ਗੱਲਾਂ ਦੀ ਪਰਵਾਹ ਨਹੀਂ ਕਰੀਦੀ। ਹਰਮੀਤ, ਮੈਨੂੰ ਮਾਫ਼ ਕਰ ਦਿਓ, ਹੁਣ ਮੈਂ ਤੁਹਾਡੇ ਨਾਲ ਹੀ ਰਹੂੰਗੀ, ਤੁਸੀਂ ਮੈਨੂੰ ਇੱਥੋਂ ਲੈ ਜਾਓ। ਉਹ ਮੈਂ ਪਹਿਲੀ ਵਾਰ ਦਾ ਸਹੁਰੇ ਘਰ ਆਇਆ ਤੇ ਤੂੰ ਜਾਣ ਦੀਆਂ ਗੱਲਾਂ ਵੀ ਕਰਨ ਲੱਗ ਗਈ। ਤੁਸੀਂ ਇੱਥੇ ਰਹੋਗੇ? ਬੈਠੋ। ਜਦ ਤੱਕ ਤੇਰੀ ਡਿਲੀਵਰੀ ਨਹੀਂ ਨਾ ਹੁੰਦੀ, ਜੱਟ ਤਾਂ ਇੱਥੇ ਹੀ ਰਹੂਗਾ। ਜੀਜੂ, ਤੁਸੀਂ ਇੱਥੇ ਆਉਣਾ ਹੀ ਪਿਆ ਫਿਰ। ਸੋਰੀ ਲਵਲੀਨ, ਮੈਂ ਨਾ ਕਾਫੀ ਗਲਤ ਬੋਲ ਗਿਆ ਸੀ। ਛੱਡੋ ਜੀਜੂ, ਤੁਸੀਂ ਪਹਿਲੀ ਵਾਰ ਘਰ ਆਏ ਹੋ, ਦੱਸੋ ਕੀ ਖਾਓਗੇ? ਕਾਫੂਸ ਨੂੰ ਛੱਡ ਕੇ ਜੋ ਮਰਜ਼ੀ ਬਣਾ ਲਓ, ਘੱਟੋ ਘੱਟ ਰੋਟੀ ਤਾਂ ਨਸੀਬ ਹੋਊਗੀ। ਅਰਦਾਸ ਨਿਕਲਦੀ ਬੁੱਲਾਂ ਚੋਂ, ਕੋਈ ਮੁੱਲ ਨਹੀਂ ਤੇਰਾ ਮੁੱਲਾਂ ਚੋਂ, ਕੋਈ ਲੱਗਦੀ ਏ ਹਕੀਕਤ ਜਿਹੀ, ਹਾਂ ਰੱਬ ਦੀ ਵਾਈ ਲੀਕਤ ਜਿਹੀ। ਸਰੋਂ ਦੇ ਫੁੱਲ ਤੇ ਤਾਰਾ ਲਾ ਕੇ ਟਿੱਕਾ ਮੱਥੇ ਲਾਉਣਾ ਸੀ, ਜੇ ਹੱਥ ਉਪੜਦਾ ਮੇਰਾ ਤੇ ਨਾ ਤੇਰਾ ਮੇਰਾ ਹੋਣਾ ਸੀ, ਹਾਏ ਨੀਲੇ ਨੀਲੇ ਅੰਬਰ ਤੇ ਨਾ ਤੇਰਾ ਮੇਰਾ ਹੋਣਾ, ਜੇ ਹੱਥ ਉਪੜਦਾ ਮੇਰਾ ਤੇ ਨਾ ਤੇਰਾ ਮੇਰਾ ਹੋਣਾ ਸੀ, ਜੇ ਹੱਥ ਉਪੜਦਾ ਮੇਰਾ ਹੋ।
ਬੋਲ ਮੈਨੂੰ ਮੈਂ ਹਾਂਜੀ ਕਹਿ ਕੇ ਸਭ ਮੰਨਾ ਤੂੰ ਸੱਜਣਾ ਪਾਕ ਹਵਾ ਜਿਹਾ ਤੈਨੂੰ ਰੱਬ ਦੇ ਕੋਲੋਂ ਮੰਗ ਲਿਆ ਦਿਲ ਵਿੱਚ ਤੇਰੀ ਸਰਦਾਰੀ ਤੇਰੇ ਨਾਲ ਜ਼ਿੰਦਗੀ ਪਿਆਰੀ ਰਾਤ ਤੋਂ ਲੈ ਕੇ ਸੁਰਮਾ ਕਾਲਾ ਅੱਖਾਂ ਵਿੱਚ ਪਰੋਣਾ ਸੀ ਪੁੱਤਰ ਜਿੰਨਾ ਧਿਆਨ ਕਿਰਤ ਦਾ ਤੂੰ ਰੱਖ ਸਕਦਾ ਹੈ ਨਾ ਉਨਾ ਕੋਈ ਨਹੀਂ ਰੱਖ ਸਕਦਾ ਥੈਂਕ ਯੂ ਪੁੱਤਰ ਜਿਉਂਦਾ ਰਹਿ ਭਾਜੀ ਮੈਂ ਵੀ ਤੁਹਾਨੂੰ ਸੋਰੀ ਕਹਿਣਾ ਸੀ ਅੱਜ ਜੀਜੂ ਨਹੀਂ ਕਹਿਣਾ ਹਾਂਜੀ ਹੁਣ ਉੱਦਾਂ ਹੀ ਕਹੂੰਗਾ ਜਿੱਦਾਂ ਤੁਸੀਂ ਮੈਨੂੰ ਕਹੋਗੇ ਭਾਜੀ ਸਾਲਾ ਭਾਜੀ ਦਾ ਭੈਣ ਜੀ ਠੀਕ ਹੋ ਤੁਸੀਂ ਹੈਲੋ ਹਾਂ ਬਾਪੂ ਸੌ ਖਾ ਸੱਚੀ ਜੇ ਤੂੰ ਮੇਰੇ ਕੋਲ ਹੁੰਦਾ ਨਾ ਮੈਂ ਤੇਰੇ ਸੰਘਾੜੇ ਵਰਗੇ ਮੂੰਹ ਨੂੰ ਚੁੰਮ ਲੈਣਾ ਸੀ ਓਕੇ ਮੰਮੀ ਹਾਂ ਤਾਈ ਤਾਈ ਦਾ ਫੋਨ ਆਇਆ ਸੀ ਮੁੰਡਾ ਹੋਇਆ ਹਾਏ ਸੱਚੀ ਸ਼ੁਕਰ ਆ ਵਾਹਿਗੁਰੂ ਦਾ ਬਾਹਲਾ ਹੀ ਵਧੀਆ ਹੋਇਆ ਹੈ ਹਰਮੀਤ ਵੀਰੇ ਦਾ ਫੋਨ ਹੈਲੋ ਹਾਂਜੀ ਵੀਰੇ ਮੁੰਡਾ ਹੋਇਆ ਵਧਾਈਆਂ ਵੀਰੇ ਤੈਨੂੰ ਵੀ ਓਕੇ ਮੁੰਡਾ ਹੋਇਆ ਹਰਮੀਤ ਵੀਰੇ ਦੇ ਵੀ ਚਲ ਆਪਾਂ ਬੇਬੇ ਨੂੰ ਦੱਸਦੀ ਹੈ ਚਲੋ ਬੇਬੇ ਬੇਬੇ ਮੈਂ ਚਾਚਾ ਵੀ ਬਣ ਗਿਆ ਭਰਾ ਵੀ ਬਣ ਗਿਆ ਮੈਂ ਹੋਇਆ ਕੀ ਬੇਬੇ ਦੋਨੇ ਪਾਸੇ ਮੁੰਡੇ ਹੋਏ ਨੇ ਮੇਰੇ ਕੋਲ ਜਵਾਨ ਨਾ ਖਚਾਲੀ ਮੈਂ ਦੋਹਾਂ ਦਾ ਪੁੱਛਿਆ ਤੈਨੂੰ ਮੇਰੇ ਪੋਤੇ ਦੇ ਘਰ ਕੀ ਹੋਇਆ ਇਹ ਦੱਸ ਬੇਬੇ ਉੱਧਰ ਵੀ ਮੁੰਡਾ ਹੋਇਆ ਹੇ ਵਾਹਿਗੁਰੂ ਹਾਂ ਲੱਖ ਲੱਖ ਸ਼ੁਕਰ ਗੱਲ ਸੁਣਨੀ ਆਪਦੀ ਜਠਾਣੀ ਨੂੰ ਸੁਨੇਹਾ ਲਾ ਦੇ ਨਿਆਣਾ ਜੰਮ ਲਿਆ ਸਵੇਰ ਹੋਣ ਤੋਂ ਪਹਿਲਾਂ ਦੋਵੇਂ ਜੀ ਜੁੱਲੀ ਬਿਸਤਰਾ ਚੱਕ ਕੇ ਦਫਾ ਹੋ ਜਾਣ ਹੂੰ
ਹਾਂਜੀ ਲਾਈਵ ਹੋ ਚੁੱਕੇ ਹਾਂ ਜੀ, ਆਪਾਂ ਕਾਫੀ ਜਾਣੇ ਜੁੜ ਚੁੱਕੇ ਨੇ। ਆ ਵਿੱਚੋਂ ਕੋਈ ਗਾਲਾਂ ਕੱਢ ਰਿਹਾ ਵੀ ਬੈਂਸ ਸਾਹਿਬ ਕੌਣ ਆ, ਗਾਲਾਂ ਨਾ ਕੱਢੋ ਬਈ। ਇੱਦਾਂ ਕੇ ਸੁਨੀਲ ਜੀ ਜੁੜ ਚੁੱਕੇ ਨੇ, ਆ ਕੌਣ ਆ ਗਿਆ, ਗੁਰਪ੍ਰੀਤ ਪੈਜਵਾਨ ਜੀ ਜੁੜ ਚੁੱਕੇ ਨੇ। ਹਾਂਜੀ ਹਾਂਜੀ ਕਰਦੇ ਗਾਣਾ, ਗਾਣਾ ਵੀ ਕਰਾਂਗੇ ਜੀ, ਆਉਂਦਾ ਕੌਣ ਆ, ਬਹੁਤ ਅੱਛਾ ਗਾ ਲਈਦਾ। ਹਾਂਜੀ 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 ਆ ਮੈਨੂੰ ਆਪਦਾ ਫੋਨ ਦੇਈ ਵੇ, ਮੈਂ ਹਰਮੀਤ ਤੋਂ ਪੁੱਛਾਂ ਮੇਰੇ ਪੜਪੋਤੇ ਨੂੰ ਕਦੋਂ ਲੈ ਕੇ ਆਊਗਾ। ਇੱਕ ਮਿੰਟ ਜੀ, ਆ ਬੀਬੀ ਨੇ ਫੋਨ ਮੰਗ ਲਿਆ, ਆਪਾਂ ਬਾਅਦ 'ਚ ਪਾਉਂਦੇ ਹਾਂ, ਇੱਕ ਮਿੰਟ। ਸਾਰੀ ਓਕੇ ਬਾਏ। ਸਦਕੇ ਜਾਵਾ ਮੇਰੇ ਪੁੱਤ ਦੇ। ਵਾਹ ਬਈ ਵਾਹ। ਚਾਚਾ ਡੈਡੀ ਕਿੱਥੇ ਆ? ਤੇਰੀ ਕਿੰਨਾ ਜੁੜਾ ਚਦਾ ਮੇਰਾ ਪੁੱਤ, ਹੱਸਦਾ ਤਾਂ ਮੇਰੇ ਵਰਗਾ ਹੀ ਆ। ਮੰਮੀ ਵੀ ਨਹੀਂ ਦੇਖ ਰਹੀ। ਬੀਜੀ ਦੋ ਜਣੇ ਹੈਗੇ ਕਿੱਥੇ ਨੇ? ਯਾਰ ਮੈਂ ਤੁਹਾਨੂੰ ਪੁੱਛੀ ਆ ਨਾ ਕਿੱਥੇ ਨੇ ਮੰਮੀ ਡੈਡੀ। ਐਵੇਂ ਰੌਲਾ ਨਾ ਪਾ, ਉਹਨਾਂ ਨੇ ਜੋ ਕੁਛ ਕਿਹਾ ਸੀ ਉਹ ਕਰਨਾ ਸੀ। ਜਵਾਕ ਜੰਮ ਲਿਆ, ਜੰਮਣ ਤੋਂ ਬਾਅਦ ਘਰ ਛੱਡ ਕੇ ਜਾਣਾ ਸੀ, ਉਹੀ ਉਹਨਾਂ ਨੇ ਕੀਤਾ। ਸੋਹਣਾ ਪੁੱਤ ਮਾਂ ਦਾ ਰਹਿਣ ਦੇ ਕੌਣ ਨੂੰ। ਬੀਜੀ ਟਲੇ ਨਹੀਂ ਨਾ ਤੁਸੀਂ, ਆਪਣੀ ਜਿੱਦ ਪਗਾ ਕੇ ਹਟੇ ਹੋ। ਓਏ ਆਪਣੀ ਝੂਠੀ ਸ਼ਾਨ ਦੇ ਚੱਕਰ 'ਚ ਆਪਣੇ ਨੂੰਹ ਪੁੱਤ, ਉਹਨਾਂ ਦੇ ਕੁਝ ਘੰਟਿਆਂ ਦੇ ਜਵਾਕ ਨੂੰ ਤੁਸੀਂ ਘਰੋਂ ਬਾਹਰ ਕੱਢਤਾ ਯਾਰ। ਬੀਜੀ ਤੁਹਾਨੂੰ ਕਿੰਨਾ ਤਾਂ ਸਮਝਾਇਆ, ਤੁਸੀਂ ਵੀ ਇੱਕ ਮਾਂ ਹੋ, ਕਿਵੇਂ ਤੁਹਾਡਾ ਜੀ ਕਰ ਗਿਆ ਕਿੰਨੇ ਛੋਟੇ ਜਿਹੇ ਜਵਾਕ ਨੂੰ ਮੈਂ ਘਰੋਂ ਬਾਹਰ ਕੱਢ ਦਵਾਂ? ਮੈਨੂੰ ਬਹੁਤੀਆਂ ਮੱਤਾਂ ਨਾ ਦੇ, ਤੂੰ ਜਵਾਕ ਜੰਮ ਲਿਆ ਦਾ ਮਤਲਬ ਇਹ ਨਹੀਂ ਕਿ ਤੂੰ ਮੈਥੋਂ ਹੀ ਵੱਡਾ ਹੋ ਗਿਆ। ਹਮੇਸ਼ਾ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਵੱਡੇ ਸਹੀ ਹੋਣ, ਕਦੇ ਕਦੇ ਨਾ ਵੱਡਿਆਂ ਨੂੰ ਛੋਟਿਆਂ ਤੋਂ ਮੱਤ ਲੈ ਲੈਣੀ ਚਾਹੀਦੀ ਆ। ਮੈਂ ਜੋ ਕੀਤਾ ਠੀਕ ਕੀਤਾ, ਆ ਗਈ ਸਮਝ? ਵੱਡਾ ਹੈ ਮੈਨੂੰ ਸਮਝਾਉਣ ਵਾਲਾ। ਸੱਤੂ ਚੱਲ ਯਾਰ, ਆਪਾਂ ਲੱਭ ਕੇ ਲੈ ਕੇ ਆਈਏ। ਹੈ ਬੇਬੇ ਤੂੰ ਗਲਤ ਕੀਤਾ, ਮੈਂ ਤਾਂ ਗਲਤੀਆਂ ਕਰਦੀ ਆਈ ਸੀ ਪਰ ਤੂੰ ਬਹੁਤ ਗਲਤ ਕੀਤਾ। ਕੀ ਹੋ ਗਿਆ, ਰੋਈ ਕਿਉਂ ਜਾਨੀ ਹੈ? ਜਵਾਕ ਕਿਹਦਾ?
ਬੇਬੇ ਮੈਂ ਸਾਰੀ ਉਮਰ ਜ਼ੋਰ ਲਾਉਂਦੀ ਰਹੀ, ਆਪਣੀਆਂ ਭਰਜਾਈਆਂ ਦੀਆਂ ਪਿੱਠ ਪਿੱਛੇ ਤੇਰੇ ਨਾਲ ਬਦਖੋਈਆਂ ਕਰਦੀ ਰਹੀ ਤਾਂ ਕਿ ਤੂੰ ਉਹਨਾਂ ਨੂੰ ਗਾਲਾਂ ਕੱਢੇ, ਤੇ ਮੈਂ ਕੋਈ ਮੌਕਾ ਨਹੀਂ ਖਿਜਾਇਆ ਆਪਣੇ ਭਰਾ ਭਰਜਾਈਆਂ ਨੂੰ ਨੀਵਾਂ ਦਿਖਾਉਣ ਦਾ, ਪਰ ਮੇਰੀ ਜਿੰਦਰ ਭਾਬੀ ਨੇ ਮੈਨੂੰ ਜਾਣ ਦਾ ਸਹਾਰਾ ਦਿੱਤਾ ਤੇ ਮੈਂ ਸਦਾ ਲਈ ਉਹਦੇ ਅੱਗੇ ਨੀਵੀਂ ਹੋ ਗਈ। ਓਹੋ, ਰੋਈ ਜਾਏਗੀ ਕਿ ਦੱਸੇਗੀ ਵੀ ਕੁਛ? ਬਸ ਪੁੱਤ, ਬੇਬੇ ਲੋਕਾਂ ਦੀਆਂ ਗਾਲਾਂ, ਮੇਰੇ ਤਾਨੇ ਤੇ ਤੇਰੀਆਂ ਵਧੀਕੀਆਂ ਪਤਾ ਉਹਨੇ ਆਪਣੀ ਝੋਲੀ ਚ ਕਿਉਂ ਪਾਈਆਂ? ਮੇਰੀ ਝੋਲੀ ਚ ਬੱਚਾ ਪਾਉਣ ਲਈ। ਤੂੰ ਜਦੋਂ ਉਹਨਾਂ ਨੂੰ ਘਰ ਵੜ ਨਹੀਂ ਨਾ ਦਿੱਤਾ ਤਾਂ ਉਹਨਾਂ ਨੇ ਮੇਰੇ ਘਰ ਦਾ ਬੂਹਾ ਗੜਕਾਇਆ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ, ਆ ਜਾਓ ਆ ਜਾਓ ਆ ਜਾਓ। ਖਬਰਦਾਰ, ਜੇ ਅੱਗੇ ਪੈਰ ਵਧਾਇਆ ਤਾਂ ਮੈਂ ਤੁਹਾਨੂੰ ਕੀ ਲੱਗਦਾ ਜੇ ਬੇਬੇ ਨੇ ਉੱਥੋਂ ਕੱਢਤਾ ਤੁਹਾਨੂੰ ਮੈਂ ਘਰੇ ਰਹਿਣ ਦੇ ਦੂੰਗੀ। ਸਵੇਰੇ ਸਵੇਰੇ ਮੇਰਾ ਮੂੰਹ ਨਾ ਖਿਲਾਓ, ਨਿਕਲ ਜਾਓ ਇੱਥੋਂ। ਹੱਥ ਅੱਗੇ ਕਰ ਬੀਬੀ। ਕਿਉਂ ਹੱਥ ਅੱਗੇ ਕਰਾਂ? ਨਾ ਤੇਰੀ ਹਰ ਗੱਲ ਮੰਨਾਂ, ਮੈਂ ਤਾਂ ਆਪਦੇ ਘਰ ਵਾਲੇ ਦੀ ਨਹੀਂ ਮੰਨਦੀ। ਰੋਹ ਵੈ ਤੇਰਾ। ਕਿਹਾ ਨਾ ਬੀਬੀ, ਹੱਥ ਅੱਗੇ ਕਰ। ਲੈ ਹੱਥ ਲਾ ਕੇ ਦੇਖ। ਅਸੀਂ ਇੱਥੇ ਕੁਛ ਲੈਣ ਨਹੀਂ, ਸਗੋਂ ਤੇਰੀ ਅਮਾਨਤ ਇਹਨੂੰ ਦੇਣ ਆਏ ਆ। ਬੀਬੀ ਇਹਨੂੰ ਹਿੱਕ ਨਾਲ ਲਾ ਕੇ ਦੇਖ, ਸਾਰੀ ਉਮਰ ਦਾ ਸਕੂਨ ਮਿਲ ਜੂ। ਕਮਲੀਏ, ਜਦੋਂ ਜਿੰਦਰ ਦੀ ਕੁੱਖ ਸੀ ਨਾ, ਅਸੀਂ ਚਾਹੁੰਦੇ ਤਾਂ ਲੋਕ ਲੱਚ ਤੋਂ ਡਰਦੇ, ਇਹਨੂੰ ਹਮੇਸ਼ਾ ਲਈ ਸਦਾ ਦੀ ਨੀਂਦ ਸਵਾ ਦਿੰਦੇ, ਪਰ ਨਹੀਂ, ਜਿੰਦਰ ਦੇ ਮਨ ਚ ਸੀ ਕਿ ਸੀਤੋ ਭੈਣ ਨੇ ਸਾਰੀ ਉਮਰ ਔਲਾਦ ਤੋਂ ਬਿਨਾਂ ਕੱਟੀ, ਸੰਤਾਪ ਚੱਲਿਆ, ਇਹਨੂੰ ਤੇਰੀ ਝੋਲੀ ਪਾਉਣਾ। ਸਾਂਭ ਲੈ। ਮੈਨੂੰ ਪਤਾ ਬੀਬੀ, ਸਹੁਰਿਆਂ ਨਾਲ ਵੀ ਤੇਰੀ ਲੜਾਈ ਇਸੇ ਗੱਲੋਂ ਸੀ, ਇੱਥੇ ਆ ਕੇ ਵੀ ਤੂੰ ਲੋਕਾਂ ਦੇ ਨਿਆਣਿਆਂ ਨੂੰ ਗਾਲਾਂ ਕੱਢਦੀ ਰਹੀ ਕਿਉਂਕਿ ਤੇਰਾ ਦਿਲ ਅੰਦਰੋਂ ਤੜਫਦਾ ਸੀ ਕਿ ਤੇਰੀ ਕੁੱਖ ਖਾਲੀ ਕਿਉਂ ਹੈ। ਮੈਂ ਸੋਚਿਆ ਇਹ ਤਾਂ ਹੁਣ ਮੇਰੀ ਬੀਬੀ ਦਾ ਹੀ ਪੁੱਤ ਬਣੂਗਾ, ਇਸ ਦੁਨੀਆਂ ਤੇ ਜ਼ਰੂਰ ਆਊਗਾ, ਭਾਵੇਂ ਸਾਰੀ ਦੁਨੀਆ ਹੀ ਇਹਦੇ ਖਿਲਾਫ ਕਿਉਂ ਨਾ ਹੋ ਜਾਏ। ਹੁਣ ਦੱਸੋ ਬੀਜੀ, ਜੇ ਹਲੇ ਵੀ ਲੋਕਾਂ ਦੀਆਂ ਗੱਲਾਂ ਸੁਣਦੀਆਂ। ਬਸ ਕਰ ਪੁੱਤ, ਮੈਂ ਜਿਸ ਕੁੱਖ ਨੂੰ ਗਾਲਾਂ ਕੱਢਦੀ ਸੀ ਉਸਨੇ ਮੇਰੀ ਕੁੱਖ ਦਾ ਖਿਆਲ ਰੱਖਿਆ। ਚੱਲ ਪੁੱਤ, ਮੈਂ ਵੀ ਤੇਰੇ ਨਾਲ ਚੱਲਦੀ ਹਾਂ। ਹਾਂ ਬੇਬੇ, ਪਿਓ ਬਣਨ ਦੀ ਖੁਸ਼ੀ ਤੋਂ ਵੱਧ ਖੁਸ਼ੀ ਦਾਦਾ ਦਾਦੀ ਬਣਦੀ ਹੁੰਦੀ ਹੈ, ਇਹ ਅੱਜ ਪਤਾ ਲੱਗਿਆ। ਇਹ ਦੋਵੇਂ ਜੀਆਂ ਦੇ ਲੱਖ ਤਰਲੇ ਕਰਨ ਤੋਂ ਬਾਅਦ ਇੱਥੇ ਲੈ ਕੇ ਆਇਆ। ਇਹ ਤਾਂ ਤੇਰੇ ਸਾਹਮਣੇ ਆਉਣਾ ਨਹੀਂ ਚਾਹੁੰਦੇ ਸੀ, ਪਰ ਪੋਤੇ ਦੀ ਤਾਂਘ ਨੇ ਇਹਨਾਂ ਨੂੰ ਇੱਥੇ ਲਈ ਜਾਂਦਾ। ਜਿੰਦਰੇ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ, ਮੈਂ ਤਾਂ ਤੇਰੇ ਤੋਂ ਮਾਫ਼ੀ ਵੀ ਨਹੀਂ ਮੰਗ ਸਕਦੀ, ਜੋ ਕੁਛ ਤੂੰ ਕੀਤਾ ਨਾ ਇਹ ਕੰਮ ਕਰਕੇ ਤੂੰ ਆਪਣਾ ਕਦਾ ਇੰਨਾ ਉੱਚਾ ਕਰ ਲਿਆ, ਮੈਂ ਤਾਂ ਪੁੱਤ ਉੱਥੋਂ ਤੱਕ ਪਹੁੰਚ ਨਹੀਂ ਸਕਦੀ। ਨਾ ਨਾ ਬੀਬੀ,
ਇਹਦੇ ਨਾਲ ਚੰਗਾ ਤਾਂ ਤੂੰ ਮੈਨੂੰ ਚਾਰ ਗਾਲਾਂ ਹੀ ਕੱਢ ਲੈ, ਪਰ ਇਹੋ ਜਿਹਾ ਮੈਂ ਕੀ ਕੀਤਾ। ਸੀਤੋ ਮੇਰੀ ਭੈਣ ਹੈ ਤੇ ਮੈਂ ਭੈਣ ਸਮਝ ਕੇ ਆਪਦਾ ਫਰਜ਼ ਪੂਰਾ ਕੀਤਾ। ਆ ਪੁੱਤ ਫੜਾ, ਆਪਦਾ ਘਰ ਸਮਾਰ ਤੇ ਆਪਦਾ ਪੋਤਾ ਸਮਾਰ। ਆ ਜਾ ਫਿਰ ਪੁੱਤ, ਚਮਾ ਚਾਚੇ ਤੇ ਗਿਆ। ਵਧਾਈਆਂ ਪੁੱਤਰਾ, ਅੜੀ ਤੈਨੂੰ ਡਬਲ, ਨਾਲ ਤਾਂ ਦਾਦਾ ਬਣਦੀਆਂ ਨਾਲੇ। ਬਹੁਤ ਵਧੀਆ ਲੱਗਿਆ, ਗਲਤੀ ਮਾਫੀ ਮਾਫੀ।